सस बेचारी शेफी छोटी की चीज पीछे मर गई। वो कोई आम पेन ड्राइव नहीं सी, मंत्री मुख्तियार सिंह दी किसी कुड़ी दे नाल फोटोआं सी, वो भी गलत मंत्रियां। मैनू लगदा ब्लैकमेलिंग दा चक्कर आ। पर वो पेन ड्राइव है कितने? मैनू सीरत ने एक ताजमहल दिता सी, वो चिलकोती मैं। चलो ये नाल एक गल तो क्लीयर होई, कतल इन्हें नहीं किया यार। साले तुसी मैनू हुण तक कातल समझ गए? तू समझण दी गल करन दे। ये दोवें तेरी फांसी तो बाद तेरी लाश लियाउण लई टैंपू बुक कराई फिरदे आ। तू लकी ਕਿਤੇ ਜਾਈ ਨਾ ਹੁਣ, ਅਸੀਂ ਸੀਰਤ ਨੂੰ ਵੀ ਇੱਥੇ ਬੁਲਾਇਆ, ਅੱਜ ਤੁਹਾਡੇ ਦੋਨਾਂ ਦੀ ਸੁਲਾਹ ਕਰਾ ਕੇ ਹੀ ਰਹਿਣੀ ਹੈ। ਸੀਰਤ ਆ ਰਹੀ ਹੈ? ਹੋਰ ਕੀ, ਜੇ ਪਰਜਾਈਆਂ ਦੇ ਹੁੰਦੇ ਹੋਏ ਤੇਰਾ ਘਰ ਨਾ ਵਸਿਆ ਤੇ ਅਸੀਂ ਪਰਜਾਈਆਂ ਕਾਦੀਆਂ। ਸੁਣ ਲਓ ਦੀਦੀ, ਇਹ ਹੈ ਐਰੀ, ਜੇ ਕਿਤੇ ਕੇਕ ਕੱਟਦੇ ਆਪਣੇ ਚੱਪੂ ਨੂੰ ਦੌਰਾ ਪੈ ਗਿਆ ਨਾ ਤਾਂ ਇਹ ਤੋਂ ਕੇਕ ਕਟਾ ਲਿਓ। ਸਾਲਾ ਮੁਰਦਾ ਬੋਲੂ ਕਫਣ ਪਾੜੂ, ਕਦੇ ਨਾ ਚੱਜ ਦੀ ਗੱਲ ਕਰੀ। ਕੇਕ ਕੱਟਣਾ ਕੋਈ ਪਰਬਤ ਨਹੀਂ ਕੱਟਣਾ, ਦਫਾ ਹੋ ਜਾ ਤੂੰ। ਨਹੀਂ ਵੈਸੇ ਜਦੋਂ ਇਹ ਜੰਮਿਆ ਸੀ ਤੇ ਇਹਨੂੰ ਗੁੜਤੀ ਦੇ ਵਿੱਚ ਮੂੰਹ 'ਚ ਸ਼ਹਿਦ ਦੀ ਥਾਂ ਤੇ ਲੁੱਕ ਪਾਈ ਸੀ। ਸੌਰੀ ਵੀਰ ਜੀ, ਬੰਟੀ ਵੱਲੋਂ ਮੈਂ ਮਾਫੀ ਮੰਗਦੀ ਹਾਂ। ਜੱਸੀ ਇੱਕ ਮਿੰਟ ਆਓ, ਮੈਨੂੰ ਲੱਗਦਾ ਤਿੰਨੇ ਜਾਣੇ ਤੈਨੂੰ ਫੈਂਟਰ ਦੀ ਸਕੀਮ ਬਣਾਉਣ ਲੱਗੇ ਸਾਲਿਆ। ਉਹ ਕੀ ਕੱਟਾ ਖੁੱਲ ਗਿਆ ਯਾਰ ਤੇਰਾ, ਫਸ ਗਿਆ। ਕੀ ਹੋਇਆ? ਆਪਾਂ ਬੰਟੀ ਨੂੰ ਮੇਰੇ ਮੰਗੇਤਰ ਕਹਿ ਕੇ ਮਿਲਾਇਆ ਸੀ ਸ਼ੈਫੀ ਨਾਲ ਤੇ ਪਰਜਾਈਆਂ ਨੇ ਉਹਨੇ ਸੀਰੀਅਸ ਸੱਦ ਲਈ। ਪਰਜਾਈਆਂ ਬਿਨਾਂ ਕੀ? ਪਰਜਾਈਆਂ ਬਿਨਾਂ ਇਸ ਤੋਂ ਪਹਿਲਾਂ ਕਿ ਸੀਰਤ ਆਵੇ ਤੂੰ ਬੰਟੀ ਨੂੰ ਇੱਥੋਂ ਲੈ ਕੇ ਦਬਾ ਹੋ ਜਾ। ਮਿੰਟ ਤੋਂ ਪਹਿਲਾਂ ਮਿੰਟ ਦੇ ਅੰਦਰ ਅੰਦਰ 60, 59, 50 ਤੇਰੇ ਕਤਲ ਦਾ ਪਲਾਨ ਬਣ ਚੁੱਕਾ। ਛੇਤੀ ਨਿਕਲੇ ਤੂੰ। ਮੈਂ ਸਾਲਾ ਕਿਹੜਾ ਗੁਨਾਹ ਕਰਤਾ? ਸਾਲਾ ਨੀ ਚੀਜ਼ਾ, ਮੈਂ ਪਾਰਕਿੰਗ ਚੋਂ ਗੱਡੀ ਕੱਢਣ ਚੱਲਿਆ, ਬਾਹਰ ਮਿਲ ਮੈਨੂੰ ਸਿੱਧਾ, ਛੇਤੀ ਕਰ। ਵਾਕਿਆ ਹੀ ਔਰ ਤੌਰਤੀ ਹੁੰਦੀ ਆ, ਤੁਸੀਂ ਸਾਲਿਓ ਮੇਰਾ ਘਰ ਤੋੜਨ ਤੇ ਆਏ ਸੀ ਤੇ ਭਰਜਾਈਆਂ ਆਪ ਹੀ ਦੇਖ ਲਓ। ਸਭ ਦੇਖਦਾ, ਆਪਣੇ ਘਰ ਇਹਨਾਂ ਤੋਂ ਸੰਭਾਲੇ ਨਹੀਂ ਜਾਂਦੇ, ਚੱਲੀਆਂ ਦੂਜਿਆਂ ਦੇ ਘਰ ਸੰਭਾਲੋ। ਛੱਡ ਓਏ, ਮੇਰੀ ਘਰ ਵਾਲੀ ਤਾਂ ਮੇਰੀ ਕਮੀਜ਼ ਤੇ ਲਾਏ ਬਟਨ ਨਹੀਂ ਟਿਕਦੇ, ਉਹਦੇ ਮਲਾਏ ਰਿਸ਼ਤੇ ਜ਼ਰੂਰ ਟਿਕਣਗੇ। ਭਾਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ ਮੈਂ। ਦੇਖੋ ਭਾਜੀ, ਕਤਲ ਦੀ ਸਜ਼ਾ ਬਹੁਤ ਵੱਡੀ ਹੁੰਦੀ ਹੈ ਜੀ, ਐਵੇਂ ਕਿਤੇ ਜਾ ਜਾਂਦੀ ਨਾ ਹੋ ਜੀ। ਤੈਨੂੰ ਕਿਹਨੇ ਦੱਸਿਆ ਹੋਇਆ? ਜੀਜੇ ਨੇ। ਜੀਜਾ ਕਰ ਲੋ ਕਿ ਉਹਨੂੰ ਭਾਂਡਾ, ਇਹ ਸਾਲਾ ਜੀਜਾ ਮਰਵਾਏਗਾ ਸਾਨੂੰ। ਆ ਗਿਆ ਮੇਰਾ ਸਾਲਾ। ਸਾਲਾ ਨਹੀਂ ਜੀਜਾ ਜੀ। ਤੈਨੂੰ ਕੀ ਹੋਇਆ? ਜੀਜਾ ਜੀ ਘਬਰਾਓ ਨਾ, ਮੈਂ ਇਹਨਾਂ ਨੂੰ ਸਮਝਾਤਾ, ਹੁਣ ਕੁਛ ਨਹੀਂ ਕਹਿੰਦੇ ਮੈਨੂੰ। ਦੱਸੇਗਾ ਵੀ ਕਿ ਯੋਗਾ ਹੀ ਕਰੀ ਜਾਏਗਾ। ਜੇ ਅਸੀਂ ਤੁਹਾਨੂੰ ਘਰ ਦੇ ਬਾਹਰ ਟੈਂਟ ਲਾਉਣ ਦਿੱਤੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਕੂਲਰ ਚੱਕ ਲਿਓ। ਮਨ ਕੋ ਨਹੀਂ ਠਾਏ ਥਾਰੋ ਕੂਲਰ ਸਰਦਾਰ ਜੀ। ਹਾਂ ਵੈਸੇ ਵੀਰ ਜੀ, ਮੈਨੂੰ ਤੇ ਬਹੁਤ ਚੰਗੇ ਘਰ ਦੀਆਂ ਲੱਗ ਰਹੀਆਂ, ਮੈਨੂੰ ਨਹੀਂ ਲੱਗਦਾ ਇਹਨਾਂ ਕੂਲਰ ਚੁੱਕਿਆ ਹੋਣੇ। ਤੇ ਆਪਣੇ ਆਪ ਰੁੜ ਕੇ ਆ ਗਿਆ ਇੱਥੇ? ਹਮਨੇ ਨਹੀਂ ਪਤੋ, ਮਰੀ ਹਾਲਤ ਦੇਖੋ, ਹਮ ਤੋ ਰਾਤ ਨੇ ਸੋ ਰਹੀ ਥੀ, ਸੁਤੀ ਪੜੀ ਨੇ ਕੂਲਰ ਲਗਾ ਗਿਓ ਕੋਈ। ਹਾਂ ਸਾਰਾ ਠੰਡ ਮੇ ਮਰ ਗਈ ਹਮ ਦੋਨੋਂ, ਕੁੰਗੜ ਕੁੰਗੜ ਕਾ। ਹਾਂ ਚਲੋ ਛੱਡੋ ਨਾ ਵੀਰ ਜੀ, ਉਹ ਵਿਚਾਰੀਆਂ ਠੰਡੀਆਂ ਹੋਈਆਂ ਪਈਆਂ, ਤੁਸੀਂ ਗਰਮ ਹੋਈ ਜਾਂਦੇ ਹੋ, ਹੋਰ ਨਾ ਕਿਤੇ ਸਰਦ ਗਰਮ ਹੋ ਜਾਣ ਵਿਚਾਰੀਆਂ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੂੰ ਇਹਨਾਂ ਦੀ ਬੜੀ ਸਾਈਡ ਲੈਣ ਲੱਗਿਆ ਹੋਇਆ। ਦਰਅਸਲ ਵੀਰ ਜੀ, ਇਹ ਜਿਹੜਾ ਕੂਲਰ ਹੈ ਨਾ, ਇਹ ਤੁਹਾਡੇ ਛੋਟੇ ਵੀਰ ਨੇ ਲਾਇਆ। ਉਹ ਤੂੰ ਲਾਇਆ ਇਹਨੂੰ? ਨਹੀਂ, ਇਹ ਸਮਝ ਲਓ ਕਿ ਮੇਰੇ ਕੋਲੋਂ ਲੱਗ ਗਿਆ। ਬਸ ਰਾਤ ਨਾ ਗਰਮੀ ਚ ਤੜਪਦੀਆਂ ਮੇਰੇ ਕੋਲੋਂ ਵੇਖੀਆਂ ਨਹੀਂ ਗਈਆਂ, ਮੇਰਾ ਰੋਣਾ ਨਿਕਲ ਗਿਆ, ਮੈਂ ਲਾਤਾ ਲਿਆ ਤੇ ਅਸੀਂ ਪਿਓ ਪੁੱਤ ਪਹਾੜਾਂ 'ਚ ਸੁੱਤੇ ਪਏ ਸੀ ਤੇ ਸਾਡਾ ਵਰਾਂਡਾ ਸੋਲਣ 'ਚ ਪੈਂਦਾ। ਨਹੀਂ ਨਾ ਵੇਖੋ ਨਾ ਵੀਰ, ਕੀ ਹੈ ਕਿ ਬੰਦੇ ਐਡਜਸਟ ਕਰ ਜਾਂਦੇ ਆ, ਜਨਾਨੀਆਂ ਨੂੰ ਜ਼ਿਆਦਾ ਕੇਅਰ ਚਾਹੀਦੀ ਹੁੰਦੀ ਹੈ। ਸ਼ਾਬਾਸ਼ ਤੇਰੇ, ਜਿਹੜੀ ਵਿਆਹ ਕੇ ਲਿਆ ਉਹ ਤਾਂ ਤੂੰ ਸੰਭਾਲੀ ਨਹੀਂ ਜਾਂਦੀ, ਲੱਗਿਆ ਬਾਹਰਲੀਆਂ ਨੂੰ ਸੰਭਾਲਣ। ਜੇ ਮੈਨੂੰ ਸੁੱਤਾ ਪੈ ਨੂੰ ਡੇਂਗੂ ਮੱਛਰ ਲੜ ਜਾਂਦਾ ਮੈਨੂੰ ਕਿਹਨੇ ਸਾਂਭਣਾ ਸੀ? ਨਹੀਂ ਨਹੀਂ ਵੀਰ ਜੀ, ਆਹੀ ਤਾਂ ਗੱਲ ਹੈ, 5 ਵਜੇ ਤੋਂ ਬਾਅਦ ਡੇਂਗੂ ਮੱਛਰ ਹੁੰਦਾ ਹੀ ਨਹੀਂ। 5:30 ਬਹੁਤ ਸੋਚ ਸਮਝ ਕੇ ਤੁਹਾਡੇ ਭਰਾ ਨੇ ਕੂਲਰ ਨੂੰ ਹੱਥ ਪਾਇਆ। ਜੇ ਤੇਰੀ ਇਹ ਸਮਝ ਬਾਰੇ ਤੇਰੀ ਘਰਵਾਲੀ ਨੂੰ ਸਮਝ ਪੈ ਗਈ ਨਾ ਵੀ ਘਰਦਿਆਂ ਨੂੰ ਗਰਮੀ 'ਚ ਮਾਰ ਕੇ ਬਾਹਰਲੀਆਂ ਨੂੰ ਠੰਡ ਵਰਤਾਉਂਦਾ ਫਿਰਦਾ, ਤੇਰੇ ਖੜੇ ਖੜੇ ਦੇ ਸੈੱਲ ਡਾਊਨ ਹੋ ਜਾਣੇ। ਸਰਦਾਰ ਜੀ, ਕੂਲਰ ਥਾਰੋ ਠਾਕ ਹੈ, ਯੋ ਲੈ ਕੇ ਆਇਓ। ਮਨ ਦੇ ਵਿੱਚ ਮੈਂ ਕਿਉਂ ਘਸੀਟੋ ਤਾਂ? ਮਾਫ ਕਰਨਾ ਜੀ, ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼। ਉਹ ਕੀ ਬਿਟਰ ਬਿਟਰ ਝਾਕਦਾ ਉੱਧਰ, ਮਾਰ ਪਿਓ ਨੂੰ ਧੱਕਾ। ਉਹ ਸਾਲਿਆ ਮੈਨੂੰ ਨਹੀਂ ਕੂਲਰ ਨੂੰ। ਡੈਡੀ ਮੈਂ ਕਹਿੰਦਾ ਯੂਨੀਅਨ ਤਾਂ ਛੋਟਾ ਹਾਥੀ ਨਾ ਮੰਗਾ ਲਈਏ। ਜੇ ਛੋਟਾ ਹਾਥੀ ਹੈ ਮੰਗਾਉਣਾ, ਆ ਚਿੱਟੇ ਸੂਰ ਦਾ ਮੈਂ 4 ਪਾਉਣਾ, ਚੱਲ ਮਾਰ ਧੱਕਾ। ਆਂਟੀ ਜੀ ਘਾਗਰਾ ਬਚਾ ਕੇ। ਚਲੋ ਚਲੋ, ਮੈਂ ਆਪਣਾ ਖਿਆਲ ਰੱਖੋ, ਹਾਂ ਮੈਂ ਤਾਂ ਘਾਗਰੋ ਬਚਾਈ ਲੇਂਗੇ। ਲਓ ਜੀ, ਮੈਂ ਕੂਲਰ ਕੱਲਾ ਹੀ ਚੁੱਕ ਲਿਆ ਸੀ, ਆ ਪਿਓ ਪੁੱਤ ਕਿਲਣ ਲੱਗੇ ਹੋਏ ਨੇ। ਮੈਨਾਂ ਤੋਂ ਪਹਿਲੇ ਬੋਲਿਓ ਥੋ, ਇਸ ਗਾਮ ਮੈਂ ਕੋਈ ਵੀ ਮਾਨਸ ਚੋਖੋ ਕੋ ਨਹੀਂ। ਕੋ ਬਾਤ ਨਹੀਂ ਹੁਕਮ ਜੀ, ਕੀ ਮੈਂ ਦਿਓ ਹੈ ਕੁਛ ਲਿਓ ਤੋ ਨਹੀਂ। ਹਾਂ ਚਲੋ, ਮੇਰੇ ਕਰਕੇ ਤੁਹਾਨੂੰ ਪਰੇਸ਼ਾਨੀ ਹੋਈ, ਮੇਰੇ ਵੱਲੋਂ ਬਹੁਤ ਬਹੁਤ ਸੌਰੀ। ਇਹ ਭੁਕਮ ਨਾਣ ਤੋਂ ਇਕੱਠੇ ਜਾਵਾਂ। ਉਹਦਾ ਖਾੜ ਜੋੜ ਰੱਖੀ, ਉਸਕੇ ਪਿੱਛੇ ਨਾ ਲਿਓ। ਹੋ ਕੇ ਬਾਤ ਕਰ ਰਹੇ ਹੋ, ਇੱਕਦਮ ਖੁੱਲਾ ਮੈਂ ਨਾ ਮਾਂ। ਨਾ ਪਹਿਲਾਂ ਕਹਿ ਤਰ੍ਹਾਂ ਨਹਾਇਆ ਕਰ ਤੋ,
वो तो न्यू कह रही जनो पहली बार कुणबे में आई हो। ना ना यू तो पता बाहर ठंडो है ना बुखार चढ़ गयो तो। बोलो बोलो। हाँ रे मारे कुणबे में तो न्यू नायक रहे। अब वैसे साढ़े घर भी कुसल खान ने बहुत सोने तुसी चाहो ते ओथे आके ना लो। ना ना सरदार जी इब थारे घर के बार पड़े तो ये हालत होगी भीतर पता नहीं के करोगे। नहीं नहीं ऐ मेरी गारंटी है तुहानू जेहो जिया लैके जावांगा ना ओहो जिया ही छड़ के जावांगा। पक्को पक्को अम्मा चले चलो बेटी आओ जी। सरदार जी मैं भी चलू। हुकम जी बेनती है भी इत्थे नाल ही नहर है तुसी उत्थे चुप्पी लाड़ो जाके अरे ना लै जाओ इत्थों। ओ की हो गया यार एहो जिहा की देख लिया तुसी दसो मैनू। ओए उल्लू दे पठिया की करदा पिया मैं तां सुत्ता पिया सी तुसी की करी जाने हो नाले मेरे प्राइवेट बेडरूम च तुसी की करदे हो। साला बेडरूम है तेरा हैं साले बेड ते हुंदे आ अलमारी ना सिर लाके सुत्ता पिया। जो भी है मेरा बेडरूम है बंदे दी की ओपन प्राइवेसी हुंदी है। तुसी ए दसो भी अद्धी रात नु मेरे घर के मैं आना होया। ओए हेलो तेरा घर कर साडा घर है। ओ अच्छा थोड़ा घर है ले मैनू कदे फील ही नहीं होया मैनू तो अपना अपना जा लगदा आई लव दिस हाउस। तेन मैंने किराया नहीं दिता अपना अपना तो लगना ही है तेनू। अच्छा किराया लैन आए हो दसो कादा चाहिए जहाज का ट्रेन का बस का ट्रक का टैक्सी का या फिर शिप का। ओए घर का किराया चाहिए। अच्छा घर का किराया चाहिए की चाहिए कैश लाओगे चेक लाओगे पाउंड लाओगे या फिर यूरो लाओगे तो या फिर शर्फिया। उतर मैं गोली मार दूंगा उतर मैं। सची केड़ी गोली डिस्प्रेन दी एलप्रेक्स दी या फिर लोकल एडविल दी या फिर अखियां दी गोली सरदारा। सब गंदिया गल्ला करता है। अम्मा अम्मा खूंडा हज बड़े मारता नहीं ये सिर च मैनू बड़ा मैं सिर च मारा इहदे मैनू बड़ा अम्मा मारी ना मारी ना मैं ऑनलाइन ट्रांसफर करदा 1 मिनट। आ लो लगा कि नहीं इहदा प्यो देख लो जी तीन बंदे आ के मैनू कुट दिया देख लो मैनू कहंदे हुण एक राय दे नहीं मेरा भी खूंडा है मेरा तो दोस्त है भरा है मेरा छोटा वीर आ मेरा बच्चा बड़ा प्यारा बच्चा है। होर घर सब ठीक है इंडिया गल हुंदी रहिंदी है बन गई थोनू की लगता है फोन दे विच कली वीडियो बनदी है ना 9-1 है मेरा नाड़ी लेना मैं तो कुछ भी नहीं। हेलो स्टेशन जी छेती आओ छेती एड्रेस एड्रेस की है यार 156 नंबर 99 भी तो रहने हैं यार छोड़ दे छोड़ दे पिंड वाले ने रुपये इकट्ठे करके सानू एक पूलिया की पक्की झोपड़ी पा के दिती है। मैं तो बहुत गरीब करवा जी सत भैन जी मेरे ब्याह वाली है मां दे मेरे पिते च पथरी है बापू मेरा मंजे पे भरा मेरा भाजी पिंड पिंड जाके भुलिया बेचदा त्यो दादे दे नू कोड़ पिया दादी दी है जना मरी है ना ते पिंड दा नाम ही मरीजपुर है। आ देख लो भाजी हजे भी नहीं हटदे तिन्ने जाने मेरे कोल आके कहंदे साडे ने बह के दारू पी। हुण तुसी दसो भाजी मेरे हालात दारू पीण वाले हैगे। ओ वीर ने ना भाई मेरी बाह मचोड़ ली भाजी तेना दना मेरे आए 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 ओ जर दो ओ जर दो आई बेबे आए कुटे भाई जी मेरे ना ने आए कुटे भाई जी मेरे ना ने भाई ताली ता मार दो यार क्या बात है यार थैंक यू वीर क्या बापू जी ने ना अब बापू जी ने मेरे टिड च लत्ता मारिया भाई मेरा तो पहली भाई हरनिया का ऑपरेशन होया है जे नहीं यकीन आता पूछ लो कुटे ना भीरे तुसी मेनू आ देखो आए नी बेबे तेरा पुत कला कनेडा च कर गया नी हाय हाय जे मेरा भरा हुंदा ना कल्ले कल्ले नु भजा के कुटना सी। कोई गल नहीं छोटे वीर तू मेनू अपना भरा ही समझ। बस फिर देख दे क्यों भाजी ढालो ना बकरे वांगू सारेयां नु। ओ मामा एहो जे मुंह वाला घरे कोई डंगर नहीं रखदा तू किराएदार रखिया। आ देख लो भाजी तेनू डंगर कह रिया जी इह। ओए मैं चपेट मारी तेरे मुंह ते उहनां नु कदों कहा तैनू कह रिया डंगर। फिर वीर ने कहा कि मैं तेरा भरा हुण असीं इक फैमिली च अजे मैं डंगर होए भी तां डंगरी होए ना। एक्टिंग साला किहो जी करदा मदारी। आ देख लो भाजी अजे भी इहनां दे कन्न भरी जांदा इह बंदा बहुत खराब आ भाजी इहनू सख्त तों सख्त सजा दिओ। बस भाजी इहनू 3-4 वारी फांसी दे दिओ भाजी बस। फिकर ना कर असीं तेरे नाल आ। थैंक यू गल सुन लो ए कन्न खोल के तुसी एदे मत्थे नहीं लगना ए साडा किराएदार है असीं आपदे घरे बुरके बह के फिरी जाइए। आई मीन 10-10 फुट दूर ठीक है।
ਬਈ ਇੱਕ ਗੱਲ ਦੀ ਦਾਤ ਦੇਣੀ ਪਊਗੀ ਗੁਲਸ਼ਨ ਜੀ। ਅੱਜ ਕੱਲ੍ਹ ਦੇ ਹਾਲਾਤਾਂ 'ਚ ਵੀ ਤੁਸੀਂ ਆਪਣੀ ਬੇਟੀ ਨੂੰ ਸੰਸਕਾਰ ਬੜੇ ਵਧੀਆ ਦਿੱਤੇ ਨੇ। ਕਮਾਲ ਕਰਦੇ ਆ ਸਰਦਾਰ ਜੀ, ਪੁੱਛੋ ਕੋਈ ਨਾ। ਇੱਕ ਕੁੜੀ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ, ਉਹ ਕੜਕ ਚਾਹ ਦੇ ਪਿਆਲੇ ਵਰਗੀ ਹੁੰਦੀ ਹੈ। ਮਾਸਾ ਦੁੱਧ ਪੱਤੀ ਘੱਟ ਪਿਆ ਨੀ ਤੇ ਚਾਹ ਖਰਾਬ। ਮਤਲਬ ਸਮਝਾ ਨੀ ਮੈਂ ਤੁਸੀਂ। ਹਾਂ ਯਾਦ ਆਇਆ, ਤੁਹਾਨੂੰ ਪਤਾ ਚਾਹ ਦੇ ਵਿੱਚ ਅਦਰਕ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਕਿੰਨੇ ਕੱਪ ਚਾਹੀਦੇ ਬੇਟਾ? ਇਹ ਅਦਰਕ ਚਾਹ ਮੈਂ ਪਾਪਾ ਮੈਂ ਤੁਹਾਨੂੰ ਦੱਸਿਆ ਸੀ ਨਾ, ਬੜਾ ਫਨੀ ਨੇਚਰ ਹੈ ਇਹਨਾਂ ਦਾ। ਵੇਖੋ ਇਹਨਾਂ ਨੇ ਸੰਸਕਾਰ ਤੇ ਅਦਰਕ ਦਾ ਕਿੰਨਾ ਸੋਹਣਾ ਕੰਪੈਰੀਜ਼ਨ ਕੀਤਾ ਟੀਚਰ ਨੇ ਨਾ। ਵਿਦਵਾਨ ਚਾਹ ਲਈ ਅਦਰਕ ਤੇ ਜੀਵਨ ਲਈ ਸੰਸਕਾਰ। ਵਾਹ ਵਾਹ ਬਈ, ਕਿਆ ਕੰਪੈਰੀਜ਼ਨ ਕੀਤਾ ਤੁਸੀਂ ਸੰਸਕਾਰ ਦਾ ਤੇ ਅਦਰਕ ਦਾ। ਪਰ ਬੁਰਾ ਨਾ ਮੰਨਿਓ ਤੁਸੀਂ, ਤੁਹਾਡੀਆਂ ਗੱਲਾਂ ਤੋਂ ਤੁਸੀਂ ਟੀਚਰ ਘੱਟ ਤੇ ਚਾਹ ਵਾਲੇ ਜ਼ਿਆਦਾ ਲੱਗਦੇ ਹੋ। ਲੋਕ ਕਮਾਲ ਕਰਦੇ ਹੋ, ਤਾਂ ਮੈਂ ਹੈ ਹੀ ਆ ਪਾਪਾ। ਬੜੇ ਡਾਊਨ ਟੂ ਅਰਥ ਨੇ, ਕੰਮ ਨੂੰ ਛੋਟਾ ਵੱਡਾ ਨਹੀਂ ਸਮਝਦੇ। ਵੇਖੋ ਟੀਚਰ ਤੇ ਚਾਲੇ ਨੂੰ ਇੱਕ ਬਰਾਬਰ ਕਰਤਾ, ਕਹਿੰਦੇ ਕੰਮ ਸਭ ਤੋਂ ਉੱਚਾ। ਡਾਊਨ ਟੂ ਅਰਥ ਹੈ। ਫਿਰ ਤਾਂ ਆਪਣੀ ਬਿਟੀਆ ਮੋਬਾਈਲ ਦਾ ਇਸਤੇਮਾਲ ਵਗੈਰਾ? ਉਹ ਲੈ ਮਹਾਰਾਜ, ਜੁੜਿਆ ਹੀ ਨਹੀਂ ਕਦੇ। ਪਾਪਾ ਜੀ ਇਹਨਾਂ ਨੂੰ ਲੋੜ ਨਹੀਂ ਪੈਂਦੀ, ਬੜੀ ਸਾਦੀ ਜ਼ਿੰਦਗੀ ਜੀਂਦੇ ਨੇ। ਵੇਖੋ ਮੂੰਹ ਤੇ ਹੀ ਲਿਖਿਆ। ਯੂ ਮੀਨ ਡਾਊਨ ਟੂ ਅਰਥ? ਹਾਂ। ਮਤਲਬ ਹੈ ਬਈ ਗੁਲਸ਼ਨ ਜੀ, ਜੀ ਥੋੜੀ ਇਹ ਕੜਕ ਚਾਹ ਮੈਨੂੰ ਚਾਹੀਦੀ ਹੈ ਆਪਣੇ ਬੇਟੇ ਦੀ ਜ਼ਿੰਦਗੀ 'ਚ ਤਾਜ਼ਗੀ ਲਿਆਉਣ ਲਈ। ਮੈਂ ਜੀ ਮੈਂ ਨਾ ਨਾ ਕਰ ਮਹਾਰਾਜ, ਮੈਂ ਤਾਂ ਇੱਕ ਗਰੀਬ ਜਿਹਾ ਟੀਚਰ ਹਾਂ ਜੀ। ਨਾ ਨਾ ਨਾ, ਤੁਸੀਂ ਟੈਨਸ਼ਨ ਨਾ ਲਓ, ਵਿਆਹ ਦਾ ਸਾਰਾ ਖਰਚਾ ਅਤੇ ਜਿੰਨੀਆਂ ਬਾਕੀ ਜ਼ਿੰਮੇਦਾਰੀਆਂ ਸਾਰੀਆਂ ਮੇਰੀਆਂ। ਹਲਵਾਈ ਦੇ ਵੀ ਤੁਸੀਂ ਦੇਣੇ? ਮੈਂ ਕਿਹਾ ਸਾਰਾ ਖਰਚਾ ਮੈਂ ਕਰੂੰਗਾ। ਠੀਕ ਆ, ਡਨ ਹੋ ਗਿਆ ਜੀ ਕੰਮ। ਡਨ ਆ? ਹਾਂਜੀ। ਚੱਟ ਮੰਗਣੀ ਤੇ ਪੱਟ ਵਿਆਹ। ਉਹ ਤੇਰੇ ਵਿਆਹ ਦੇ ਲੱਡੂ ਮੇਰੇ ਹਾਣ ਦੀ ਇਹ ਨਹੀਂ, ਦੱਸ ਕਿਹੜੇ ਹੌਸਲੇ ਖਾਵਾਨੀ। ਉਹ ਜੇ ਮੇਰੇ ਤੇ ਕਿਸੇ ਗੱਲ ਦਾ ਗੁੱਸਾ ਸੀ ਤੇ ਘਰੇ ਕੱਢ ਲੈਂਦਾ, ਇੱਥੇ ਮੈਨੂੰ ਕਿਉਂ ਸੱਦਿਆ ਮਕਬੂਲਪੁਰੀਆ ਸਾਹਿਬ? ਅੱਜ ਤੂੰ ਜਿੰਨੇ ਮੇਰੇ ਪੁੱਠੇ ਸਿੱਧੇ ਨਾਂ ਰੱਖਣੇ ਆ ਰੱਖ ਸਕਦਾ, ਮੈਂ ਬਿਲਕੁਲ ਮਾਇੰਡ ਨਹੀਂ ਕਰੂੰਗਾ ਸਕੂਲਾਂ 'ਚ ਜਵਾਕਾਂ ਨੂੰ ਗੋਲੇ ਵੇਚਣ ਵਾਲਿਆ। ਕਰਾਂ ਅੱਜ ਤੈਨੂੰ ਸਿਰਫ ਇਹ ਦੱਸਣ ਲਈ ਮੈਂ ਸੱਦਿਆ ਕਿ ਇੱਕ ਤੇ ਇੱਕ 11 ਹੁੰਦੇ ਆ। ਅਤੇ ਐਡੀ ਕਿੱਡੀ ਗੱਲ ਹੈ ਤਾਂ ਜਵਾਕਾਂ ਨੂੰ ਪਤਾ ਇੱਕ ਤੇ ਇੱਕ 11 ਹੁੰਦੇ ਆ? ਫਿਰ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਜਦੋਂ ਹੜ੍ਹ ਆਉਂਦੇ ਆ ਖੁੱਡਾਂ 'ਚ ਪਾਣੀ ਭਰ ਜਾਂਦਾ, ਫਿਰ ਸੱਪ ਤੇ ਨਿਓਲਾ ਆਪਸੀ ਦੁਸ਼ਮਣੀ ਭੁੱਲ ਕੇ ਕਿਸੇ ਉੱਚੇ ਪੱਥਰ 'ਤੇ ਜਾ ਕੇ ਬਹਿ ਜਾਂਦੇ ਆ ਕਿ ਆਪਸੀ ਲੜਾਈ ਕਦੇ ਫਿਰ ਲੜ ਲਾਂਗੇ, ਪਹਿਲਾਂ ਪਾਣੀ ਉੱਤਰ ਲੈਣ ਦੀ ਹੈ। ਇਹ ਤਾਂ ਮੈਨੂੰ ਪਤਾ ਅਤੇ ਸੱਪ ਕੌਣ ਹੈ ਨਿਆਲਾ ਕੌਣ ਹੈ, ਪਰ ਆਹ ਜਿਹੜਾ ਤੀਜਾ ਹੜ੍ਹ ਬਣ ਕੇ ਆਇਆ ਇਹ ਕੌਣ ਹੈ? ਤੀਸਰੇ ਦਾ ਨਾਂ ਟਾਈਗਰ ਤੋਚੀ, ਜਿਹਨੂੰ ਤੂੰ ਸੁਪਾਰੀ ਦਿੱਤੀ ਸੀ ਮੈਨੂੰ ਚੁੱਕਣ ਦੀ, ਪਰ ਹੁਣ ਉਹ ਮੇਰੇ ਨਾਲ ਦੁਸ਼ਮਣੀ ਭੁੱਲ ਚੁੱਕਿਆ, ਹੁਣ ਉਹਦਾ ਰੁੱਖ ਸੈਂਡੀ ਜੀ ਦੇ ਮੁੱਖ ਵੱਲ ਆ। ਸੈਂਡੀ ਵੱਲ? ਹਾਂ, ਦੇਖੀ ਕਿਤੇ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਬਾਜ਼ੀ ਨਾ ਮਾਰ ਜਾਵੇ। ਤਾਂ ਇਹ ਗੱਲ ਆ, ਸਾਡੀ ਬਿੱਲੀ ਸਾਨੂੰ ਮਿਆਉ, ਹੁਣ ਵੇਖੀ ਸ਼ਮਸ਼ੇਰ ਦੀਆਂ ਪਹੁੰਚਾਂ, ਇਹਨੂੰ ਮੈਂ ਕੁੱਤੇ ਠੀਕਰ ਪਾਣੀ ਪਿਆਊ, ਇੱਕ ਹਫ਼ਤੇ ਦੇ ਅੰਦਰ ਅੰਦਰ ਡਿਪੋਰਟ ਕਰਾਊ। ਜੇ ਰਾਂਝੇ ਕਾ ਬੱਚਾ ਵੀ, ਸ਼ਾਇਦ ਉਸਕਾ ਨਾਮ ਮਜਨੂ ਹੈ, ਹਾਂ ਜੇ ਮਜਨੂ ਕਾ ਬੱਚਾ ਕਾਮ ਕੋਈ ਕਰੇ ਨਾ ਕਰੇ, ਚਾਹੇ ਦੁੱਖ ਤੋੜ ਬਣਾਤਾ ਹੈ ਬੰਦਾ, ਉੜੂ 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 ਆਏ, ਲੱਗਦਾ ਜੇ ਆਪਣੀ ਚੌਂਕੀ ਭੁੱਲ ਗਿਆ। ਅੱਛਾ ਪਲੱਕੜ ਮੇਰੇ ਪੱਲੇ ਬਣਨੇ ਥੇ, ਅਰੇ ਆ ਜਾ, ਉਹ ਠਹਿਰ ਇਸਕੇ ਆਗੇ ਮਤ ਜਾ, ਆਗੇ ਕਿਆ ਹੈ ਵੋ, ਉਹ ਦੂਜਾ ਦੇਸ਼ ਹੈ, ਤੂੰ ਉਸ ਦਿਨ ਤੋਂ ਬਚ ਗਿਆ ਥਾ, ਇਸਕੋ ਅਬ ਗੋਲੀ ਲੱਗਣੀ ਹੈ, ਉਹ ਤੁਝੇ ਮਾਰ ਦੇਣਗੇ, ਆ ਮਰ ਗਿਆ। ਬਾਈ ਜੀ, ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਉਹ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਉਦੋਂ ਗਲਤੀ ਨਾਲ ਚੱਲ ਗਈ ਸੀ ਮੇਰੇ ਤੋਂ ਗੋਲੀ। ਇਹ ਹਿੰਦੁਸਤਾਨੀ ਨੇ ਬੜੇ ਨਕ 'ਚ ਦਮ ਕੀਤਾ, ਪਤਾ ਨਹੀਂ ਕਿਉਂ ਹਦੂਦ ਪਾਰ ਆ ਗਿਆ, ਅੱਜ ਇਹਨੂੰ ਬਣਾ ਕੇ ਵੇਖ ਲਿਆ। ਮਰ ਗਿਆ ਮੈਂ। ਅੱਛਾ ਉਹ ਤੁਮਕੋ ਇੰਨੀ ਕੁ ਵੀ ਅਕਲ ਹੈ ਸਾਹਿਬ? ਉਦਣ ਜਿਹਦੇ ਪੈਰ 'ਤੇ ਗੋਲੀ ਵੱਜੀ ਸੀ ਨਾ, ਉਹ ਭਾਈ ਆ ਮੇਰਾ।
मैनू आप बापू ने दसिया जो भी है वो दुश्मन देश का फौजी है समझो साढ़े दोहां च कादी दुश्मनी असी तो एको मां दे जाए हां इस जट को कैसे समझाऊं चल मेरे साथ आ तुम्हें चाय बुलाता हूं बैठो मंजे पे गोलियों से बच के आए हो तुम्हें मैं बम से चाय बनाता हूं मान लेते हैं कि तेरे बापू ने दसा कि वो तेरा भाई है तो तुम भी समझो वो पाकिस्तान है या हिंदुस्तान है चुपचाप नौकरी करो इसी में भलाई है समझे कि नहीं ले ओ तेरी तू आप तो मरेगा मेरे को भी मरवाएगा उल्लू का पट्ठा ना है और जाट के पुत कान खोल के मेरी बात सुन ले तू आप तो घोंसले खाएगा ही खाएगा साथ साथ मुझे भी पढ़वाएगा अगर तू दोबारा मुड़ के उधर गया तो तेरा मैं मंजा बिस्तरा खोल कर दूंगा साहब बंदे माड़े नहीं जिएगे मेरे पुत दे क्यों तेरे को वहां जाते चाय के साथ बताना देते हैं साहब तुसी आप सोचो जिहड़ियां गोलियां मेरे पैरां च मार रहे सी ओ मेरी हिक च भी मार सकदी सी कि नहीं हां तेरा कुछ नहीं हो सकदा चंडा सिंह चंडा सिंह नहीं जी रंजा सिंह चलो जो भी है बस ध्यान च रखे तू अंदर नहीं जाना नहीं जाना समझे हीर आके दी जोगिया झूठ बोले ते कौन रुटड़े यार मनाम दाई हां जी किन्ने कप मग आ लो महाराज लो जी केड़ी गल ओ बंदा दस दे ओ देखो मालको पीली टी शर्ट वाला गुलशन चाह वाला और बल्ले शेरा चाचा किदा कायम आ ला चाह पी मेनू लगदा चाची ना बनदी नहीं ए चाला अरे सीरियस शक्ल ते ना जाओ मालको शक्ल ते ना जाओ बड़ा बड़ा कलाकार आ हो और नाटक नूटक करता सी पहला एक्टिंग दी दुकान चली नहीं हुण अगला चाह दी दुकान खोली बैठा दसो की मड़ा देच ए किस एंगल तो मेरा प्यो लगदा है ए गल सही है वैसे किस एंगल तो प्यो ता नहीं लगदा तेरा पर की करिए यार लोकी गधे नु प्यो बना लेंदे ने टाइम ओड़ ते अपन ता चाह ही नहीं बनाउन लगे हां दिस इज टू मच आई नो दिस इज टू मच सोनियो पर की करिए या ता करौणा ही है ना मैं हुणे आउणा ओनु पटा के देखी किवें पटाउणा मैं ओनु आया हीरे आके दी जोगिया झूठ बोले कौन रुटड़े यार मनाम दाई ओए होए 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 पाजी किन्ना सुरीला गाउने हो सीधी दिल च वजदी आवाज महाराज गाउन दी छड्डो मैं तो एक्टिंग दे भी फट कड्डे आ ਉਦਾਂ ਭਾਈ ਮੈਂ ਫੇਲ ਹੋ ਗਿਆ ਐਕਟਿੰਗ 'ਚ ਮੈਨੂੰ ਦੁਕਾਨ ਪਾਉਣੀ ਪੈ ਗਈ ਕੋਈ ਨਹੀਂ ਭਾਜੀ ਤਾਂ ਕੀ ਹੋਇਆ ਅਸੀਂ ਤੁਹਾਡੇ ਤੋਂ ਐਕਟਿੰਗ ਕਰਾ ਲੈਂਦੇ ਹਾਂ ਹੁਣ ਐਕਟਿੰਗ ਹਾਂਜੀ ਉਹ ਮੇਰੇ ਤੋਂ ਉਹ ਬੱਲਾ ਮੁੰਡਿਆ ਆ ਗਿਆ ਤੂੰ ਅੱਛਾ ਤੁਹਾਨੂੰ ਉਹ ਕੁੜੀ ਦਿਸਦੀ ਹੈ ਖੜੀ ਹਾਂ ਮੈਂ ਕੁੜੀ ਤਾਂ ਦੀਦੀ ਆ ਬੜੀ ਸੋਹਣੀ ਹੈ ਹਾਂ ਇਹ ਹੁਣ ਤੁਹਾਡੀ ਧੀ ਹੈ ਅੱਜ ਤੋਂ ਮੇਰੀ ਧੀ ਹਾਂਜੀ ਉਹ ਛਦਾਈਆ ਤੈਨੂੰ ਭੁਲੇਖਾ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਮੈਂ ਛੜਾ ਬੰਦਾ ਨਹੀਂ ਨਹੀਂ ਇਹ ਤੁਸੀਂ ਕਲਾਕਾਰੀ ਕਰਨੀ ਹੈ ਰੌਲਾ ਪਾ ਕੇ ਲੋਕਾਂ ਨੂੰ ਕਹਿਣਾ ਕਿ ਹਾਂ ਇਹ ਮੇਰੀ ਧੀ ਹੈ ਉਹ ਜਿਹੜੀ ਫਿਲਮਾਂ ਚ ਹੁੰਦੀ ਹਾਂ ਧੀ ਰਾਣੀ ਹੈ ਤੂੰ ਮੇਰੀ ਧੀ ਆ ਪਾਪਾ ਜੀ ਕੀ ਦਰਦ ਹੈ ਇਹ ਫਿਰ ਹੁਣ ਤੋਂ ਤੁਹਾਡੀ ਧੀ ਹੈ ਐਦਾਂ ਕਿਦਾਂ ਮੰਨ ਜੀ ਮੇਰੀ ਧੀ ਆ ਕਿਉਂ ਬਈ ਹੁਣੇ ਤਾਂ ਮੰਨਿਆ ਸੀ ਉਹ ਜਾ ਭਰਾਵਾ ਇਦਾਂ ਨਹੀਂ ਮੰਨ ਸਕਦੇ ਬਈ ਹੁਣ ਠੀਕ ਹੈ ਨਹੀਂ ਤੇ ਹੁਣ ਹਜੇ ਵੀ ਨਹੀਂ ਨਾ ਨਾ ਹੁਣ ਹੁਣ ਤੇ ਠੀਕ ਆ ਹਾਂ ਹੁਣ ਤਾਂ ਧੀ ਦਾ ਕੀ ਆ ਹੁਣ ਤਾਂ ਤੂੰ ਮੁੰਡਾ ਵੀ ਮੇਰਾ ਹੀ ਲੱਗਣ ਡਿਆ ਆ ਨਹੀਂ ਨਹੀਂ ਬਸ ਧੀ ਤੱਕ ਹੀ ਰਹੋ ਧੀ ਤੱਕ ਹੀ ਰਹੋ ਠੀਕ ਆ ਜੀ ਇੱਧਰ ਆਓ ਮਾਲਕੋ ਵੈਸੇ ਬੰਦਾ ਤੂੰ ਲੱਕੀ ਆ ਬਈ ਆ ਵੇਖੋ ਜੀ ਆ ਇਹ ਤੁਹਾਡੀ ਧੀ ਤੇ ਆ ਤੁਹਾਡੇ ਪਾਪਾ ਜੀ ਹੋਰ ਪੁੱਤ ਕਿੱਦਾਂ ਠੀਕ ਆ ਫਿਕਰ ਕੋਈ ਨਹੀਂ ਕਰਨਾ ਜਦੋਂ ਮਰਜ਼ੀ ਆ ਮੁੰਡਿਆ ਲੈ ਕੇ ਇਹਨੂੰ ਹਾਂਜੀ ਹਾਂਜੀ ਚਾਹ ਪਿਆਵਾਂਗੇ ਕੰਡੇਦਾਰ ਹੈ ਚਲੋ ਠੀਕ ਹੈ ਫਿਰ ਮਿਲਦੇ ਹਾਂ ਕੱਲ ਨੂੰ ਸ਼ੂਟਿੰਗ ਦਾ ਹਾਂ ਉਹ ਬੰਦੇ ਤੇਰੇ ਸ਼ਾਜਾ ਐ ਆ ਪੁੱਤ ਧਿਆਨ ਨਾਲ ਜਾਇਓ ਆ ਤੋ ਦੇਖੋ ਜਨਾਬ ਰਾਜ ਨੇ ਤੁਹਾਡਾ ਬਾਪੂ ਲੱਭ ਲਿਆ ਵੈਸੇ ਇੱਕ ਗੱਲ ਦੇਖੀ ਹੈ ਇਹ ਸਾਰਾ ਰਾਜ ਦਾ ਕਮਾਲ ਹੈ ਅੱਜ ਤੁਹਾਡੇ ਜਨਮ ਦਿਨ ਤੇ ਤੁਹਾਨੂੰ ਗਿਫਟ ਦਿੱਤਾ ਹੈ ਤੁਹਾਡਾ ਬਾਪੂ ਹੁਣ ਸਾਡਾ ਹੋਊਗਾ ਵਿਆਹ ਲੱਕ 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 ਲੱਕ
हाँ याद है बिल्कुल याद है आपने पला क्या दसा था ओहो साहब जी की बनु थोड़ी भुलण दी बीमारी दा ओ मैं दसया सी मैं पिंड जा रहा हां खबर दसा था खबर नहीं दसा था पर ओ मैंने भी तो दसा था ना कि जब तक तेरी थां दूजा बंदा नहीं आ जाता तुम घर नहीं जा सकते ओहो साहब जी मेनू नहीं लगदा हुण इत्थे कोई आऊगा मैनूं तां लगदा बिया बन दे के मुड़ी गया होना ओ साहब जी ओ वेखो वेखो कोई तुरिया आउंदा है कच्ची लस्सी बना के लिया गला सोक के तेरिया डौलिया वर्गा होया पिया सब तुसी पियोगे जी पीणगे गर्मी बाली हुई पई है जी ओ तो मेरा मुंह ही देखी जाना चले थो जे मैं थके होया मतलब ये नहीं क्या लफड़े नहीं ला सकता तेरे सगो थके होया मैं बद बड़ंगा करदा हुना देखदा तां जे मैं लांगरी नहीं हौलदार हुंदा ओ भाई ये सच्ची हौलदार आ सब थके होए नाल मखौलता ना करो जी ए हौलदार ए तो फिर मैं सूबेदार हूं भाई मैं मजाक नहीं करदा इन्ना दा मुंह नहीं फितियां वेखो सब सिपाही राजा सिंह पोस्ट ते हाजिर जी मैं चलदा साहब जय हिंद हां तू चल हां आ गया तुम टिकाने पे चल मेरे साथ तुर जी सामान तेरा थोड़ा चखेगा चल ले क्या आ जाते हैं मुंह चूक के सामान चुका नहीं जाता अच्छा मुंडा तुमने अपना नाम क्या दसा था साहब रांझा सिंह अच्छा रांझा वही रांझा जिसको साहिबा के भाइयों ने बांट दिया था ओ तो मिर्जा सी मैं रांझा सी अरे जो भी है मरे तो दोनों कंजर कामों में ही बैठ जा जा हाँ जी देखो जबान तीन बातें मेरी बहुत पक्की है अच्छा जी एक तो मेरा स्वभाव बहुत कूता है अच्छा जी दूसरा मैं कोई बात भूलता नहीं हूँ तीजी तीजी क्या बात बातों बूतों में क्या रखा है अच्छा जवान तुम कोई गाल सुनाओ थोनू जी हाँ गाला जी नहीं है मर्जी साहब तेरी गाली नहीं बात ओ जनाब बस करा हूं तो पेज भी भर गया दूजा चक ला जब तक मेरा ना सही बोलना नहीं सीखता उदों तक लिखी चल फुम्मन फिरोजपुरिया फुम्मन फिरोजपुरिया फुम्मन फिरोजपुरिया आ लो जनाब हो गया तुहाडा नाम चेते की नाम मेरा फुम्मन फिरोजपुरिया धरियो भैणू साला पिछला ठीक कीता मूरला बिगाड़ लिया प्रीतो दी बच्ची इत्थे की कर रही है मेरी चाह क्यों नहीं ले आई कमरे च ओ हेलो सर थोड़ा थले प्रीतो ने नहीं बनानी ਹੁਣ ਸਾਰਿਆਂ ਲਈ ਚਾਹ ਤੂੰ ਬਣਾ ਕੇ ਲੈ ਕੇ ਆਏਂਗੀ ਮੈਂ ਹਾਂ ਤੂੰ ਨਾਲੇ ਮਿੱਠਾ ਥੋੜਾ ਜਿਹਾ ਘੱਟ ਰੱਖੀ ਆਰ ਯੂ ਮੈਡ ਪ੍ਰੀਤੋ ਦੇ ਹੁੰਦੇ ਮੈਂ ਚਾਹ ਬਣਾਉਂਗੀ ਨੈਵਰ ਬਹੁਤਾ ਚੀਕ ਕੇ ਬੋਲਣ ਦੀ ਲੋੜ ਨਹੀਂ ਮੈਂ ਤਾਂ ਪਹਿਲਾਂ ਹੀ ਸਾਰੀ ਰਾਤ ਨਹੀਂ ਸੁੱਤਾ ਸਾਰੀ ਰਾਤ ਨਹੀਂ ਸੁੱਤਾ ਤੈਨੂੰ ਤਾਂ ਹੋਸ਼ ਹੈ ਕੋਈ ਨਹੀਂ ਸੀ ਵਾਟ ਯੂ ਮੀਨ ਕੀ ਮਤਲਬ ਹੈ ਤੇਰਾ ਖੜ ਜਾ ਤੈਨੂੰ ਮਤਲਬ ਵੀ ਸਮਝਾ ਦਿੰਦਾ ਤੱਕਲੇ ਚ ਤਾਂ ਵਲ ਰਹਿ ਜੂ ਪਰ ਤੇਰੇ ਚ ਨਹੀਂ ਰਹਿਣ ਦਿੰਦਾ ਜਾ ਚਾਹ ਬਣਾ ਕੇ ਲੈ ਗਿਆ ਓ ਪ੍ਰੀਤੋ ਜੀ ਉਹ ਤੂੰ ਫੇਰ ਆ ਗਈ ਮੈਂ ਤਾਂ ਇਹ ਪੁੱਛਣ ਆਈ ਸੀ ਕਿ ਲਾਈਟਰ ਕਿੱਥੇ ਹੈ ਹਾਂਜੀ ਕਿੰਨੇ ਕਾ ਭਾਜੀ ਤੁਹਾਡੇ ਦੋ ਦੇ ਦੋ ਆ ਠੀਕ ਹੈ ਜੀ ਗੋਲਸ਼ਨ ਜੀ ਹਾਂਜੀ ਹਾਂ ਕਿੰਨੇ ਕ ਹਾਂ ਆ ਗਏ ਆ ਗਏ ਆ ਗਏ ਹੈਲੋ ਗੋਲਸ਼ਨ ਜੀ ਹੈਲੋ ਗੋਲਸ਼ਨ ਜੀ ਮੇਜਰ ਸਾਹਿਬ ਤੁਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੋਲਸ਼ਨ ਜੀ ਆ ਕਮੀਜ਼ ਫੱਟੀ ਜੀ ਟੇਢੀ ਜੀ ਆ ਪੱਗ ਜੀ ਬਣੀ ਤੇ ਆ ਚਾਹ ਦੀ ਦੁਕਾਨ ਇਹ ਕੀ ਡਰਾਮਾ ਜੀ ਮੇਜਰ ਸਾਹਿਬ ਇਹ ਬੜੀ ਲੰਮੀ ਕਹਾਣੀ ਆ
कोई गल नहीं, दस दो टाइम हैगा मेरे कोले। चलो ठीक है, जे तुसी कहने ते मैं दस दिना जी। मेजर साहब। हाँ जी। मेजर साहब मैं तुहानूं दस दिना, आ जाओ मेजर साहब एक दिन। मेजर साहब मैं एक दिन कंटीन ते चाह पीन दिया सी। हाँ जी। उत्थे मैं की वेख्या मेजर साहब, उत्थे एक मुंडा अपने प्यो नूं प्यो कहण ते इतराज कर रहा सी। लानत है उहदे, क्योंकि उहदा प्यो चाह वेचण वाला सी। हुण जिस बंदे ने चाह वेच वेच के उहनूं पढ़ाया, उहनूं लिखाया, उहनूं काबल कीता कुछ करन लई, मेजर साहब ओही मुंडा पता की कह रहा सी। की? अज मैनू तेनू प्यो कहण ते शर्म आउंदी है, शर्म। ओह बहुत गलत। मैं मेजर साहब ओनू कहा, काका मेहनत ते ईमानदारी दा काम कदे भी कोई छोटा नहीं होंदा। मैनू पता की कहण लगा। हाँ जी। कहंदा जे एडी गल ते तुसी चाह वेच के दिखाओ, तुसी चाह दी दुकान खोल सकदे हो। कसम लगे रेड़ी दी मेजर साहब, ओदी गल मेरे दिल ते लग गई। ओहो। मैं कहा हाँ मैं करके दिखाऊं तेनू। बस उस दिन तो मेजर साहब टीचर तो एक चाला बन गए। वाह गुलशन जी वाह, भाई थोड़े वर्गा महान बंदा मैं जिंदगी च अज तक नहीं देखा, पर अज थोनू मेरी भी एक गल मननी पऊ। मेजर साहब केड़े? तुसी कमो जी नू वापस अपने घर ले आओ। कमो? कमो? देखो गुलशन जी, घर दे झगड़िया नू लंबा नहीं खिंचते। जो हो गया बोल जाओ। कमो कौन मेजर साहब? रुको एक मिनट। हाँ आपको नवी पसूड़ी पहन लगी है। हाँ जी तुहाडे हैगे आ 5 कप। हाँ जी तुहाडे किन्ने चाचा जी? 3 कप। ठीक है जी 3 कप। ए 3 ते 4 7 ते 7 ते 2 9 अपने किन्ने? 4 4 5 है ना यार, पैसे भी दिया करो, खंड बड़ी महंगी हो गई है। ठीक है ना चाचा, मैं नहीं बनाऊंगा। आलो संभालो कमो जी नु, मतलब अपनी पत्नी नु। मेरा मुंडा आऊगा। वेख्या तुसी मुंडे दा सपना? तुसी वेख्या ते ज्यों ए रहे ने ओदे नाल। ओ इनू कहंदे ने सच्चा प्यार। बड़े लकी हो तुसी जो थोनू इदां दी पत्नी मिली। संभाल के रखो इन्हां नू। चलो मैं चलदा, सत श्री अकाल, ध्यान रखियो। चलो चलो बैठो बैठो। मेरा मुंडा लो जी, लगदा फैमिली कंप्लीट हो गई है। चल आ हुण रोना बंद कर, आ ले आ ग्लासियां फड़, ओ सामने टूटी लगी है तो लिया। चल मेरा बुग्गा, होर लो लो वेले होइए। चल उठ, शाबाश उठ, चल भैन बन के तो लिया। सरदार बहादुर फुमन सिंह फिरोजपुरिया साहब, उन्होंने मिलना जी। काम दसो। थोड़े नाल मैनू कोई काम नहीं, मैनू फुमन सिंह फिरोजपुरी नाल काम। रांझे दा मामा ते अमरीका दा ओबामा, भावे अजकल दोए बेले ने, पर उन्हां नू मिलना इन्ना सौखा नहीं। तू फिर भी किस्मत आला, दास नू फुमन फिरोजपुरी कहंदे। तैनू एक बारी गल समझाई समझ नहीं आई? मैं किसी दास दूस नू नहीं मिलना, मैं सरदार फुमन सिंह फिरोजपुरी नू मिलना। कामला कुकड़ दुपहरे वांग, ओ एक कचहरियां चुची उची आवाजा मारन वाले आ, मेरा नाम ही फुमन फिरोजपुरी आ। जे हुक्म होवे जनाब दा ते होटल बुक करा दिए 5-7 दिन लई। मैं सड़ दी तौड़ी ला दूं जे मेरे नाल कोई पुट्टी सिद्धी गल कीती आ ता। ओहो तुसी ना दसणु ता 10 मिनट लाते, जेड़ी गल मैं सिखण सिखाउण लई करना आया ना ओनू ता फिर तुसी घट्टो घट 5-7 दिन लाऊंगे। मैं ता होटल बुक करन दी गल कीती सी, लगदा तुसी पताया दी फीलिंग लगा। ना सिखण सिखाउण नू मैं तेरे कोलों सरंगी सिखणी आ। ओ मैं सरंगी नहीं सिखाउणी, तुसी सिंगिंग सिखाउणी आ, ओ भी साडी किसे छोटी बच्ची नू। मैं सुनिया तुहाडा पाणजा तुंबी वाले बड़े चंगियाड़े कढ़दा। ना चंगियाड़े कढ़ण नू स्टेन करना, ओए साजां दा अदब करना सिखी दा। ओए इस तो बड़ा की अदब हो सकदा, बच्ची नू संगीत सिखाउण दे बदले 50,000 रुपया रोटी पानी कार कोठी आ नगद 50,000 रुपया दे रहे हैं। आ चक ना, होर तुहानू छणकना चाहीदा। ओ इन्ने पैसियां दे विच बच्ची छड़ चाहे पूरे दा पूरा टब्बर संगीत सिख लवे। नहीं नहीं फिलहाल टब्बर चो एक दी मत बजी आ। मेरी गल सुनो, आ लो साडा एड्रेस ते कल नू टाइम ना आ जाइयो बिलासपुरिया साहब। ओए ओए मेरा ना बिलासपुरिया नहीं, मेरा ना फिरोजपुरिया। ओ आ जाइयो टाइम। जुत्ती चाड़ के चढ़ी मुटियारे नी गड्डिया छकीन जट दे। मिट्टी ते मेरी जुत्ती ना भी बहुत लगी है, चाड़ा
ਤੁਸੀਂ ਤਾਂ ਮਾਲਕ ਹੋ, ਤੁਸੀਂ ਤਾਂ ਗੰਦੀ ਨਾਲ ਵੀ ਬੈਠ ਸਕਦੇ ਹੋ। ਬੈਠੋ ਬੈਠੋ। ਹਾਂਜੀ ਬਹਿ ਜਾਓ। ਮਾਰਨਾ ਤਾਂ ਥੱਲੇ ਟਿਆ ਪਿਆ। ਗੁਲਾਬ ਪਾ ਗਏ ਬਾਈ। ਸਤਿ ਸ੍ਰੀ ਅਕਾਲ ਜੀ। ਲੱਭੇ ਓਏ। ਹਾਂ ਇੱਕ ਗੱਲ ਕਹਾਂ। ਇਸ ਲੰਗੂਰ ਕੋਲ ਅੰਗੂਰ ਜਚਦਾ ਬਹੁਤ ਆ। ਬੇਟਾ ਜੀ ਇੰਡੀਅਨ ਲੋਕਾਂ ਦੀ ਆਹੀ ਪ੍ਰੋਬਲਮ ਹੈ, ਇਹਨਾਂ ਨੂੰ ਅਵਾਇਡ ਕਰਿਆ ਕਰੋ। ਮੈਨੂੰ ਤਾਂ ਕਿਤੇ ਇੰਡੀਅਨ ਨਜ਼ਰ ਆ ਜਾਏ, ਮੈਂ ਆਪਣਾ ਰਾਹ ਚੇਂਜ ਕਰ ਲੈਣਾ। ਐਕਸਕਿਊਜ਼ ਮੀ ਸ਼ਮਸ਼ੇਰ ਜੀ, ਤੁਸੀਂ ਵੀ ਤਾਂ ਇੰਡੀਅਨ ਹੀ ਹੋ ਨਾ? ਨੋ ਮੈਮ, ਆਪਾਂ NRI। ਐਨੀਵੇਜ਼ ਇਹੋ ਜਿਹੀਆਂ ਛੋਟੀਆਂ ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰੀਦੀ। ਚੱਲ ਤੂੰ ਜਲਦੀ ਨਾਲ ਤਿਆਰ ਹੋ ਜਾ, ਅੱਜ ਖੰਨਾ ਸਾਹਿਬ ਦੀ ਬੇਟੀ ਦੀ ਇੰਗੇਜਮੈਂਟ ਹੈ, ਆਪਾਂ ਉੱਥੇ ਜਾਣਾ। ਮੈਡਮ ਮੈਂ 2 ਮਿੰਟ 'ਚ ਰੈਡੀ ਹੋ ਕੇ ਆ ਜੀ। ਤੁਸੀਂ ਨਾ ਵੀ ਤਿਆਰ ਹੋਵੋ ਤਾਂ ਵੀ ਠੀਕ ਹੈ। ਅੱਛਾ ਜੀ, ਮੈਂ ਬਿਨਾਂ ਤਿਆਰ ਹੋਇਆ ਤੁਹਾਨੂੰ ਇੰਨਾ ਚੰਗਾ ਲੱਗਦਾ ਜੀ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਖੰਨਾ ਜੀ ਨੇ ਸਿਰਫ ਮੈਨੂੰ ਤੇ ਬੇਬੀ ਨੂੰ ਇਨਵਾਈਟ ਕੀਤਾ, ਤੁਹਾਨੂੰ ਨਹੀਂ। ਚੱਲ ਲੈਟਸ ਗੋ। ਕਮਾਲ ਦੀ ਗੱਲ ਹੋ ਗਈ, ਇਹ ਤਾਂ ਨੇਰ ਕਰਦੀ ਹੈ। ਉਹ ਸੈਂਡੀ ਨੂੰ ਖੰਨੇ ਨਾਲ ਮਿਲਾਉਣ ਵਾਲਾ ਮੈਂ, ਸਾਰਿਆਂ ਨੇ ਮੈਨੂੰ ਨਹੀਂ ਸੱਦਿਆ। ਇਹ ਤਾਂ ਉਹ ਗੱਲ ਹੋਈ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ। ਓ ਹੈਲੋ ਕਮਰੀਆ, ਆ ਸਵੇਰੇ ਸਵੇਰੇ ਗੱਡੀ ਧੋਈ ਜਾਣਾ? ਨਹੀਂ, ਗੱਡੀ ਨੂੰ ਪਾਣੀ ਦੇ ਰਿਹਾ, ਕੀ ਪਤਾ ਵੱਡੀ ਹੋ ਜਾਵੇ। ਕਿੱਥੇ ਚੱਲੇ ਆ? ਮਰਗ ਦੇ ਭੋਗ ਤੇ ਚੱਲੇ ਤੂੰ ਜਾਣਾ? ਅੱਛਾ ਅੱਛਾ, ਭੰਗੜਾ ਪਾਉਣ ਚੱਲੇ ਆ ਮਰਗ ਤੇ? ਕੀ ਮਤਲਬ? ਆਹ ਦੇਖ ਸਾਰਾ ਟੱਬਰ ਦਾ ਪੱਬੀ ਮੈਂ ਬਣਿਆ ਫਿਰਦਾ। ਇਹ ਤਾਂ ਸੱਚੀ ਬੀਨ ਬਾਜੇ ਦੇ ਬਣੇ ਫਿਰਦੇ ਨੇ। ਹੋਇਆ ਵੀ ਸ਼ੇਰੋ, ਕਿਵੇਂ ਆਉਣਾ ਹੋਇਆ? ਲੰਘ ਰਿਹਾ ਸੀ ਇੱਧਰ ਦੀ, ਮੈਂ ਕਿਹਾ ਤਾਇਆ ਦੇ ਦਰਸ਼ਨ ਹੀ ਕਰ ਚਲੀਏ। ਦਰਸ਼ਨ ਕਰਨ ਨੂੰ ਤਾਇਆ ਭੈਰੋਨਾਥ ਹੈ ਪਸਿਆ ਟ ਨਾ ਆ ਜਾ। ਤਾਇਆ ਸੱਭਿਆਚਾਰਕ ਮੇਲਾ ਕਰਾਉਣ ਲੱਗੇ ਆ, ਪਰਚੀ ਜੀ ਘਟਾਉਣੀ ਸੀ। ਆਹੋ ਮੇਲਾ ਕਰਾਉਣਾ ਨੇ ਵੱਡੇ ਜਗਦੇਵ ਜਸਵਾਲ ਨੇ, ਭੱਜੋ ਇਤੋਂ। ਤੁਸੀਂ ਤਾਂ ਕੱਪੜੇ ਪਾ ਲਓ ਜੀ। ਕਿਉਂ, ਆ ਕੱਪੜੇ ਨਹੀਂ, ਕਲਚਰ ਹੈ ਆਪਣਾ। ਕੱਪੜੇ ਤਾਂ ਹੈਗੇ ਜੀ, ਪਰ ਲੱਗੀ ਹਵੇਲੀ ਵਾਲੇ ਪੁਤਲੇ 'ਚ ਜਾਂਦੇ ਹੋ। ਸਾਹਿਬ ਜੀ, ਸਾਹਿਬ ਜੀ ਦੇਖੋ ਤਾਂ ਸੀ। ਸਾਹਿਬ ਜੀ ਸਾਹਿਬ ਜੀ, ਬਾਰਡਰ ਉੱਡ ਗਿਆ ਸੀ, ਮਸਾਂ ਫੜ ਕੇ ਲਿਆਂਦਾ ਮੈਂ। ਅੱਛਾ, ਉੱਡ ਗਿਆ ਤਾਂ ਹੋਰ ਕੀ। ਚਾਹ ਕੋ ਛੋੜ, ਪਹਿਲੇ ਬਾਰਡਰ ਦੇਖਦੇ ਹਾਂ। ਜਾਨ ਤੇ ਖੜ ਕੇ ਚੱਕ ਕੇ ਲਿਆਂਦਾ ਜੀ ਬਾਰਡਰ। ਤੁਮ ਰੋਜ਼ ਮੇਰੀ ਤੜਕੇ ਤੜਕੇ ਨੀਂਦ ਖਰਾਬ ਕਰ ਦਿੱਤੇ ਹੋ। ਅਬ ਤੁਮ ਮੈਂ ਇੱਕ ਐਸਾ ਤਕੜਾ ਤਰੀਕਾ ਬਤਾਤਾ ਹੂੰ, ਜਿਸੇ ਬਾਰਡਰ ਕਾ ਪਤਾ ਕਰਨਾ ਪੱਕਾ ਕੰਮ ਹੋ ਜਾਏਗਾ। ਜਹਾਂ ਸੇ 250 ਕਰਮੋਂ ਤੱਕ ਹਮਾਰਾ ਇਲਾਕਾ, ਇਸੇ ਗਾਂ ਕਾ ਦੂਜਾ ਦੇਸ਼। ਆ ਹੋਈ ਨਾ ਗੱਲ, ਪਹਿਲਾਂ ਮੇਰੇ ਪੋਤੇ ਤੋਂ ਮੈਨੂੰ ਉਹੀ ਖੱਜਲ ਕਰੀ ਗਏ, ਕਦੇ ਝੰਡੀ ਦੇਖ ਕਦੇ ਟਿੱਬਾ ਦੇਖ। ਮੈਂ ਹੁਣੇ ਕਰਮਾ ਮਾਰ ਕੇ ਆਉਣਾ। 1, 2, 3, 4, 5, 6, 7, 8, 9, 26, 27, 28 ਲੈਫਟ ਰਾਈਟ, ਹਾਂ ਲੈਫਟ ਰਾਈਟ, 150, 151, 152, 153 ਲੈਫਟ ਰਾਈਟ, ਲੈਫਟ ਰੋਂਗ, ਖਬਰੇ 150, ਖਬਰੇ 200, 211, 212, 215, 203 ਉਹ ਮੈਨੇ ਗੱਲ ਦੱਸ ਦਿਆ। ਉਹ ਰਾਂਝਾ, ਉਹ ਸੋਹਣੀ ਮਹਿਮਾਨ, ਹੋ ਗਈ 250। ਜਮਾਂ ਸਹੀ ਹੈ। ਓ ਪਾਕਿਸਤਾਨੀਓ, ਕੰਨ ਖੋਲ ਕੇ ਗੱਲ ਸੁਣ ਲਓ ਮੇਰੀ, ਆ ਖਿੱਚਦੀ ਲਕੀਰ। ਜਨਾਬ, ਉਹ ਹਿੰਦੁਸਤਾਨੀ ਆਪਣੀ ਹਦੂਦ ਅੰਦਰ ਆ ਗਿਆ, ਇਹਨੂੰ ਤੇ ਠੋਕਾਂ। ਰਹਿਣ ਦੇ ਗੁਲਫਾਮ, ਕੋਈ ਸਿਰ ਫਿਰਾ ਨਵਾਂ ਭਰਤੀ ਹੋਇਆ ਹੋਣਾ, ਆਪੇ ਮੁੜ ਜਾਏਗਾ। ਉਹ ਜੇ ਕੋਈ ਤੁਹਾਡੇ ਚੋਂ ਇੱਧਰ ਆਇਆ ਨਾ, ਮੈਂ ਠੋਕ ਦੂੰ। ਲਾਗੀ ਸਮਝ ਮੇਰੇ ਪੁੱਤ ਦਿਓ। ਆ ਰੱਖਤਾ ਪੈਰ ਤੁਹਾਡੇ ਵਾਲੇ ਪਾਸੇ ਵੀ। ਮਾਮਾ, ਬਹੁਤ ਪੇਨ ਹੋ ਰਹੀ ਹੈ। ਤੇਰੀ ਆਈ ਮੈਂ ਮਰ ਜਾ, ਮੇਰਾ ਵਾਲ ਵਿੰਗਾ ਨਾ ਹੋਵੇ। ਤੁਸੀਂ ਠੀਕ ਹੋ ਕੇ ਬੈਠੋ, ਮੈਂ ਮਾਲਿਸ਼ ਕਰਦਾ ਜਿੱਥੇ ਤੁਹਾਡੇ ਸੱਟ ਲੱਗੀ ਆ। ਦੇਖ ਸਾਲਾ ਕਿੱਦਾਂ ਪੈਰਾਂ 'ਚ ਲਿਪਟਿਆ ਪਿਆ, ਜਿਵੇਂ ਝੋਨੇ ਨੂੰ ਪੱਤਾ ਲਪੇਟ ਸੁਣੀ ਪੈਂਦੀ ਆ। ਓ ਬ੍ਰਹਮਪੁਰੀਆ, ਆ ਕੀ ਸੀਨ ਓਏ? ਸੀਨ ਤਾਂ ਤੈਨੂੰ ਮੈਂ ਬਾਅਦ ਸਮਝਾ ਦੂੰ,
ਪਹਿਲਾਂ ਅੱਜ ਮੈਂ ਤੈਨੂੰ ਆਪਣਾ ਨਾਮ ਚੰਗੀ ਤਰ੍ਹਾਂ ਸਮਝਾ ਦਵਾਂ। ਤੂੰ ਮੇਰੇ ਇੰਨੇ ਨਾਂ ਬਦਲਿਆ ਹੁਣ ਮੈਨੂੰ ਖੁਦ ਨੂੰ ਚੇਤਾ ਭੁੱਲ ਗਿਆ ਮੇਰਾ ਅਸਲੀ ਨਾਮ ਕੀ ਆ। ਹਾਂ ਬਸ ਕਰ ਵਾ, ਬੰਦ ਕਰ ਆਪਣਾ ਡਰਾਮਾ। ਸਾਨੂੰ ਨਹੀਂ ਚਾਹੀਦਾ ਤੇਰਾ ਲੁੱਚਾ ਗਾਉਣਾ ਵਜਾਉਣਾ। ਆਪਣਾ ਟੈਂਡ ਫੋੜੀ ਚੱਕੋ, ਤਿੱਤਰ ਹੋਵੋ ਇੱਥੋਂ। ਆਹਾ, ਇਹ ਕੀ ਹੋ ਰਿਹਾ ਹੈ? ਮੈਮ ਸਾਨੂੰ ਤਿੱਤਰ ਹੋਣ ਨੂੰ ਕਹਿ ਰਿਹਾ ਇੱਥੋਂ। ਸ਼ਮਸ਼ੇਰ ਜੀ, ਤੁਸੀਂ ਕੌਣ ਹੁੰਦੇ ਨਾਲ ਤਿੱਤਰ ਕਰਨ ਵਾਲੇ? ਖਬਰਦਾਰ, ਜੇ ਫੁੰਮਣ ਜੀ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤਾਂ। ਕਮਾਲ ਕਰਦੇ ਆ ਮੈਡਮ ਤੁਸੀਂ, ਉਹ ਸ਼ਬਦ ਨੂੰ ਅੰਜਾਮ ਦੇ ਜਾਣ ਦਿਆ। ਮੈਂ ਇੱਕ ਸ਼ਬਦ ਨਾ ਬੋਲਾਂ, ਮੈਂ ਟੱਟੂ ਦਾ ਮੈਨੇਜਰ ਆ। ਸ਼ਮਸ਼ੇਰ ਜੀ, ਮਾਈਂਡ ਯੂਅਰ ਲੈਂਗੁਏਜ। ਤੁਹਾਨੂੰ ਪਤਾ ਵੀ ਹੈ ਫੁੰਮਣ ਜੀ ਇੱਥੇ ਕਿਉਂ ਹੈ? ਪਤਾ ਨਹੀਂ, ਕੱਲ ਰਾਤ ਮੈਂ ਪੌੜੀਆਂ ਤੋਂ ਡਿੱਗ ਗਈ ਸੀ, ਮੇਰੇ ਮੋਹ ਚ ਆ ਗਈ। ਫੁੰਮਣ ਜੀ ਮੈਨੂੰ ਆਪ ਚੁੱਕ ਕੇ ਬੈਡਰੂਮ ਤੱਕ ਲਿਆਏ ਨੇ। ਚੁੱਕ ਕੇ? ਹਾਂ, ਤੇ ਸਾਰੀ ਰਾਤ ਮੇਰੀ ਸੇਵਾ ਕੀਤੀ ਹੈ। ਸਾਰੀ ਰਾਤ? ਸ਼ਟ ਅਪ। ਅੱਛਾ, ਫੇਰ ਠੀਕ ਆ, ਮੈਂ ਸਮਝਿਆ ਕਰ ਘੰਟੇ ਕਿ ਤੂੰ ਇੱਥੇ ਆ। ਦਰ ਫਿਟੇ ਮੂੰਹ ਤੇਰੇ। ਓ ਮਾਈ ਗੋਡ, ਸੈਂਡੀ ਜੀ, ਕਮ ਔਨ। ਥੈਂਕ ਯੂ। ਤੁਸੀਂ ਕਿਉਂ ਆਪਣਾ ਬਲੱਡ ਪ੍ਰੈਸ਼ਰ ਵਧਾਉਂਦੇ ਹੋ? ਇਹਨਾਂ ਸ਼ੁਕਰੇ ਕੀ ਜਾਣਨ ਇਨਸਾਨੀਅਤ ਕੀ ਹੁੰਦੀ ਹੈ? ਓ ਮੈਡਮ, ਖੜੇ ਹੋ ਗਏ ਨੇ, ਹੱਥ ਛੱਡ ਦੇ ਹੁਣ। ਸੇ ਸੌਰੀ ਟੂ ਹਿਮ। ਸੌਰੀ ਮੈਂਸ਼ਨ ਮਸਟ। ਧਿਆਨ ਨਾ ਮੈਡਮ। ਡੋਨਟ ਟੱਚ, ਸਟੂਪਿਡ। ਕਰਾਲੀ ਬੇਇੱਜ਼ਤੀ, ਅੰਦਰੋਂ ਪਿਆਰ ਕਰਦੀ ਆ। ਓਏ ਪਹਾੜੀ ਕਾਂ, ਕੀ ਜਾਣੇ ਪਿਆਰ ਦੀ ਪਹੇਲੀ, ਇਹ ਤਾਂ ਜੀ ਨੇ ਪੱਟ ਲਈ, ਸਮਝ ਲਾ। ਆ ਬਹੁਤੇ ਦੰਦ ਜਿਹਾ ਨਾ ਕੱਢ, ਤੂੰ ਸੱਪ ਤੇ ਨਿਓਲੇ ਦੀ ਕਿਤਾਬਾਂ 'ਚ ਲੜਾਈ ਪੜ੍ਹੀ ਹੋਣੀ ਆ। ਹੁਣ ਤੈਨੂੰ ਮੈਂ ਦਿਖਾਊਂ ਨਿਓਲਾ ਸੱਪ ਦੇ ਦੰਦ ਕਿਵੇਂ ਭੰਨਦਾ। ਲਓ ਜੀ, ਮੈਂ ਆ ਮਿੱਠਾ ਸਿੰਘ ਵਿਚੋਲਾ, ਤੇ ਮੈਂ ਬਥੇਰਿਆਂ ਦੇ ਮੂੰਹ ਮਿੱਠੇ ਕਰਾ ਕੇ ਘਰ ਵਸਾਏ ਆ। ਸੇਮੀਆਂ 'ਚ ਲੂਣ ਉਦੋਂ ਪੈਂਦਾ ਹੈ ਜਦੋਂ ਲੈ ਦੇ ਕੇ ਵਿਚੋਲੇ ਦੇ ਪੱਲੇ ਫੂਕ ਮਾਰਿਆ ਉੱਡਣ ਵਾਲੀ ਪੈਂਦੀ ਆ ਮੁੰਦਰੀ ਤੇ ਗਾਲਾਂ। ਆਖੇ ਕੁੜਮੋ ਕੁੜਮੀ ਲੱਖ ਮਾਰੀ ਤੇ ਵਿਚੋਲੇ ਦੀ ਟੂਈ ਤੇ ਲੱਤ ਮਾਰੀ। ਲੈ ਭਾਈ, ਐਂ ਵੀ ਤਾਂ ਕਹਿੰਦੇ ਹੁੰਦੇ ਨੇ ਵੀ ਜੀਵੇ ਉਹ ਵਿਚੋਲਾ ਜਿਹਦੇ ਤੇਰੀ ਦੱਸ ਪਾਈ ਆ। ਲੈ ਦੱਸੋ ਭੈਣ ਜੀ, ਤੁਸੀਂ ਕਮਾਲ ਕਰਦੇ ਹੋ। ਹੁਣ 36 ਗਾਲਾਂ ਪਿੱਛੇ ਇੱਕ ਅਸੀਸ ਦਾ ਕੀ ਵੱਟਿਆ ਜਾਂਦਾ? ਕਿਉਂ ਮਾਸਟਰ ਜੀ, ਤੁਸੀਂ ਵੀ ਕੋਈ ਉਚਰੋ? ਗੱਲ ਤਾਂ ਤੇਰੀ ਸਹੀ ਹੈ ਮਿੱਠਾ ਸਿਆ, ਇਹ ਜਿਹੜਾ ਵਿਆਹ ਵਾਲਾ ਬੂਰ ਦਾ ਲੱਡੂ ਹੈ ਨਾ, ਤੇਰੇ ਵਰਗੇ ਵਿਚੋਲੇ ਵਿਚਕਾਰ ਕੇ ਅਗਲੇ ਦੇ ਮੂੰਹ 'ਚ ਪਸਾ ਤਾਂ ਦਿੰਦੇ ਆ। ਇਹ ਮੁੜ ਕੇ ਨਾ ਗਾਂ ਨਾ ਪਛਾਂ। ਪਰ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋਗਿੰਦਰ ਸਿੰਘ ਜੋਗਾ ਇਸ ਫੈਸਲੇ ਤੇ ਪਹੁੰਚਿਆ ਕਿ ਬੰਦੇ ਨੂੰ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ। ਉਹ ਤੇਰਾ ਔਖਾ। ਉਹ ਮਾਸਤਾ, ਤੂੰ ਤਾਂ ਮੇਰੀ ਚੱਲਦੀ ਹੋਈ ਵਿਚੋਲਗੀ ਵਾਲੀ ਹੱਟੀ ਬੰਦ ਕਰਾਏਗਾ? ਲੈ ਲੈ, ਐਂ ਕਿਵੇਂ ਹੱਟੀ ਬੰਦ ਹੋ ਜੂ ਬਈ? ਇੱਕ ਸਾਗ ਮੈਨੂੰ ਕਰਾ ਲਈ, ਹੱਟੀ ਤੇਰੀ ਫੇਰ ਖੁੱਲ ਜੂ। ਆ ਜਾ, ਤੈਨੂੰ ਤਾਂ ਪਹਿਲਾਂ ਲਵਾਵਾਂ ਚਵਾਰਾ। ਚੱਲ ਪਹਿਲਾਂ ਹਰਜੀਤੇ ਵਾਲਾ ਕੰਮ ਨਿਬੇੜ ਲਿਓ, ਮੇਰੇ ਤੇ ਬਾਅਦ ਚ ਨਿਗਾ ਰੱਖ ਲਿਓ। ਓਹੋ, ਸੂਤ ਨਾ ਬਤਾਂਗ ਜਲਾਏ ਨਾ ਠੇਂਗੋ ਠੇਂਗੀ। ਵੀਰੇ, ਜਿਹੜੀ ਤੂੰ ਗੱਲ ਕਰਨ ਆਇਆ ਨਾ ਉਹ ਕਰ। ਮੈਂ ਤਾਂ ਤੁਹਾਡੇ ਨਾਲ ਜਮਾ। ਹਾਂ ਹਾਂ, ਆ ਦੇਖੋ, ਆ ਲਓ ਜੀ। ਵਾਹ ਵੀ ਵਾਹ ਭੈਣ ਜੀ, ਮੈਨੂੰ ਐਂ ਦੱਸੋ। ਹਾਂ ਵੀਰੇ। ਬਈ ਮੁੰਡੇ ਦਾ ਕੱਦ ਕਾਠ ਥੋਡੇ ਤੇ ਗਿਆ ਜਾਂ ਪਿਓ ਤੇ? ਸੁੱਖ ਨਾਲ ਇਹਨਾਂ ਤੇ ਗਿਆ ਵੀਰੇ। ਇਹਨਾਂ ਤੇ ਗਿਆ? ਹਾਂਜੀ। ਇਹ ਤਾਂ ਫਿਰ ਜਮਾ ਗੱਟ ਕੀ ਲੱਗਦੀ ਆ, ਇਹ ਨਹੀਂ ਕੰਮ ਚੱਲਣਾ। ਆ ਜਿਹੜੀ ਕੁੜੀ ਆ, ਤੁਹਾਡਾ ਘਰ ਬਾਰ ਸੁੱਖ ਨਾ ਬਾਹਲਾ ਵੱਡਾ, ਇਹ ਤੋਂ ਸਾਂਭਿਆ ਨਹੀਂ ਜਾਣਾ ਭੈਣ ਜੀ। ਨਾ ਨਾ, ਮੈਂ ਰੰਗ ਜੀ ਨਹੀਂ ਭੰਗ ਪਾਉਣਾ। ਕੁੜੀਆ ਜਾ ਤੂੰ, ਤੇਰਾ ਕਿਤੇ ਹੋਰ ਕਰੂੰਗਾ। ਲੈ ਵੀ ਮਾਸਟਰ, ਆ ਤਾਂ ਮਹਾਰਾਜ ਨੇ ਲਾਗੇ ਹੋ ਕੇ ਸੁਣ ਲਈ, ਕੁੜੀ ਦਾ ਕੱਦ ਕਾਠ ਤੇ ਮੁੰਡੇ ਦਾ ਕੱਦ ਕਾਠ ਐਨ ਕਮਾਲ ਦਾ। ਵਾਹ ਵੀ ਵਾਹ, ਇਹਦਾ ਖਾਨਦਾਨ ਤੇ ਤੁਹਾਡਾ ਖਾਨਦਾਨ ਬਰਾਬਰ ਦੀ ਟੱਕਰ। ਵਾਹ, ਕਿੱਡੀ ਸੋਹਣੀ ਆ ਮਹਿਮਾਂ, ਸ਼ੱਕਰੇ ਜਾਵਾਂ, ਕਿਤੇ ਨਜ਼ਰ ਨਾ ਲੱਗ ਜਾ। ਉਹ ਬੈਠਾ ਗੱਲਾਂ ਦੇ ਪੁਲ ਬੰਨੀ ਜਾਏਗਾ ਕਿ ਕੁੜੀ ਦੀ ਫੋਟੋ ਵੀ ਦਿਖਾਏਗਾ। ਆ ਲੈ ਭਾਈ, ਇਹ ਆ ਦੇਖੋ, ਤੁਸੀਂ ਵੀ ਦੇਖ ਲਓ ਭੈਣ ਜੀ। ਕਿੰਨੀ ਸੋਹਣੀ ਕੁੜੀ ਆ, ਛਾਂਟ ਕੇ ਮੈਂ ਸਦਕੇ ਜਾਵਾਂ, ਬੁਲਾਈ ਸੋਹਣੀ ਆ, ਦੇਖਿਓ। ਉਹ ਲਿਆ ਫੜਾ ਦੇ ਉਰਾ, ਨਜ਼ਰ ਨਾ ਲਾ ਦੀ ਕਿਤੇ ਕੁੜੀ ਨੂੰ। ਲੈ ਵੀ ਮਿੱਠਾ ਸਿਆ, ਕੁੜੀ ਪਸੰਦ ਆ ਭਾਈ ਸਾਨੂੰ, ਬੰਦੇ ਵੀ ਤੂੰ ਦੱਸਦਾ ਵੀ ਵਧੀਆ, ਠੀਕ ਹੈ। ਇੱਧਰ ਫਿਰ ਜੋਗਾ ਸਿੰਘ ਦੀ ਵੀ ਜ਼ੁਬਾਨ ਪੱਕੀ ਤੇ ਮੁੱਛ ਖੜੀ। ਮੈਂ ਕਿਹਾ ਜਾ ਕੇ ਤੂੰ ਕੁੜੀ ਵਾਲੇ ਨਾਲ ਬਈ ਗੱਲਬਾਤ ਕਰ, ਆਪਣੇ ਵੱਲੋਂ ਰਿਸ਼ਤਾ ਪੱਕਾ। ਹਾਂ, ਉਹ ਮਾਸਟਰ ਤੇਰਾ ਦਿਮਾਗ ਸੈੱਟ ਆ, ਉਹ ਕੁੜੀ ਵਾਲੇ ਨਾਲ ਕਿੱਦਾਂ ਗੱਲ ਕਰਾਂਗੇ? ਤੁਸੀਂ ਕੁੜੀ ਦੀ ਫੋਟੋ ਤੇ ਦੇਖ ਲਈ ਆ, ਹੁਣ ਆਪਣੇ ਫਰਜੰਦ ਦਾ ਆਪਣੇ ਦਿਖਾਓ ਮੂੰਹ ਮਾਂਦਰਾ ਨਕਸ਼ਾ। ਉਹ ਅੱਛਾ, ਉਹ ਲਿਆ ਭਗਵਾਨ ਨੇ ਫੋਟੋ ਲਿਆ ਚੱਕ ਕੇ। ਭੈਣ ਜੀ, ਫੋਟੋਆਂ ਤੇ ਲਿਆਉਣੀਆਂ ਮੁੰਡਿਆਂ ਦੀਆਂ। ਵਿਚੋਲਾ ਸਾਹਿਬ, ਕਿਰਾਇਆ ਕਰਨੀ ਸੀ ਭਲਾ ਬਾਈ, ਜਿਹੜੀਆਂ ਫੋਟੋ ਤੁਹਾਡੇ ਹਿਸਾਬ ਕਿਤਾਬ 'ਚ ਨਹੀਂ ਆਈਆਂ, ਮੈਂ ਕਿਸੇ ਫੋਟੋ ਦੇ ਹਿਸਾਬ ਕਿਤਾਬ 'ਚ ਆਉਣਾ ਭਲਾ?
ਲੱਗਦਾ ਸਰਦਾਰ ਜੀ ਮੈਂ ਕਿਸੇ ਹਿਸਾਬ ਕਿਤਾਬ ਚ ਆਉਂਦਾ ਨੀ। ਚੱਲ ਪੱਠਿਆਂ ਦਾ ਹਿਸਾਬ ਕਿਤਾਬ ਕਰ, ਤੂੰ ਤਾਂ ਮੱਝਾਂ ਦੀਆਂ ਪੂਛਾਂ ਮੋੜ ਜੋ ਗਈ ਆ। ਆ ਲੈ ਵੀਰੇ, ਆ ਲੈ ਜੀ ਵੇਖੋ, ਦਿਖਾ ਵੀ ਮਿੱਠਾ ਸਿਆ। ਵਾਹ ਬਈ ਵਾਹ, ਲੈ ਆ ਤਾਂ ਬਣ ਗਈ ਗੱਲ। ਗੱਲ ਕੀ ਬਣ ਗਈ ਸਮਝੋ, ਗੱਲ ਪੱਕੀ ਬਣ ਗਈ। ਤੁਸੀਂ ਏਦਾਂ ਕਰੋ, ਮੁੰਡੇ ਨੂੰ ਸੱਦਾ ਭੇਜੋ, ਇਸ ਨੇ ਮੇਰੀ ਸੁਣੀ ਨੀ ਜੇ ਮਰੇਗਾ। लगता मजरू क्या, जब तुम्हें मैं ऊंची ऊंची बाजें दे रहा था, तुमने मेरी क्यों नहीं सुनी? पैर पसर पसर के तुर रहा था। पहली गल तो साहब ये कि मेरा नाम मजरू नहीं, मेरा नाम रांझा है। दूजी गल है कि जो कोई बंदा तुरै जाता हो पिछों बाजें नहीं मारी दियां। तीजी गल है कि जे मैं गिणती भुल जाता, मैं पाकिस्तान वाले पास जा बढ़ना सी, ते अगले ने मेरे हिक च गोली मारनी सी हिक च। ते चौथी गल साहब ये है, इधरला पैर मेरा पाकिस्तान जा आया। वधिया कीता साहब ने। तुम्हें पांचवी गल का तो पता ही नहीं, तेरी एक टांग नहीं, तू पूरे का पूरा पाकिस्तान में था, उल्लू का बड्डा। जनाब ठीक क्यों ना? हाँ गुलफाम, लत नु झुके लेंगे। आहिस्ता जनाब आहिस्ता। अच्छा तुम ये बताओ, कहीं तुम्हारा बापू पाकिस्तान में गेड़ी तो नहीं लगाने गया था? ओ तू चंगा बंदा साहब, मैं तो जदों अपना मुंह किसी बगाने धड़ते देखा, मैंने तो डोबू जे पई जंदे ने। अरे जवान तुम्हें डोबू नहीं, होम सिकनेस हो गई है। ए मेरे पुत्त दी की हुंदी है, मैं तो कुछ पुट्ठा सिद्धा भी नहीं खादा जी। जवान जब तुम होम से निकले होंगे तो किसी ने सींक मार दी होगी, तो होम सिकनेस हो गई। जय हिंद साहब जी। जय हिंद। आ साहब जी चिट्ठी आई है जी, कोई अपना रांझा सिंह दे नाम दी। मेरी है। अरे जवान तुम कुछ खा पी लिया करो भाई, बड़े कमजोर से भर्ती हो गए। आहो साहब जी तुसी तो जिवें गड़ाई लेके कमीज पाड़ दिंदे हो। चल जाके चिट्ठियां बांट। चिट्ठियां? हां भाई जवान, कोई प्रॉब्लम? बापू ढिला हो गया मेरे पुत दा। फिर तो तुम्हें जाना चाहिए। दारू पीपी ढिला हो गया हुण। वाह ये होता प्यो पुत का प्यार, पहले तुम्हें याद करके दुखी होता होगा फिर पीता होगा। कानू खुशी च पींदा होना कि बला टली। छुट्टी के लिए अर्जी दोगे तो बहुत दिन लांग जाएंगे, वैसे काम तो है रिक्सी, तुम्हारा तो जहाँ से पीट भी नेड़े ही है। तुम चले जाओ मैं सांभ लूंगा, ठीक है? ऐसी चिट्ठियों का मतलब होता है कि बंदा लबे लगा हुआ है। दुकान में हाथ मत पकड़ेगा, तंबू में आ जाया कर। तंबू च भी आ जाऊंगा, पहला कल्या बैठ के गल्ला तो कर लिए दो प्यार दिया। थोड़ा की भरोसा, कदो तंबू पट के बहु बीट हो जाए। नब्ज ठीक है, बस दवाई लेंदे रहो जड़ी दसी है। मैनू लगता आप डॉक्टर को आ गए। नहीं नहीं भाजी मैरिज भी रही है, ये तो कदे कदे जान पछाण दे मरीज चेक कर लेते हैं। तुसी दवाई लेंदे रहो है, दवाई ना भुल्यो। इत्थे रिश्ते कौन करांदा जी? आपां ही करांदे जी, आओ बैठो। आजो आजो, तुसी तेना नहीं ब्याह कराउणा? ओ ना जी पहलो एक कराओ, जे ओ ठीक निकल गया ते बाकी दो भी करा लांगे। बाई दे वे मुंडा कौन है थोड़े चो? तीनों मुंडे ही हैं। तू भी
ਮੇਰਾ ਮਤਲਬ ਵਿਆਹ ਵਾਲਾ ਮੁੰਡਾ ਕੌਣ ਹੈ? ਭਾਜੀ ਮੈਂ ਕਰਾਉਣਾ ਜੀ, ਮੈਂ ਉਹ ਵਿਆਹ ਵਾਲਾ ਮੁੰਡਾ। ਕੁੜੀ ਕਿਹੋ ਜਿਹੀ ਚਾਹੀਦੀ ਤੁਹਾਨੂੰ? ਜਿਹੋ ਜਿਹੀ ਉੱਠ ਕੇ ਗਈ ਹੈ ਜੀ, ਜੇ ਇਹੋ ਜਿਹੀ ਹੋ ਜੇ ਤੇ। ਇਹ ਤਾਂ ਬੁੱਕ ਹੈ, ਕੋਈ ਹੋਰ ਚੁਆਇਸ ਦੱਸੋ। ਹੋਰ ਬਸ ਫਿਰ ਕੁੜੀ ਹੋਵੇ ਤੇ ਸਾਹ ਚੱਲਦੇ ਹੋਣ। ਉਹ ਐਂ ਤਾਂ ਭਾਈ ਸਾਹਿਬ ਅਸੀਂ ਚੈੱਕ ਕਰਾ ਕੇ ਦੇਵਾਂਗੇ, ਹੋਰ ਵੈਂਟੀਲੇਟਰ ਤੋਂ ਲਾ ਕੇ ਥੋੜਾ ਕੁੜੀ ਦੇ ਲਾਵਾਂ ਫਿਰ ਕਰਾ ਦੇਵਾਂਗੇ ਤੁਹਾਡੇ ਨਾਲ। ਭਾਜੀ ਟੱਬਰ ਆ ਜੀ ਆਪਣਾ, ਸੁਖਨਾ ਕਾਫੀ ਵੱਡਾ, 10 ਕਿੱਲੇ ਵੀ ਆਉਂਦੇ ਨੇ ਜੀ ਮੁੰਡੇ ਦੇ ਹਿੱਸੇ। ਕਮਾਲ ਹੈ ਯਾਰ, ਐਡਾ ਖਾਨਦਾਨੀ ਮੁੰਡਾ, ਤੈਨੂੰ ਮੈਰਿਜ ਵੀਰੋ ਤੇ ਆਉਣ ਦੀ ਕੀ ਲੋੜ ਸੀ? ਤੁਹਾਡੇ ਤਾਂ ਕੁੜੀ ਵਾਲੇ ਅੱਗੇ ਪਿੱਛੇ ਭੱਜਦੇ ਹੋਣੇ ਚਾਹੀਦੇ ਆ। ਉਹ ਭਾਜੀ ਅਸਲ 'ਚ ਨਾ ਸਾਡਾ ਇਲਾਕੇ 'ਚ ਨਾਂ ਬਹੁਤ ਆ ਜੀ, ਇੱਥੇ ਕੁੜੀ ਵਾਲੇ ਦਾਜ ਦੂਜ ਦੇਣ ਦਾ ਧੱਕਾ ਬਹੁਤ ਕਰਦੇ ਆ ਜੀ। ਇਸੇ ਕਰਕੇ ਵਿਆਹ ਉੱਥੇ ਕਰਾਉਣਾ ਜੀ ਜਿੱਥੇ ਕੋਈ ਜਾਣਦਾ ਹੀ ਨਾ ਹੋਵੇ। ਚੁੱਪ ਚਪੀਤੇ, ਓ ਹੋ ਹੋ ਹੋ, ਇੰਨੇ ਉੱਚੇ ਵਿਚਾਰ ਯਾਰ। ਬਸ ਲੈ ਤੁਸੀਂ ਐਂ ਕਰੋ, ਆਹ ਆਪਣਾ ਐਡਰੈਸ ਲਿਖ ਦਿਓ, ਮੈਂ ਕੁੜੀ ਵਾਲੇ ਤੁਹਾਡੇ ਘਰੇ ਭੇਜਦਾ ਕੱਲ ਨੂੰ। ਭਾਜੀ ਆਪਾਂ ਕਾਹਨੂੰ ਕੁੜੀ ਵਾਲਿਆਂ ਨੂੰ ਖੱਜਲ ਕਰਨਾ, ਆਪਾਂ ਆਪ ਚੱਲ ਵੜਾਂਗੇ ਜਿੱਥੇ ਜਾਣਾ। ਇੱਕ ਵਿਚਾਰਿਆਂ ਨੇ ਕੁੜੀ ਦੇਣੀ ਉੱਤੋਂ ਤੇਲ ਫੂਕ ਕੇ ਆਉਣਗੇ ਜੀ। ਇੰਨੀ ਉੱਚੀ ਸੋਚ ਤੇਰੀ ਯਾਰ, ਤੇ ਹਾਲੇ ਤੱਕ ਕੁਆਰਾ ਕਿਵੇਂ ਫਿਰਦਾ? ਸੋਚ ਨਹੀਂ ਮਰਵਾਇਆ ਜੀ। ਲੈ ਫਿਰ ਹੁਣ ਤੇਰਾ ਵਿਆਹ ਕਰਾਉਣ ਦੀ ਜ਼ਿੰਮੇਵਾਰੀ ਮੇਰੀ, ਚਾਹੇ ਮੈਨੂੰ ਆਪਣੀ ਫੀਸ ਵੀ ਛੱਡਣੀ ਪਵੇ। ਆਹ ਫੜ ਵਿਜ਼ਿਟਿੰਗ ਕਾਰਡ, ਤੂੰ ਮੈਨੂੰ ਕੰਟੈਕਟ ਕਰ ਲੈ। ਹਾਂ, ਕਾਰਡ ਪਾ ਬੈਗ 'ਚ। ਠੀਕ ਹੈ ਭਾਜੀ, ਬਹੁਤ ਮਿਹਰਬਾਨੀ ਜੀ, ਬਸ ਖਿਆਲ ਰੱਖਿਓ ਜੀ ਭਾਜੀ। ਬਿਲਕੁਲ, ਮੈਂ ਪਰਵਾਹ ਨਾ ਕਰੋ। ਮਿਹਰਬਾਨੀ ਭਾਜੀ, ਸਤਿ ਸ਼੍ਰੀ ਅਕਾਲ। ਫਿਕਰ ਨਾ ਕਰੇ ਹੁਣ ਮੇਰੇ ਹੁੰਦੇ ਕੋਈ, ਮੈਨੂੰ ਲੱਗਦਾ ਬਣ ਜੂ ਗੱਲ ਆਪਣੀ ਤੇ। ਓਏ ਯਾਰ, ਇਹਨੂੰ ਪਤਾ ਤਾਂ ਨਹੀਂ ਲੱਗ ਜੂ ਆਪਾਂ ਨੇ ਛੱਡੀ? ਉਹ ਆਏ ਯਾਰ, ਕਿਵੇਂ ਪਤਾ ਲੱਗ ਜੂ? ਐਂ ਪਤਾ ਲੱਗਦਾ ਕੋਈ ਆਪਾਂ ਸ਼ਕਲ ਤੋਂ ਕਿਤੇ ਆਏ ਲੱਗਦੇ ਆ। ਲੈ ਦੱਸ ਇਹਨੂੰ ਯਾਰ, ਕੀ ਕਹੀ ਜਾਂਦਾ ਹੈ? ਉਹ ਬੱਲੀ ਆ ਗਿਆ ਤੂੰ? ਤੇਰਾ ਭਲਾ ਕੀ ਕਹਿੰਦੇ? ਕਹਿੰਦੇ ਮਿਲ ਕੇ ਚੰਗਾ ਲੱਗਿਆ। ਵਧੀਆ ਯਾਰ, ਲੋਕਾਂ ਦੇ ਰਿਸ਼ਤੇ ਕਰਾਉਂਦੇ ਕਰਾਉਂਦੇ ਅੱਜ ਆਪਦਾ ਵੀ ਹੋਣ ਲੱਗਿਆ। ਉਹ ਤੁਸੀਂ ਅਜੇ ਗਏ ਨਹੀਂ? ਸਤਿ ਸ਼੍ਰੀ ਅਕਾਲ ਵੀਰ, ਸੋਰੀ ਯਾਰ। ਸੋਰੀ ਕਿਉਂ ਬਾਈ? ਸਾਨੂੰ ਪਤਾ ਨਹੀਂ ਲੱਗਾ ਯਾਰ, ਤੂੰ ਇਹਦਾ ਮਾਲਕ ਆ, ਉਹੀ ਬੋਲੀ ਜਾਂਦੇ ਸੀ ਆਪਾਂ। ਉਹ ਯਾਰ ਕਿੱਡਾ ਡਾਊਨ ਟੂ ਅਰਥ ਬੰਦਾ, ਕੋਈ ਗਲਤੀ ਵੀ ਨਹੀਂ ਕੀਤੀ ਫਿਰ ਵੀ ਸੋਰੀ ਮੰਗੀ ਜਾਂਦਾ। ਇਹ ਵੀ ਆਪਣੇ ਕੋਲ ਰਿਸ਼ਤੇ ਵਾਸਤੇ ਆਏ ਨੇ, ਬੜੇ ਵਧੀਆ ਸਰਦਾਰਾਂ ਦਾ ਮੁੰਡਾ, ਇੰਨਾ ਡਾਊਨ ਟੂ ਅਰਥ ਹੈ, ਕਹਿੰਦਾ ਕੁੜੀ ਗਰੀਬ ਘਰ ਦੀ ਲਿਆ ਦਿਓ ਚਾਹੇ 3 ਕੱਪੜਿਆਂ 'ਚ ਲੈ ਜੂਗਾ। ਫਿਰ ਤਾਂ ਆਪਾਂ ਨੂੰ ਉਹ ਵਾਲਾ ਕਰਾ ਦਿੰਦੇ ਰਿਸ਼ਤਾ, ਉਹ ਰਾਮੇ ਅੰਕਲ ਦੀ ਕੁੜੀ ਦਾ ਨਾ। ਲਓ ਵੀ ਹੋ ਜਾਓ ਤਿਆਰ, ਹੋ ਗਿਆ ਸਮਝੋ ਰਿਸ਼ਤਾ ਤਾਂ। ਬਸ ਵੀਰੇ, ਤੁਹਾਡੇ ਨੇ ਛੱਡਿਆ ਸਾਰਾ ਕੁਝ। ਸ਼ਰਮ ਕਰੋ। ਉਹ ਜੀਜਾ ਜੀ, ਹੋਰ ਤੁਸੀਂ ਕੀ ਚਾਹੁੰਦੇ ਹੋ? ਤੁਹਾਨੂੰ ਅਸੀਂ ਬਿਠਾ ਕੇ ਰੋਟੀਆਂ ਖਵਾਈਏ? ਉਹ ਚਾਹੇ ਖੜਾ ਕੇ ਖਵਾ ਲਓ, ਪਰ ਮੇਰੇ ਦਿਨਾਂ ਦੋ। ਉਹ ਮੈਂ ਦੁਨੀਆ ਦਾ ਪਹਿਲਾ ਬੰਦਾ ਜਿਹਦਾ ਰੋਟੀਆਂ ਖਾਣ ਨਾਲ ਬਾਹਰ ਕੱਟ ਗਿਆ। ਬੇਟਾ ਜੀ, ਤੁਸੀਂ ਤਾਂ ਕਹਿੰਦੇ ਸੀ ਕਾਕਾ ਘਰ ਦੀ ਜ਼ਿੰਮੇਵਾਰੀ ਚੁੱਕੂਗਾ। ਓ ਡੈਡੀ, ਤੁਸੀਂ ਗਲਤ ਸੁਣ ਲਿਆ ਹੋਣਾ, ਜ਼ਿੰਮੇਵਾਰੀ ਚੱਕੂ ਨਹੀਂ, ਘਰ ਦਾ ਸਮਾਨ ਚੁੱਕੂ, ਸਾਰਾ ਤਾਂ ਵੇਚ ਕੇ ਖਾ ਗਿਆ। ਤੇ ਹੁਣ ਕਿਦਾਂ ਧੌਣ ਚੱਕੀ ਖੜਾ? ਡਿੰਪੀ, ਹਾਂਜੀ, ਪਲੀਜ਼ ਧੌਣ ਨਹੀਂ ਵੀ ਕਰੋ। ਤੁਸੀਂ ਪਲੀਜ਼ ਵਿੱਚ ਨਾ ਬੋਲੋ, ਅੱਜ ਤੋਂ ਬਾਅਦ ਤਾਂ ਜੱਟ ਧੌਣ ਚੱਕੀ ਜਾਊ। ਸਾਰੀ ਇੱਜ਼ਤ ਵੀ ਕੋਈ ਚੀਜ਼ ਹੁੰਦੀ ਹੈ ਨਾ, ਅਸੀਂ ਤੁਹਾਡੀ ਇੱਜ਼ਤ ਨਹੀਂ ਕਰਦੇ ਨਾ। ਕਿਹੜੀ ਇੱਜ਼ਤ ਹੈ? ਜਿੱਥੇ ਜਾਂਦੇ ਮੇਰੇ ਤੋਂ ਪਹਿਲਾਂ ਤਾਂ ਆਪਦਾ ਕੁੱਤਾ ਇੰਟਰੋਡਿਊਸ ਕਰਾ ਦਿੰਦੇ ਹੋ ਕਿ ਜੀ ਇਹ ਸਾਡਾ ਟੌਮੀ ਹੈ ਤੇ ਇਹ ਸਾਡਾ ਜਵਾਈ ਹੈ। ਇੱਕਾ ਸਾਲੇ ਨੇ ਤਾਂ ਹੱਦ ਹੀ ਕੀਤੀ ਪਈ ਹੈ, ਇੰਟਰੋਡਿਊਸ ਹੀ ਇਕੱਲੇ ਕੁੱਤੇ ਨੂੰ ਕਰਾਉਂਦਾ ਤੇ ਮੈਂ ਸਾਈਡ ਤੇ ਖੜਾ ਰਹਿ ਜਾਂਦਾ। ਲੈ ਮੈਨੂੰ ਸੌਂ ਲੱਗੇ ਵੱਡੇ ਮਹਾਰਾਜ ਦੀ, ਜੇ ਕੁੱਤੇ 'ਚ ਤੇ ਤੁਹਾਡੇ 'ਚ ਕੋਈ ਮੈਂ ਫਰਕ ਸਮਝਿਆ ਹੋਵੇ ਕਦੇ? ਓਏ ਮੈਨੂੰ ਹਰਕ ਚੜਿਆ ਪਿਆ, ਉਹ ਮੈਂ ਇਕੱਲੇ ਇਕੱਲੇ ਨੂੰ ਵੱਢੂ ਤੁਹਾਨੂੰ ਦੱਸਾਂ ਮੈਂ। ਓ ਕਾਕਾ ਜੀ, ਭਾਵੇਂ ਇਕੱਲੇ ਇਕੱਲੇ ਨੂੰ ਵੱਢ ਲਿਓ, ਪਰ ਸਾਨੂੰ ਵੱਡਿਆਂ ਤੋਂ ਪਹਿਲਾਂ ਉਧਰ ਜਾ ਕੇ ਦਰਵਾਜ਼ਾ ਤਾਂ ਖੋਲੋ, ਅਸੀਂ ਸਾਰਿਆਂ ਨੇ ਅੰਦਰ ਆਣਾ। ਖੋਲ ਦਿੰਦੇ ਆ, ਪਰ ਖਬਰਦਾਰ, ਪ੍ਰੋਮਿਸ ਕਰੋ ਕਿ ਮੇਰੇ ਤੇ ਕੋਈ ਹੱਥ ਨਹੀਂ ਚੱਕੂਗਾ। ਹਾਂਜੀ ਸਿੱਧੂ ਸਾਹਿਬ, ਅੱਜ ਬੜੀਆਂ ਹਲਦੀ ਵੇਸਣ ਦੀਆਂ ਗੱਲਾਂ ਚੱਲ ਰਹੀਆਂ। ਦੇਸੀ ਫੇਸ਼ੀਅਲ ਕਰਾਉਣਾ ਸੀ, ਜੇ ਤੂੰ ਆਪਣੇ ਖਤਰੇ ਦੇ ਨਿਸ਼ਾਨ ਵਰਗਾ ਮੂੰਹ ਠੀਕ ਕਰਾਉਣਾ ਤਾਂ ਦੱਸ। ਕਿਉਂ ਹਰ ਵੇਲੇ ਤੰਦੂਰ ਵਾਂਗੂ ਤਪੇ ਰਹਿੰਦੇ ਹੋ? ਘੱਟ ਤੋਂ ਘੱਟ ਬੰਦਾ ਇਹੀ ਪੁੱਛ ਲੈਂਦਾ ਵੀ ਕਿਵੇਂ ਆਇਆ। ਝੋਟੇ ਤੇ ਆਸ਼ਕ ਨੂੰ ਜਿੰਨਾ ਮਰਜ਼ੀ ਕੁੱਟ ਲਓ, ਸਾਲੇ ਮੁੜ ਘੁੜ ਕੇ ਉਸੇ ਗਲੀ 'ਚ ਆਉਣਗੇ। ਹਾਂ ਦੱਸ। ਵਧਾਈਆਂ ਦਿਓ ਆਂਟੀ ਜੀ, ਅੱਜ ਮੈਂ ਕਾਜਲ ਦਾ ਰਿਸ਼ਤਾ ਪੱਕਾ ਕਰਕੇ ਆਇਆ। ਵਧਾਈਆਂ ਤੈਨੂੰ ਬੰਟੀ, ਨਾਲੇ ਮੂੰਹ ਮਿੱਠਾ ਕਰ। ਥੈਂਕ ਯੂ ਜੀ। ਆਂਟੀ ਜੀ, ਹੁਣ ਕਾਜਲ ਨੇ ਤਾਂ ਆਪਣੇ ਘਰੇ ਚਲੇ ਜਾਣਾ ਜੀ, ਜੇ ਤੁਹਾਡਾ ਆਸ਼ੀਰਵਾਦ ਹੋਵੇ ਕਿਉਂ ਨਾ ਮੈਂ ਵੀ 1 ਤੋਂ 2 ਹੋ ਜਾਂ ਜੀ। ਬੇਟੇ ਤੂੰ 1 ਤੋਂ 2 ਕਿਉਂ ਹੁਣ? ਤੂੰ ਡਾਇਰੈਕਟ 1 ਤੋਂ 3 ਹੋ, ਦੋਨਾਂ ਨੂੰ ਭੈਣ ਬਣਾ। ਮੈਨੂੰ ਸਭ ਪਤਾ, ਤੂੰ ਕਿੱਥੋਂ ਬੋਲਦਾ? ਪਿਛੜ, ਅੰਦਰ ਫੜਾ ਲੱਡੂ। ਲੈ ਪੁੱਤ, ਮੂੰਹ ਮਿੱਠਾ ਕਰ। ਥੈਂਕ ਯੂ, ਬਹੁਤ ਬਹੁਤ ਵਧਾਈਆਂ। ਤੂੰ ਸ਼ੁਕਰ ਕਰ, ਤੇਰਾ ਇਹੋ ਜਿਹੇ ਭਰਾ ਤੋਂ ਖੜਾ ਛੁੱਟਿਆ। ਚੱਲ ਕਾਜਲ। ਓਏ ਇੱਧਰ ਕਿਧਰ ਮੂੰਹ ਚੱਕਿਆ, ਇੱਧਰ ਬਿਜ਼ਨਸ ਕਲਾਸ ਪੌੜੀਆਂ ਨੇ ਤੇਰੇ ਲਈ, ਇੱਧਰ ਬਣੀਆਂ ਇਕਨੋਮੀ ਕਲਾਸ ਲੋਹੇ ਦੀਆਂ, ਗੋਲ ਗੋਲ ਬਣ ਜਾ ਛੁਰਲੀ। ਸਾਲੇ ਜਿੰਨੇ ਝੱਲੇ ਮੇਰੇ ਹੀ ਪੱਲੇ,
ਮਾਸੇ ਲੱਡੂ ਜਾ ਬੱਬੀ ਮਾਸੜ ਜੀ ਨੂੰ ਮਨਾ ਕੇ ਲਿਆ ਜਾ ਸ਼ਾਬਾਸ਼ ਜਿੰਨਾ ਚਿਰ ਰਾਣੀ ਨਹੀਂ ਆਉਂਦੀ ਉਨਾ ਚਿਰ ਰਾਜੇ ਦੀ ਸੇਵਾ ਦਾ ਮੌਕਾ ਲੈ ਲੋ ਦੇਖ ਕਿਵੇਂ ਠਰਕ ਭੋਰਦਾ ਹੈ ਹਰੀ ਹਰੀ ਗੰਦਲ ਤਾਂ ਹਰੀ ਹਰੀ ਹੈ ਆ ਗਈਆਂ ਜਲੇਬੀਆਂ ਖਾਣ ਕੀ ਥੋੜੀ ਬੁੜੀ ਮਰੀ ਹੈ ਹਾਏ ਹਾਏ ਵੇ ਕਿਉਂ ਸ਼ਗਨ ਵਾਲੇ ਦਿਨ ਕੋ ਬੋਲ ਬੋਲਦਾ ਹੈ ਵੇਖ ਕਿਵੇਂ ਕੁੱਤੇ ਵਾਂਗੂ ਭੌਂਕਦਾ ਵਾ ਚਿਪੜ ਜਾ ਮੂੰਹ ਤੋੜ ਦੇਣਾ ਤੇਰਾ ਮੈਂ ਓਹੋ ਵੇ ਕੰਧ ਬਣਿਆ ਖੜਾ ਪਰਾ ਹੋ ਨੀ ਮੈਂ ਸੱਦ ਕੇ ਆ ਗਈ ਆ ਇਹ ਤੋਂ ਕਾਹ ਤੋਂ ਡਰ ਗਈ ਆ ਇਹ ਤਾਂ ਇਹੋ ਜਿਹੀ ਹੈ ਮਾਸੀ ਹੈ ਕੌਣ ਇਹ ਰਾਂਝਾ ਹੈ ਬੁੱਟਾ ਸਿਰ ਹੁੱਜੀ ਦਾ ਮੁੰਡਾ ਪਿਓ ਤੇ ਤਾਂ ਭੁੰਨੜਾ ਜਮਾ ਹੀ ਨਹੀਂ ਗਿਆ ਚਲੋ ਆਜੋ ਆਜੋ ਗਾਲੋ ਗਾਲੋ ਹੁਣ ਚਲੋ ਫਿਰ ਆਜੋ 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 ਉਹ ਬੱਲੇ ਓਏ ਰਾਂਝਾ ਹੀਰ ਵਾਲਾ ਗੁੱਸਾ ਮੇਲਣਾ ਤੇ ਤੇਰੀ ਸਾਲਾ ਮੱਲੋ ਮੱਲੀ ਸੱਟ ਉੱਥੇ ਵੱਜਦੀ ਹੈ ਸਾਡੇ ਕਰਮਾਂ ਚ ਇਹੋ ਜਿਹੀ ਲਿਖ ਦਿੰਦਾ ਕੋਈ ਆਜਾ ਸਾਈਕਲ ਤੇ ਬਹਿ ਜਾ ਤੈਨੂੰ ਝੂਟੇ ਦੇ ਦੇਣਾ ਜਾ ਫੇਰ ਉੱਡ ਜਾਣਿਆ ਠਰਕੀ ਜਾਣਾ ਹੋਵੇ ਤਾਂ ਤੈਨੂੰ ਤਾਂ ਕਿਤੇ ਮੈਂ ਗਿੱਧਾ ਉਡਾ ਨਾ ਦੇਦਾ ਭਕਾਈ ਵੇ ਕਿਵੇਂ ਮਾਰਦਾ ਉਹ ਵੇਖ ਨੀ ਰਫੂਜੀਆਂ ਦਾ ਰਾਂਝਾ ਲੈ ਉਹਨੂੰ ਕਹਿ ਲਿਆ ਵੇ ਸਰਦਾਰਾ ਕੁਝ ਖਾਣ ਨੂੰ ਤੇ ਲਿਆ ਸੁਖੀ ਸਾਂਦੀ ਵਿਆਹ ਆਈ ਤੇਰੇ ਘਰ ਚ ਉਹ ਵੇਖ ਨੀ ਲਈ ਆਉਂਦਾ ਈ ਜਿਉਂਦਾ ਰੇ ਪੁੱਤ ਤੇਰੀ ਭੈਣ ਦਾ ਵਿਆਹ ਸੁਖੀ ਸਾਂਦੀ ਹੋ ਜਾਈ ਪਨਾ ਤੂੰ ਤਾਂ ਪ੍ਰੀਤੋ ਤੋਂ ਰੱਖੜੀ ਓ ਜੀਜੇ ਨੂੰ ਸੱਸੀ ਗੱਲ ਬੁਲਾਉਣੀ ਨਾ ਭੁੱਲੀ ਖੜ ਜਾ ਮੈਂ ਦੱਸਦਾ ਤੁਹਾਨੂੰ ਆਏ ਤੇਰਾ ਭਾਈ ਜੇ ਬੇੜਾ ਦੁਖਦੀ ਥਾਂ ਤੇ ਮਰਿਆ ਕਿਵੇਂ ਨਿੰਮ ਠੀਕ ਆ ਮੈਂ ਤਾਂ ਪੰਪੂ ਵੀ ਹੌਲੀ ਵਜਾਉਣਾ ਕਿਤੇ ਤੇਰਾ ਡੈਡੀ ਨਾ ਸੁਣ ਕੇ ਦੁੱਧ ਪਾਉਣ ਆ ਜੇ ਜਿਆਦਾ ਗੱਲਾਂ ਨਾ ਕਰ ਫਟਾਫਟ ਦੁੱਧ ਪਾ ਕਿਤੇ ਮੇਰਾ ਡੈਡੀ ਆ ਜੇ ਓ ਕੋਈ ਨਾ ਪਹਿਲਾਂ ਤੇਰੇ ਦੁੱਧ ਵਰਗੇ ਦਰਸ਼ਨ ਤਾਂ ਕਰ ਲਾਂ ਮੈਂ ਤਾਂ ਇਸ ਕਰਕੇ ਪੈਸੇ ਵੀ ਨਹੀਂ ਲੈਂਦਾ ਤੇਰੇ ਦਰਸ਼ਨਾਂ ਵੱਟੀ ਦੁੱਧ ਪਾ ਜਾਂਦਾ ਜੇ ਤੇਰੀਆਂ ਗੱਲਾਂ ਮੇਰੇ ਡੈਡੀ ਨੇ ਸੁਣ ਲਿਆ ਨਾ ਤੈਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ ਫੇਰ ਤੈਨੂੰ ਕਿਸੇ ਨੇ ਬੇਰਾਂ ਵੱਟੀ ਨਹੀਂ ਪਛਾਣਨਾ ਗੱਲ ਸੁਣੋ ਦੋਜੀਆ ਹਾਂਜੀ ਦੁੱਧ ਪਾਣ ਚ ਇੰਨੀ ਦੇਰ ਕਿਉਂ ਲਾਤੀ ਉਹ ਭਾਂਡਾ ਗਿੱਲਾ ਸੀਗਾ ਜੀ ਉਸ ਘਰ ਆਏ ਸੀ ਦੁੱਧ ਕਿਹੜਾ ਤੇਰਾ ਸੁੱਕਾ ਹੁੰਦਾ ਹੈ ਜਿਹੜਾ ਭਾਂਡਾ ਸੁਕਾ ਰਿਹਾ ਸੀ ਤੂੰ ਫੇਰ ਤੁਸੀਂ ਕਹਿਣਾ ਸੀ ਵੀ ਦੁੱਧ ਖਰਾਬ ਹੋ ਗਿਆ ਜੀ ਕਿਉਂ ਭਾਂਡਾ ਲੱਸੀ ਨਾਲ ਧੋਇਆ ਹੋਇਆ ਜਿਹੜਾ ਜਾਗ ਲੱਗ ਜੂ ਦੁੱਧ ਨੂੰ ਹੈ ਲਿਆ ਕੁੜੀਏ ਫੜਾ ਪਤੀਲਾ ਚੱਲ ਅੰਦਰ ਤੂੰ ਚਾਚਾ ਤੇਰੇ ਨੀ ਪਤਾ ਲੱਗਦਾ ਕਦੇ ਕਹਿਣਾ ਦੁੱਧ ਚ ਪਾਣੀ ਪਾਉਣਾ ਕਦੇ ਕੁਛ ਕਦੇ ਕੁਛ ਗੱਲ ਸੁਣ ਮੇਰੀ ਧਿਆਨ ਨਾਲ ਤੂੰ ਦੁੱਧ ਤੱਕ ਹੀ ਸੀਮਿਤ ਰਿਹਾ ਕਰ ਨਹੀਂ ਨਾਸਾ ਭਾਂਦੂ ਮੈਂ ਤੇਰੀਆਂ ਜੇ ਭਾਂਡਿਆਂ ਤੱਕ ਪੁੱਜਿਆ ਤਾਂ ਨਹੀਂ ਕਿਸੇ ਦਿਨ ਮੈਂ ਭਾਂਡੇ ਚ ਬਾਲ ਕੇ ਰੱਖ ਦੂ ਤੈਨੂੰ ਉਹ ਚਾਚਾ ਮੈਂ ਤੈਨੂੰ ਦੁੱਧ ਪਾਈ ਜਾਣਾ ਤੂੰ ਲਾਹਨ ਤੱਕ ਪਾਈ ਜਾਣਾ ਵੈਸੇ ਵੀ ਜਿਹੜੇ ਬੰਦੇ ਕੋਲੇ ਜੋ ਚੀਜ਼ ਹੁੰਦੀ ਆ ਉਹੀ ਪਾਉਂਦਾ ਮੈਂ ਪਤੀਲਾ ਮਾਰੂ ਘੁਮਾ ਕੇ ਮੱਥੇ ਤੇ ਆ ਦੁੱਧ ਨਾ ਡੋਲੋ ਜੇ ਮੇਰੇ ਕੋਲੇ ਹੋਰ ਹੈ ਵੀ ਨਹੀਂ ਫਿਰ ਮਾਰੂ ਚਾਹ ਹੀ ਪੀਓਗੇ ਆਹੋ ਇਹ ਕਾਹਨੂੰ ਬਚਾਇਆ ਉਹੀ ਬਚ ਗਿਆ ਸੀ ਕਿਤੇ ਵਿਆਹ ਹੋ ਤਾਂ ਨਹੀਂ ਹਟਿਆ ਕੋਈ ਦੀਂਦਾ ਵੀ ਨਹੀਂ ਨਹੀਂ ਜੀ ਟੈਂਟ ਵਾਲੀਆਂ ਕੁਰਸੀਆਂ ਤਾਂ ਇੱਥੇ ਪਈਆਂ ਖੜਾ ਕੀ ਕਰਦੇ ਆ ਪਤਾ ਕਰ ਇੱਕ ਮਿੰਟ ਜੀ ਮੈਂ ਪਤਾ ਕਰਕੇ ਆਉਂਦਾ राजघाट राजघाट हाँ अरे उन्हें तो हमरा ससुराल बा मुकेर मुकेर के कराई हाँ ललका मुरुति वाला महेंद्र के हाँ अरे वो है तो हमार ससुर बा दादू गल्ला की करते है तू पिंकिया का कुटुंब बारा सुमितवा के अरे फिर तो हमने साडू निकल गई नी ओए क्यों जफियां पाई जाना सानू भी दस दे साडू निकल गए ओ की निकल गई मेरा साडू लादा जी रिश्तेदारी निकले ही बड़के भैया इन चनिया कौन बा ना चनिया नहीं खान हमार मालक बारन कनाडा से आयल बारन बड़का भैया हमरा मालिक भी 10 साल से कनाडा रही रही मत बल तुम हुन ब्याह ते जावेगा क्या इथी दे मैं तन्नू मिलनी वाला कंबल उ सब तो ठीक बा ਸਾਦੀ ਕਹੂਆ ਬਾ ਬਾਹਰ ਮੈਰਿਜ ਪੈਲੇਸ ਵਾਮੇ ਉਹ ਯਾਰ ਆਪ ਦੀ ਭਗਾਈ ਬਾਅਦ ਚ ਮਾਰ ਲਈ ਪਹਿਲਾਂ ਵਿਆਹ ਦਾ ਤਾਂ ਦੱਸ ਦੇ ਕਿੱਥੇ ਹੈ ਅਯੂ ਬਾਹਰ ਮੈਰਿਜ ਪੈਲੇਸ ਵਾਮੇ ਹੈ ਕਿੱਥੇ ਬਾਹਰ ਹੈ ਜੀ ਮੈਰਿਜ ਪੈਲੇਸ ਦੇ ਵਿੱਚ ਵਿਆਹ ਓਏ ਪਿੱਛੇ ਬੁੜਾ ਗੱਤਕਾ ਖੇਡੀ ਜਾਂਦਾ ਕੌਣ ਹੈ ਉਹ ਉਹ ਤਾਂ ਜੀ ਕਰਦਾ ਲਾਣੇਦਾਰ ਹੈਗੀ
घर की राखी करता है अन्ना है बेचारा उसको दिखता नहीं है फिर तो दूरी पछाण लेंदा होना चोर चक्के नु भी ये तो बिना ही ब्याह हो जाता है नहीं मेरा घर वाला तो विंगा टेढ़ा जिया वा यो भी तो विंग दड़ेंगो ही दिखो यो कौन सो सीधो दिखो ये तो मेरा भतीजा वा रोज कुड़िया वाले इधर रिश्ते लिए साढ़े घर आते जाते रेंदे इसे करके फोटो इधर उधर पईया रेंदी ने 10 किले दे हिस्से आंदे ने 10 किले में तो 200 तंबू गड़ जाओगे अम्मा सुना ना 10 किलो के साथ तो घड़े सुंदर दिखे कड़े गए हो लड़को जाना किथे आ इनू ना खास ट्रेनिंग ली भेजा वा किते की ना गिड्डी तेरा जी राधा कुड़ी तो सोहनी है तेरी मैं उंजी पुछया वा ए ना सोच ली पे खरे अपने भतीजे नाले दे रिश्ते दी गल सोच रही हां मैं ना ना जमो ही नहीं वैसे जे दे नाले दा रिश्ता हो जाए तेरी कुड़ी दे तो भाग खुल जाणगे मारी लाटो कहतने बा किथा सरदार ने अम्मा बस बेटा सुनेगा रब मारो भी राधा एक मुट्ठी खोलती है ले बन की गल बस तेन थोड़ा जा जोर लाना पैना कित्ते मेरे ते उत्ता बैठ के फोट गल्ला नाल खरिया मैं मान नहीं जावा रिश्ते नु जितनो मर्जी जोर लगा लिए सरदारनी है खू की इट च बारा ना कित्थे लग गया निकी गल्ला कर दी तू गरीब दी धी दा भला हुंदा होगा तो मैं पैर पछां थोड़ा खिंचूंगी तू दस तेनू मुंडा पसंद है मारी तरफ ते तो बात पक्को समझो चल ठीक है फिर मैं गल करके वेख दी अपने टब्बर नाल खरे हां मान नहीं जान अम्मा बस बस मन्ने नहीं जाना बस रो मत की हो गया बाबल का तंबू छोड़ना पड़े ना बस थोड़ी इमोशनल होगी हाले तो मैं गल करनी है लग दिया तंबू दिया इत्थे गड लियो अब चलो भाई मित्रों फिर तुसी बाथरूम नबेड़ लो लालो टिकाने बाथरूम नु हाँ हाँ इधर उधर देख के बाथरूम जायो जरा थोनू क्यों पता लगे भी इन्हें बाथरूम है कहते नहीं होंगे लाली मेरे या नैना दे विच रड़ के जे अख मेरे यार दी दुखे लो जी साडे यारां नू बाथरूम दा प्रेशर होवे साडी धुनी जी खुरकना होवे लानत आवे जी यारी दे यार दिलां दियां जानदे होंदे ने असी गुरदियां दी भी जानदे आ अब भाजी आपां भी थोड़ा जिहा बाथरूम कराइए जाके पर मैनू तां आए नहीं भाजी भाजी थोड़ी जी हिम्मत करोगे आ भी जाएगा भाजी माण ही हुंदा भरावां ते लै आपां जंग नू चलिया माण नू अज मिले फिर कदों मिलना चलो जी हाँ बंटी वीरे उधर नहीं इधर इधर जाके आने पर वो तो इधर गए हैं पता की है इधर तो जीजा जी भी गए हैं देखो जीजे दे बराबर खलो के साला बाथरूम चंगा नहीं लगता इधर चलते हैं भाई तुसी अपना करो मैनू करके कराऊंगी तुसी अब पाजी पाजी कंपनी हुंदी यार आओ दे अच्छा नाले कहते बंदा मरण तो बाद हल्का हो जाता है एक नी भारी पई है चलो सड़िया की किता तू अभी तक कहा सी चलो मैं सड़ती ओ सड़िया मैं कहा सी सामने चलो उते इट्टा दा पट्ठा लाश नु भूख क्यों दा अंतिम संस्कार कर दिए सड़िया अंतिम संस्कार नु अपनी बहन लगदी सी सड़िया इन्नी जिम्मेवारी तक कदे मैं सकी बहन दी नहीं नवाई जी नहीं एडी नमौणी पै रही है हुन मरी पई नु भैण ही समझो आहो ओ सड़िया जोंदी नु जफिया पाउण नु फिरदे सी मर गई तां हुन भैण ही समझो ओ सड़िया मैं दसो हुणे दा करना की है सड़िया पहला सुकी नहर च सड़ती हुन पुछता करना की है जे किसे ने इत्थे लाश वेख ली फेर मी बहण वाला नहर भर जानी है रुड़ जाणा ने किसे ने देखणा इनु पर जे किसे ने हुणे देख ली राइट वे फेर आत्महत्या भी तां कर सकदी है अपने आप नु कपड़े च लपेट के आत्महत्या कौन करदा कुड़ी है कुछ भी कर सकती है साले पहले जनानी मारती हुण तां सयाणा हो जा साले मैं मारी है ना मैं मारी है ना हो साले कारगिल चो शहीद हो गया ये भाजी खेतां नु पानी ला रहे हो हैं आ को ज्यादा ही नहीं हो गया वीरे मेरे ना दरअसल पथरी दी शिकायत है और रुक रुक के फिर आंदा जिद्दां जसी खिच दे गड्डी कुछ रहा तो नहीं कमाल है ओ बच्चे ने भी जड़ा अद्दा ही करके आउंगे कहे जे सवाल पूछदे तुसी नाले अग्गे बढ़िया जी जगह देख के गड्डी रोक भी नहीं बाथरूम आया ना हाँ। रुकिए बस बस बस
ਬਾਹਰ ਆਓ। ਕਿੱਥੋਂ ਆ ਰਹੇ ਹੋ? ਓ ਜੀ ਉਹ ਅਸੀਂ ਉਹ ਬਾਬੇ ਦੇ ਗਏ ਸੀ ਮੱਥਾ ਟੇਕਣ ਜੀ। ਓਏ ਬਾਬਿਆਂ ਦਾ ਡੇਰਾ ਤਾਂ ਇੱਧਰ ਹੈ। ਇੱਧਰ ਵੀ ਹੈਗਾ ਪਰ ਅਸੀਂ ਆਪਣੇ ਪਰਸਨਲ ਬਾਬੇ ਮੇਰੇ ਗ੍ਰੈਂਡਫਾਦਰ ਮੇਰੇ ਦਾਦਾ ਜੀ ਉਹਨਾਂ ਨੂੰ ਮੱਥਾ ਟੇਕ ਕੇ ਆ ਰਹੇ ਹਾਂ ਜੀ। ਗੱਡੀ ਕਿਹਦੀ ਆ? ਰੇਂਜ ਰੋਵਰ ਦੀ ਹੈ ਜੀ। ਓਏ ਮੈਂ ਮਾਲਕ ਦਾ ਨਾ ਪੁੱਛਿਆ ਹੈ ਦਾਦਾ ਜੀ। ਮੇਰੀ ਆਪਣੀ ਹੈ ਜੀ। ਕੀ ਗੱਲ, ਤੁਹਾਡੇ ਸਾਰਿਆਂ ਦਾ ਰੰਗ ਕਿਉਂ ਉੱਡੇ ਹੋਏ ਨੇ? ਧੁੱਪ ਕਰਕੇ ਉੱਡ ਗਿਆ ਜੀ। ਬਰਸਾਤਾਂ ਆ ਗਈਆਂ ਨਾ, ਸੁੱਤੇ ਨਹੀਂ ਹੈਗੇ ਜੀ। ਸਲਾਬ ਜੀ ਖਾਸੀ ਚੜੀ ਪਈ ਹੈ ਜੀ। ਤੁਹਾਡੀ ਕੱਢਦਾ ਸਲਾਬ। ਓਏ ਗੱਡੀ ਚੈੱਕ ਕਰੋ ਉਹਨਾਂ ਦੀ, ਖੋਲੋ ਗੱਡੀ ਵਿੱਚੋਂ। ਇਹ ਤਾਂ ਕੁਝ ਵੀ ਨਹੀਂ ਜੀ, ਜਿਹੜਾ ਕੋ ਸੀਗਾ ਟਿੱਕੀ ਜੀ ਸਿੱਟਦਾ ਜੀ। ਕੀ ਸਿੱਟਦਾ? ਸ਼ੈਫੀ। ਸ਼ੈਫੀ ਸਟੈਪਨੀ। ਯੈਸ ਯੈਸ। ਚਲੋ ਛੱਡੋ ਗੱਲਾਂ, ਇਹ ਦੱਸੋ ਕਰਦੇ ਕਿਉਂ ਤੁਸੀਂ? ਮੇਰੀ ਆਪਣੀ ਐਡਜੈਂਸੀ ਹੈ ਜੀ। ਇੱਧਰ ਆ, ਤੂੰ ਕਿੱਥੇ ਭੱਜਿਆ ਫਿਰਨ ਲਿਆ? ਇੱਕ ਸਾਡਾ ਵੀ ਕੰਮ ਹੈ ਛੋਟਾ ਜਿਹਾ। ਇਹੋ ਜਿਹਾ ਕਾਰਡ ਮੈਂ ਸ਼ੈਫੀ ਨੂੰ ਵੀ ਦਿੱਤਾ ਸੀ। ਉਹ ਚੜ ਕੇ ਜੰਨ ਪੰਜਾਬ ਤੋਂ ਕੈਨੇਡਾ ਵਿੱਚ ਆਇਆ, ਉਹ ਬਦਲਾ ਲੈ ਲਈ ਗੁਰਜੰਟ ਸਿਆ ਜੇ ਮਾਂ ਦਾ ਜਾਇਆ, ਉਹ ਅੱਜ ਤਾਂ ਬਦਲਾ ਲਊਗਾ ਇਨਾ ਬਦਲਾ 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 ਓਏ ਬਦਲਾ ਬਦਲਾ ਬਦਲਾ। ਕਿੱਧਰ ਲੰਘੀ ਮੱਲਾ? ਤਾਂ ਇੱਥੇ ਹੋ ਐਨਾ ਚਾਤੀ ਐਨਾ ਐਨਾ ਮੇਰੀ ਡਾਰਲਿੰਗ ਮੇਰੀ ਗੁੱਗਲੋ ਮੁਗਲੋ ਕਿੱਥੇ ਹੈ ਤੂੰ? ਉੱਧਰ ਹੀ ਉਹ ਬਲਾਡੇ ਵਾਲਿਆ, ਦਾਰੂ ਪੀ ਰੱਖੀ ਹੈ ਤਾਂ ਉਹ ਮੈਂ ਬੁਮ ਤੇਰੀ ਛੇੜਦੀ ਜਿਹੜਾ ਬੰਨ ਰੱਖਿਆ ਇਹਨਾਂ ਨੇ। ਉਹ ਖੜ ਜਾ ਖੜ ਜਾ। ਉਹ ਤੂੰ ਫੁੱਫੜ ਦੇ ਡਾਂਗ ਮਾਰਤੀ? ਉਹ ਜੋ ਸਾਹਮਣੇ ਪਿਆ ਸੀ ਮਾਰਤਾ, ਇਹ ਕੋਈ ਸੈਂਸ ਥੋੜਾ ਹੁੰਦੀ ਹੈ? ਸੋਚਿਆ ਨਾ ਕਰੇ ਨਾ। ਲੈ ਅੱਜ ਤਾਂ ਤੈਨੂੰ ਮਾਰਿਆ, ਕੱਲ ਨੂੰ ਮੇਰੇ ਗਲਾਬੇ ਤੱਕ ਵੀ ਹੱਥ ਪਾਉਣ ਦੀ ਕੋਸ਼ਿਸ਼ ਕਰਨਗੇ। ਲੈ ਐ ਕਿਵੇਂ ਕਰਨਗੇ, ਮੈਂ ਜਿਉਂਦਾ ਬੈਠਾ ਮਰਿਆ ਤਾਂ ਨਹੀਂ ਅਜੇ। ਭੱਲੇ ਹੋਏ ਪ੍ਰਾਹੁਣਿਆ। ਤੇਰੀ ਫੁੱਫੜਾ ਡੋਜ ਮੁੱਗੀ, ਕੀ ਗੱਲ ਭੀਮ ਖਾਧੀ ਹੈ ਪ੍ਰਾਹੁਣਿਆ ਤੈਂ? ਨਹੀਂ ਯਾਰ, ਡਾਂਗ। ਚਾਚੇ ਨੂੰ ਦੱਸਤਾ? ਲੈ ਮੈਨੂੰ ਤਾਂ ਹੁਣ ਸਾਰਾ ਪਤਾ, ਸਾਰਾ ਕੁਝ ਦੱਸਿਆ ਮੈਨੂੰ। ਦੱਸ ਤਾਹਿਰ, ਪਹਿਲਾਂ ਤੂੰ ਬਹੁਤ ਕੁੱਟ ਲਿਆ ਮੈਨੂੰ, ਹੁਣ ਕਿਤੇ ਬੰਦੂਕ ਨਾ ਚਲਾਦੀ ਸਾਡੇ ਦੋਹਾਂ ਤੇ। ਸਲਾਮਾਂ ਤੁਹਾਡੀਆਂ, ਜਿਉਂਦਾ ਰਹਿ ਸ਼ੇਰ ਆਪਣਾ। ਕਿਤੇ ਵਿਆਹ ਹੋ ਤਾਂ ਨਹੀਂ ਹਟਿਆ? ਕੋਈ ਢੀਂਦਾ ਵੀ ਨਹੀਂ। ਨਹੀਂ ਜੀ, ਟੈਂਟ ਵਾਲੀਆਂ ਕੁਰਸੀਆਂ ਤਾਂ ਇੱਥੇ ਪਈਆਂ। ਖੜਾ ਕੀ ਕਰਦੇ ਆ, ਪਤਾ ਕਰ। ਇੱਕ ਮਿੰਟ ਜੀ, ਮੈਂ ਪਤਾ ਕਰਕੇ ਆਉਣਾ। ਸਰਦਾਰ ਹਮਰਾ ਪਾਸਾ ਕੈਸੇ ਜਾਨ ਗਈ? ਅਰੇ ਕੌਨਾ ਜਿਲਾ? ਛਪਰਾ ਜਿਲਾ। ਅਰੋਆ ਰਾਜਘਾਟ। ਰਾਜਘਾਟ? ਹਾਂ। ਅਰੇ ਉਹਨੇ ਤੋਂ ਹਮਰਾ ਸਸੁਰਾਰ ਬਾ ਮੁਕੇਰ। ਮੁਕੇਰ ਕੇ ਕਰਾਈ? ਹਾਂ, ਲਲਕਾ ਮਰੂਤੀ ਵਾਲਾ ਮਹਿੰਦਰ ਕੇ। ਹਾਂ। ਅਰੇ ਉਹ ਹੈ ਤੋ ਹਮਾਰ ਸਸਰ ਬਾ। ਦਦੂ ਇਹ ਗੱਲਾਂ ਕੀ ਕਰਦੇ ਆ? ਤੂੰ ਪਿੰਕੀਆ ਕਾ ਕੁਟੁੰਬ ਆ ਰਹਾ? ਨਹੀਂ, ਸੁਮਿਤਵਾ ਕੇ। ਅਰੇ ਫਿਰ ਤੋ ਹਮ ਨਹੀਂ, ਸਾਡੂ ਨਿਕਲ ਗਈ ਨਹੀਂ। ਓਏ ਕਿਉਂ ਜਫੀਆਂ ਪਾਈ ਜਾਂਦਾ, ਸਾਨੂੰ ਵੀ ਦੱਸ ਦੇ। ਸਾਡੂ ਨਿਕਲ ਗਏ। ਉਹ ਕੀ ਨਿਕਲ ਗਈ? ਮੇਰਾ ਸਾਡੂ ਲੱਗਦਾ ਜੀ ਰਿਸ਼ਤੇਦਾਰੀ ਨਿਕਲੇ ਹੀ। ਪੜ ਕੇ ਭਈਆ ਇਹਨੂੰ ਚੰਨੀਆਂ ਕੌਣ ਬਾ? ਨਾ ਚੰਨੀਆਂ ਨਹੀਂ ਖਾਨ, ਹਮਾਰ ਮਾਲਕ ਬਾਰਨ ਕਨਾਡਾ ਸੇ ਆਇਲ ਬਾਰਨ। ਬੜਕਾ ਭਈਆ, ਹਮਰਾ ਮਾਲਕ ਵੀ 10 ਸਾਲ ਸੇ ਕੈਨੇਡਾ ਰਹਿ ਰਹੀ। ਮਤ ਬਲ ਤੁਮ ਹੋ। ਹੁਣ ਵਿਆਹ ਤੇ ਜਾਵੇਂਗਾ ਕਿ ਇੱਥੇ ਦੇਵਾਂ ਤੈਨੂੰ ਮਿਲਣੀ ਵਾਲਾ ਕੰਬਲ? ਉਹ ਸਭ ਤੋਂ ਠੀਕ ਬਾ, ਸਾਦੀ ਕਹੂਆ ਬਾ। ਬਾਹਰ ਮੈਰਿਜ ਪੈਲੇਸ ਵਾਮੇ? ਉਹ ਯਾਰ ਆਪਦੀ ਭਕਾਈ ਬਾਅਦ ਚ ਮਾਰ ਲਈ, ਪਹਿਲਾਂ ਵਿਆਹ ਦਾ ਤਾਂ ਦੱਸ ਦੇ ਕਿੱਥੇ। ਅਰੇ ਬਾਹਰ ਮੈਰਿਜ ਪੈਲੇਸ ਵਾਮੇ? ਹੈ ਕਿੱਥੇ? ਬਾਹਰ ਹੈ ਜੀ ਮੈਰਿਜ ਪੈਲੇਸ ਦੇ ਵਿੱਚ ਵਿਆਹ। ਪਿੱਛੇ ਬੁੜਾ ਗੱਤਕਾ ਖੇਡੀ ਜਾਂਦਾ, ਕੌਣ ਹੈ ਉਹ? ਉਹ ਤਾਂ ਜੀ ਕਰਦਾ ਲਾਣੇਦਾਰ ਹੈਗੀ,
घर की राखी करता है अन्ना बेचारा उसका दिखता नहीं है फिर तो दूरी पछाण लैंदा होना चोर चक्के नूं भी ये तो बिना ही ब्याह हो जांदा है ये किसका पुनवा है ये चुनू का पापा राउर पुनवा टंटना रहलबा हे ए दिन में ताड़ी पी के पड़ल बानी का ए चुनू का पापा सुनत नहीं हो ए पुनवा टंटना रहलबा उठ जा अरे का बक बक काइले मारू देखा तो नहीं है कितना जरूरी काम कर रहे है हम नहीं ना बकबका रहे हैं तू हर फुनवा बकबका रहा है फोड़ दियो ईंटा मार कर अरे नहीं हम तो मजाक कर रहे थे छक्का लगा छक्का ठीक बा ए ए इला कौन छमिया का फुनवा तो नहीं ना है अरे कौन छमिया तोहार फोन भी छमिया समझ कर उठा रही नहीं जिंदगी जगराते का ढोल बन गई तो हम कौन सा खुशबानी क्या बताएं साहब भूखे मर्तबानी आई दस फिर भी हवेली सब तेरा जवाक जल्ला न्याणे सब ठीक ठाक है बच्चे जी थोड़े समान था जेड़े पांडे ठींटी ओदी सांभ संभाल कर रहे ने जो देखो हवेली दा ठीक है हवेली ते चरीट भी नहीं मार दंदा जी मैं किसे नु जे आखो तो फेस टाइम करके दिखावा जी नहीं नहीं कोई नहीं कल्ली कल्ली चीज अपने अपने थां ते पई है जी बहुत सांभ संभाल कीती हुई है जी आए दस मेनू मिस कर देंगे ना बहुत जी हुण ते जी नहीं लगदा जी थोड़े बिना लगदा हवेली दा आउंदा है कमरिया आहा कमरिया ओहो कमरिया करेला पाला पलौली पॉप लागे कमरिया ओ हेलो कमरिया ਸਵੇਰੇ ਸਵੇਰੇ ਗੱਡੀ ਧੋਈ ਜਾਣਾ ਨਹੀਂ ਗੱਡੀ ਨੂੰ ਪਾਣੀ ਦੇ ਰਿਹਾ ਕੀ ਪਤਾ ਵੱਡੀ ਹੋ ਜਾਏ ਕਿੱਥੇ ਚੱਲੇ ਆ ਮਰਗ ਦੇ ਭੋਗ ਤੇ ਚੱਲੇ ਤੂੰ ਜਾਣਾ ਅੱਛਾ ਅੱਛਾ ਭੰਗੜਾ ਪਾਉਣ ਚੱਲੇ ਆ ਮਰਗ ਤੇ ਕੀ ਮਤਲਬ ਆਹ ਦੇਖ ਸਾਰਾ ਡੱਬਰ ਦਾ ਪੱਬੀ ਮੈਂ ਬਣਿਆ ਫਿਰਦਾ ਸਾਹਿਬ ਇਹ ਤਾਂ ਸੱਚੀ ਬੀਨ ਬਾਜੇ ਦੇ ਬਣੇ ਫਿਰਦੇ ਨੇ ਓਏ ਆ ਵੀ ਸ਼ੇਰੋ ਕਿਵੇਂ ਆਉਣਾ ਹੋਇਆ ਲੰਘ ਰਿਹਾ ਸੀ ਇਧਰ ਦੀ ਮੈਂ ਕਿਹਾ ਤਾਏ ਦੇ ਦਰਸ਼ਨ ਕਰ ਚਲੀਏ ਦਰਸ਼ਨ ਕਰਨ ਨੂੰ ਤਾਇਆ ਭੈਰੋਨਾਥ ਹੈ ਪਸੇ ਹਟ ਨਾ ਆ ਜਾ ਤਾਇਆ ਸੱਭਿਆਚਾਰਕ ਮੇਲਾ ਕਰਾਉਣ ਲੱਗੇ ਆ ਪਰਚੀ ਜੀ ਘਟਾਉਣੀ ਸੀ ਆਹੋ ਮੇਲਾ ਕਰਾਉਣਾ ਨੇ ਵੱਡੇ ਜਗਦੇਵ ਜਸਵਾਲ ਨੇ ਭਾਜੋ ਤੋਂ ਤੁਸੀਂ ਤਾਂ ਕੱਪੜੇ ਪਾ ਲਓ ਜੀ ਕਿਉਂ ਆ ਕੱਪੜੇ ਨਹੀਂ ਕਲਚਰ ਹੈ ਆਪਣਾ ਕੱਪੜੇ ਤਾਂ ਹੈਗੇ ਜੀ ਪਰ ਲੱਗੀ ਹਵੇਲੀ ਵਾਲੇ ਪੁਤਲੇ 'ਚ ਜਾਂਦੇ ਹੋ ਓ ਇੱਕ ਦਿਨ ਤੱਪ ਵਾਂਗੂ ਢਾਲ ਜੂ ਜਵਾਨੀ ਤੇਰੀ ਉੱਡ ਜੂ ਕਪੂਰ ਵਾਂਗੂ ਰੰਗ ਬੱਲੀਏ ਨਹੀਂ ਆ ਜਾ ਮਿੱਤਰਾਂ ਦੀ ਆਹੇ ਆਹੇ ਮਿੱਤਰਾਂ ਦੀ ਗੰਗ ਵਿੱਚ ਗੰਗ ਬੱਲੀਏ ਨਹੀਂ ਆ ਜਾ ਮਿੱਤਰਾਂ ਦੀ ਲੇਟ ਹੋ ਉਹ ਜੁੱਤੀ ਝਾੜ ਕੇ ਚੜੀ ਮਟਿਆਰੇ ਨੀ ਗੱਡੀਆਂ ਛਕੀਨ ਜੱਟ ਦੇ ਮਿੱਟੀ ਤਾਂ ਮੇਰੀ ਜੁੱਤੀ ਨਾਲ ਵੀ ਬਹੁਤ ਲੱਗੀ ਹੈ ਝਾੜਾ ਤੁਸੀਂ ਤਾਂ ਮਾਲਕ ਹੋ ਤੁਸੀਂ ਤਾਂ ਗੰਦੀ ਨਾਲ ਵਿਆਹ ਸਕਦੇ ਹੋ ਬੈਠੋ ਬੈਠੋ ਹਾਂਜੀ ਬਹਿ ਜਾਓ ਮਾਰਨਾ ਤਾਂ ਚੱਲ ਟਿਆ ਪਿਆ ਗਲਾਬ ਬਾਗਰ ਭਾਈ ਤਰੋ ਸਤਿ ਸ੍ਰੀ ਅਕਾਲ ਜੀ ਲੱਭੇ ਓਏ ਹਾਂ ਇਹ ਗੱਲ ਕਹਾਂ ਕਹਿ ਓਏ ਇਸ ਲੰਗੂਰ ਕੋਲ ਅੰਗੂਰ ਜੱਜਦਾ ਬਹੁਤ ਓਏ ਕਿਤੇ ਵਿਆਹ ਹੋ ਤਾਂ ਨਹੀਂ ਹਟਿਆ ਕੋਈ ਢਿੰਦਾ ਵੀ ਨਹੀਂ ਨਹੀਂ ਜੀ ਟੈਂਟ ਵਾਲੀਆਂ ਕੁਰਸੀਆਂ ਤਾਂ ਇੱਥੇ ਪਈਆਂ ਖੜਾ ਕੀ ਕਰਦੇ ਆ ਪਤਾ ਕਰ ਇੱਕ ਮਿੰਟ ਜੀ ਮੈਂ ਪਤਾ ਕਰਕੇ ਆਉਂਦਾ ਰਾਜਦਾਨੀ ਸੇ ਹੈ ਚੜਤੀ ਜਵਨੀਆਂ ਸੇ ਏ ਇਹਨੇ ਆਵਾ ਅਰੇ ਕੌਣ ਬੋਲ ਰੇ ਹਮ ਬੋਲਤਾ ਨਹੀਂ ਇਹ ਸਰਦਾਰ ਹਮਰਾ ਪਾਸਾ ਕੈਸੇ ਜਾਣ ਗਏ ਅਰੇ ਕੌਣਾ ਜ਼ਿਲਾ ਛਪਰਾ ਜ਼ਿਲਾ ਅਰੋਆ ਰਾਜਘਾਟ ਰਾਜਘਾਟ ਹਾਂ अरे ओन तो हमरा ससुरार बा मुकेर मुकेर हाँ। के कराई हां ललका मृत्यु वाला महेंद्र के हां अरे वो है तो हमार ससुर बा दद्दू ए गल्ला की करते है तू पिंकीया का कुटुंब बारा नहीं सुमितवा के अरे फिर तो हम नहीं साडू निकल गई नहीं ओए क्यों जफियां पाई जाना सानू भी दस दे साडू निकल गए ओ की निकल गई मेरा साडू लादा जी रिश्तेदारी निकले ही पढ़ के भैया इन चनिया कौन बा ना चनिया नहीं खान हमार मालक बारन कनाडा से आयल बारन बड़का भैया हमरा मालक भी 10 साल से कनाडा रही मत बल तुम
ਹੁਣ ਵਿਆਹ ਤੇ ਜਾਵੇਂਗਾ ਕਿ ਇੱਥੇ ਦੇਵਾਂ ਤੈਨੂੰ ਮਿਲਣੀ ਵਾਲਾ ਕੰਬਲ ਉਹ ਸਭ ਤੋਂ ਠੀਕ ਬਾ ਸਾਦੀ ਕਹੂਆ ਬਾ ਬਾਹਰ ਮੈਰਿਜ ਪੈਲੇਸ ਵਾਮੇ ਉਹ ਯਾਰ ਆਪ ਦੀ ਭਕਾਈ ਬਾਅਦ ਚ ਮਾਰ ਲਈ ਪਹਿਲਾਂ ਵਿਆਹ ਦਾ ਤਾਂ ਦੱਸ ਦੇ ਕਿੱਥੇ ਹੈ ਅਯੋ ਬਾਹਰ ਮੈਰਿਜ ਪੈਲੇਸ ਵਾਮੇ ਹੈ ਕਿੱਥੇ ਬਾਹਰ ਹੈ ਜੀ ਮੈਰਿਜ ਪੈਲੇਸ ਦੇ ਵਿੱਚ ਵਿਆਹ ਉਹ ਪਿੱਛੇ ਬੁੜਾ ਗੱਤਕਾ ਖੇਡੀ ਜਾਂਦਾ ਕੌਣ ਹੈ ਉਹ ਉਹ ਤਾਂ ਜੀ ਕਰਦਾ ਲਾਣੇਦਾਰ ਹੈਗੀ ਘਰ ਦੀ ਰਾਖੀ ਕਰਦਾ ਹੈਗਾ ਆਣਾ ਹੈ ਵਿਚਾਰਾ ਉਸਕੋ ਦਿਖਤਾ ਨਹੀਂ ਹੈ ਫਿਰ ਤਾਂ ਦੂਰੀ ਪਛਾਣ ਲੈਂਦਾ ਹੋਣਾ ਚੋਰ ਚੱਕੇ ਨੂੰ ਵੀ ਇਹ ਤਾਂ ਬਿਨਾਂ ਹੀ ਵਿਆਹ ਹੋ ਜਾਂਦਾ ਹੈ ਐਸੇ ਕੈਸੇ ਹੋਗੀ ਸ਼ੂਟਿੰਗ ਸ਼ੂਟਿੰਗ ਤਾਂ ਹੁਣ ਵੈਸੇ ਵੀ ਨਹੀਂ ਹੋਣੀ ਜੀ ਕਿਉਂ ਨਹੀਂ ਹੋਗੀ ਮਾਲਕ ਆ ਗਏ ਜੀ ਤਾਂ ਤੁਮ ਕੌਣ ਹੋ ਮੈਂ ਤੁਹਾਡਾ ਦਾਸ ਤੁਹਾਡੇ ਚਰਨਾਂ ਦੀ ਧੂੜ ਤੁਹਾਡਾ ਗੁਲਾਬ ਸੋ ਪਹਿਲਾਂ ਬਿਹਾਰ ਤੋਂ ਭੁੱਖਾ ਮਰਦਾ ਮੇਰਾ ਬਾਪ ਆਇਆ ਸੀ ਜੀ ਤੁਹਾਡੇ ਕੋਲ ਕਈ ਸਾਲਾਂ ਤੋਂ ਦਾਸ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜੀ ਤੂੰ ਕਹਿਣਾ ਕੀ ਚਾਹੁੰਦਾ ਹੈ ਬਸ ਮਾਫੀ ਦੇ ਦਿਓ ਜੀ ਉਹ ਮਾਫੀ ਦਾ ਲੱਗਦਾ ਪਹਿਲਾਂ ਐਂ ਦੱਸ ਹਵੇਲੀ ਦਾ ਜਲੂਸ ਕਿਉਂ ਕਢਾਇਆ ਤੂੰ ਜਲੂਸ ਤਾਂ ਜਨਾਬ ਪਹਿਲਾਂ ਨਿਕਲਿਆ ਹੋਇਆ ਸੀਗਾ ਜੀ ਕਬੂਤਰਾਂ ਨੇ ਬਿੱਠਾ ਕਰ ਕਰਕੇ ਇੰਨਾ ਢੇਰ ਲਾ ਰੱਖਿਆ ਸੀ ਜੀ ਮੈਂ ਤਾਂ ਕਰਾ ਲਾ ਕੇ ਸਾਫ਼ ਕਰਾਈਆਂ ਨੇ ਜੀ ਇਹ ਤਾਂ ਜਿਉਂਦੇ ਰਹਿਣ ਜੀ ਫਿਲਮਾਂ ਵਾਲੇ ਜਿਨ੍ਹਾਂ ਨੇ ਕਲੀ ਕੁਚੀ ਕਰਕੇ ਤੁਹਾਡੀ ਹਵੇਲੀ ਚਮਕਾਤੀ ਗੱਲ ਸੁਣੋ ਹਾਂਜੀ ਤੂੰ ਮੈਨੂੰ ਲੈਣ ਕਿਉਂ ਨਹੀਂ ਆਇਆ ਪਿਛਲੇ 15 ਸਾਲਾਂ ਤੋਂ ਤੁਸੀਂ ਲੰਡੂ ਜੇ ਪੈਗ ਲਾ ਕੇ ਮੈਨੂੰ ਰੋਜ਼ ਫੋਨ ਕਰਦੇ ਹੁੰਦੇ ਸੀ ਵੀ ਮੈਂ ਕੱਲ੍ਹ ਨੂੰ ਆ ਰਿਹਾ ਆਉਂਦੇ ਹੈ ਨਹੀਂ ਸੀ ਬਸ ਯਕੀਨ ਹੀ ਨਹੀਂ ਰਿਹਾ ਜੀ ਤੁਹਾਡੇ ਤੇ ਓਏ ਐਤਕੀ ਮੈਂ ਜਦੋਂ ਤੈਨੂੰ ਫੋਨ ਕੀਤਾ ਤੜਕਾ ਸੀ ਉੱਥੇ ਮੇਰੀ ਪੀਤੀ ਹੋਈ ਨਹੀਂ ਸੀ ਇੱਥੇ ਤਾਂ ਸ਼ਾਮ ਸੀ ਜੀ ਫਿਰ ਮੈਂ ਪੀ ਲਈ ਹੋਣੀ ਮਾਫੀ ਦਿਓ ਜੀ ਹੁਣ ਤੂੰ ਇਹਨਾਂ ਨੂੰ ਇੱਥੋਂ ਕੱਢ ਦੇ ਕਿ ਨਹੀਂ ਜਾਂ ਮੈਂ ਖੁੰਡਾ ਫੇਰਾਂ ਨਾ ਜੀ ਐ ਨਾ ਕਰੋ ਜੀ ਦੇਖੋ ਇਹ ਵੀ ਵਿਰਸੇ ਤੇ ਫਿਲਮ ਬਣਾ ਰਹੇ ਨੇ ਜੀ ਤੁਸੀਂ ਨਹੀਂ ਚਾਹੁੰਦੇ ਵੀ ਆਪਣਾ ਵਿਰਸਾ ਬਚਿਆ ਰਹੇ ਜੀ ਦੇਖੋ ਜੀ ਆ ਜਿਹੜੀ ਤੁਸੀਂ ਪੱਗ ਬੰਨਣੀ ਸਿਖਾਈ ਸੀ ਉਹਦਾ ਹੀ ਵਾਸਤਾ ਨਹੀਂ ਤਾਂ ਬਾਹਲੀ ਬੇਇੱਜ਼ਤੀ ਹੋ ਜੂਗੀ ਜੀ ਮੇਰੀ ਫਿਰ ਦਿਨ ਨਿਕਲ ਤੋਂ ਪਹਿਲਾਂ ਇਹਨਾਂ ਨੂੰ ਇੱਥੋਂ ਤੋੜ ਦੇ ਸਵੇਰੇ ਸਿੱਖ ਬੋਲਦੇ ਨਾਲ ਹੀ ਕਰ ਦੂੰਗਾ ਜੀ ਜਮਾਂ ਵਿਹਲੀ ਮਿਲੂਗੀ ਜੀ ਤੁਹਾਨੂੰ ਕੋਠੀ ਠੀਕ ਹੈ ਜੀ ਮੰਨ ਗਏ ਜੀ ਤੁਸੀਂ ਕਰ ਲਈਏ ਜੀ ਸ਼ੂਟਿੰਗ ਜੋ ਬੋਲੇ ਸੋ ਮਿੰਦੋ ਮੱਸਿਆ ਨਾ ਹੁਣ ਚੱਲੀ ਆ ਜਿੰਨੀ ਇਹਨੇ ਖੇ ਖਾਧੀ ਆ ਮੈਨੂੰ ਲੱਗਦਾ ਤਾਂ ਬਣਨਾ ਕੱਖ ਨਹੀਂ ਬਣਨਾ ਕਿਉਂ ਨਹੀਂ ਸਾਲਿਓ ਵਿਆਹ ਤੋਂ ਬਾਅਦ ਘੱਟੋ ਘੱਟ ਪਾਪਾ ਤੇ ਬਣੀ ਜਾਊ ਭਾਜੀ ਇੱਕ ਸੈਕਿੰਡ ਪਲੀਜ਼ 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 ਆਪਾਂ ਦਾਰੂ ਦੂਰੂ ਪੀਨੇ ਜੀ ਆਓ ਜੀ ਆਓ ਜੀ ਆਓ ਆਓ ਤੁਸੀਂ ਮੂੰਹ ਸਜਾਈ ਖੜੇ ਹੋ ਥੋੜੇ ਸ਼ਗਨ ਵਾਲੇ ਲਿਫਾਵੇ ਡਿੱਗੇ ਆ ਲਾ ਫੜ ਮੈਂ ਹੋਰ ਪਾ ਕੇ ਲਿਆਉਣਾ ਓਏ ਸਾਲਿਓ ਤੁਹਾਨੂੰ ਮੈਂ ਕਿਹਾ ਸੀ ਭਰਜਾਈਆਂ ਨੂੰ ਨਾਲ ਲਿਆਉਣਾ ਘੱਟੋ ਘੱਟ ਸੀਰਤ ਦੇ ਭਰਾਵਾਂ ਤੇ ਮਾੜਾ ਮੋਟਾ ਇੰਪਰੈਸ਼ਨ ਪੈ ਜਾਂਦਾ ਵੀ ਇਹਦੇ ਯਾਰ ਦੋਸਤ ਹੈਪੀਲੀ ਮੈਰਿਡ ਨੇ ਜੇ ਉਹ ਨਾਲ ਆ ਜਾਂਦੀਆਂ ਨਾ ਸਾਰੀ ਪੋਲ ਖੁੱਲ ਜਾਣੀ ਸੀ ਸਭ ਨੂੰ ਪਤਾ ਲੱਗ ਜਾਣਾ ਸੀ ਅਸੀਂ ਕਿੰਨੇ ਕੁ ਹੈਪੀਲੀ ਮੈਰਿਡ ਆ ਨਾਲੇ ਅੱਜ ਤੇਰੀ ਖੁਸ਼ਹਾਲ ਜ਼ਿੰਦਗੀ ਦਾ ਆਖਰੀ ਦਿਨ ਹੈ ਮਾਮਾ ਉਹ ਤੇ ਅਸੀਂ ਚਾਹ ਨਾਲ ਸੈਲੀਬ੍ਰੇਟ ਕਰ ਲਈਏ ਮੁੜ ਕੇ ਤਾਂ ਤੇਰੀ ਜ਼ਿੰਦਗੀ 'ਚ ਵੀ ਸਾਡੇ ਵਾਂਗੂ ਰੱਬੜੇ ਪੈਣੇ ਨੇ ਕਾਕਾ ਜੀ ਮੈਂ ਆਪਣੇ ਅਤੀਤ ਦੀ ਕਾਪੀ ਦੇਣਾ ਸਾਰੇ ਪੁਰਾਣੇ ਵਰਕੇ ਪਾੜ ਚੁੱਕਿਆ ਫਿਰ ਕਾਪੀ ਕਾਹਦੀ ਰਹਿ ਗਈ ਲੰਡੀ ਜੇਲ੍ਹ ਤੇ ਰਹਿ ਗਈ ਲੱਕੀ ਲੱਕੀ ਕੀ ਹੋਇਆ ਦਾਰੂ ਮੁੱਗੀ ਨਹੀਂ ਹਾਂ ਤੇਰੀ ਪੁਰਾਣੀ ਗਰਲਫ੍ਰੈਂਡ ਆ ਗਈ ਪਰ ਦਾਰੂ ਨਾਲ ਡੱਕੀ ਹੋਈ ਹੈ ਕਰ ਲਓ ਕਿਉਂ ਨੂੰ ਭਾਂਡਾ ਆ ਫੜ ਕਿੱਥੇ ਆ ਉਧਰ ਕਾਲੀ ਜਵਾਨ ਗਿਆ ਵਰਕੇ ਤਾਂ ਸਾਰੇ ਪਾੜ ਬੈਠਾ ਇਹਨੂੰ ਹੁਣ ਲੰਡੀ ਜੇਲ੍ਹ ਤੇ ਲੈ ਬੈਣਾ ਸੱਚ ਕਿਹਾ ਪ੍ਰਧਾਨ ਮੰਤਰੀ ਜੀ ਨੇ 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਕਿਸੇ ਨੇ ਕਿਹਾ ਸਭ ਸਾਲ ਆਪਦੇ ਪੱਲੇ ਬਕਵਾਸ ਕਰ ਰਿਹਾ ਸਹੀ ਬਕਵਾਸ ਕਰ ਰਿਹਾ ਉਹ ਲੱਕੀ ਉਹ ਯਾਰ ਪਾਰਕ ਪਲਾਜ਼ਾ ਹੋਟਲ ਪਹੁੰਚ ਫਟਾਫਟ ਪਾਰਕ ਪਲਾਜ਼ਾ ਹੋਟਲ ਕੀ ਗੱਲ ਹੋ ਗਈ ਉਹ ਯਾਰ ਮੈਂਡੀ ਆਈ ਹੋਈ ਹੈ ਉੱਥੇ ਉਹ ਕਹਿੰਦੀ ਜੇ ਤੂੰ ਹੁਣੇ ਆਪਣੀ ਵਾਈਫ ਨੂੰ ਡਿਵੋਰਸ ਦੇ ਕੇ ਨਾ ਪਹੁੰਚਿਆ ਤਾਂ ਮੈਂ ਜਾਨ ਦੇ ਦੇਣੀ ਆਪਣੀ ਆਵਾਜ਼ ਨਹੀਂ ਆ ਰਹੀ ਹੈਲੋ ਸਾਡੀ ਮੌਤ ਆ ਰਹੀ ਹੈ ਤੈਨੂੰ ਆਵਾਜ਼ ਹੀ ਨਹੀਂ ਆ ਰਹੀ ਤੂੰ ਸੜਿਆ ਆਪਣੀ ਚਲੇ ਜਾਂਦਾ ਹੈ ਉਹ ਯਾਰ ਮੈਂ ਆਪਣੀ ਵਾਈਫ ਨੂੰ ਲੈ ਕੇ ਚੱਲਿਆ ਅਲਟਰਾਸਾਊਂਡ ਲਈ ਸਾਊਂਡ ਨਹੀਂ ਆ ਰਹੀ ਹੈਗੀ ਹੈਲੋ ਉਹ ਗੱਲ ਸੁਣੋ ਬੰਦਾ ਬਣ ਕੇ ਹੋਟਲ ਕਮਰਾ ਨੰਬਰ 802 ਚ ਪਹੁੰਚ ਕਮਰਾ ਨੰਬਰ 802 ਇੰਨੇ ਕਮਰੇ ਹੈਗੇ ਆ ਹੋਟਲ 'ਚ ਫਿਟੇ ਮੂੰਹ ਤੇਰਾ ਸਾਡੀ ਜਾਨ ਤੇ ਬਣੀ ਤੂੰ ਕਮਰਿਆਂ ਦੀ ਗਿਣਤੀ ਕਰਨ ਡਿਆ ਪਹੁੰਚਣ ਵਾਲੀ ਗੱਲ ਕਰ ਮੈਂਡੀ ਉੱਥੇ ਹੱਚ ਨੀਂਦ ਦੀਆਂ ਗੋਲੀਆਂ ਫੜ ਕੇ ਬੈਠੀ ਕਹਿੰਦੀ ਜੇ ਤੂੰ ਹੁਣੇ ਨਾ ਆਇਆ ਮੈਂ ਫੱਕਾ ਮਾਰ ਜਾਣਾ ਸਿਗਨਲ 'ਚ ਪ੍ਰੋਬਲਮ ਜੀ ਲੱਗਦੀ ਆ ਮੈਨੂੰ ਹੈਲੋ ਜੇ ਨਹੀਂ ਵੀ ਸਿਗਨਲ ਆ ਰਿਹਾ ਤਾਂ ਵੀ ਫਟਾਫਟ ਉੱਥੇ ਪਹੁੰਚਣ ਵਾਲੀ ਗੱਲ ਕਰ ਨਹੀਂ ਤਾਂ ਨੀਂਦ ਦੀਆਂ ਗੋਲੀਆਂ ਉਹਨੇ ਖਾਣੀਆਂ ਭੋਗ ਮੇਰਾ ਪੈ ਜਾਣਾ ਹੀ ਕੀ ਆਉਣਾ ਪਣ ਕਸਟਮਰਾਂ ਨੇ ਮਾਲ ਫੜ ਲਿਆ ਉਹਨੂੰ ਛੁੱਟੀ ਵਾਲਾ ਦਿਨ ਨਹੀਂ ਨਹੀਂ ਮੈਂ ਤਾਂ ਸੀਰਤ ਨਾਲ ਬਾਹਰ ਆਊਟਿੰਗ ਤੇ ਆਇਆ ਹੋਇਆ ਹਾਂ ਨਹੀਂ ਨਹੀਂ ਇਹ ਤਾਂ ਉਹ ਇੰਨੀਆਂ ਮਿਸ ਅੰਡਰਸਟੈਂਡਿੰਗਾਂ ਬਾਅਦ ਵੀ ਅੰਡਰਸਟੈਂਡਿੰਗ ਮਿਸ ਹੈ ਪਲੀਜ਼ ਕੰਟੀਨਿਊ ਉਹ ਕਸਟਮਰ ਵਾਲਿਆਂ ਨੇ ਮਾਲ ਫੜ ਲਿਆ ਆਪਣਾ ਪਾਰਕ ਪਲਾਜ਼ਾ ਹੋਟਲ 'ਚ ਨਹੀਂ ਨਹੀਂ ਮਾਲ ਤਾਂ ਏਅਰਪੋਰਟ ਤੇ ਫੜਿਆ ਵਾ ਪਾਰਕ ਪਲਾਜ਼ਾ ਤਾਂ ਮੀਟਿੰਗ ਆ ਕਸਟਮਰ ਵਾਲਿਆਂ ਨਾਲ ਓ ਮੈਨੂੰ ਜਾਣਾ ਪੈਣਾ ਮੈਂ ਜਮ ਹਾਂਜੀ ਆ ਰਿਹਾ ਜੀ ਮੈਂ ਆ ਰਿਹਾ ਓਕੇ ਬਾਈ ਜੀ ਕਨਵੈਂਟ 'ਚ ਪੜੇ ਲੱਗਦੇ ਹੋ ਤੁਸੀਂ ਹਾਂਜੀ ਹਾਂਜੀ ਬਾਈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਤਾਂ ਹੀ ਉਹ ਪਿੱਛੇ ਲਿਖਿਆ ਬੋਰਡ ਨਹੀਂ ਪੜਿਆ ਤੁਸੀਂ
ਹੁਣ ਬੋਰਡ ਪੜੀਏ ਕਿ ਆਪਣਾ ਮਾਲ ਦੇਖੀਏ ਜੀ ਮਾਲ ਸਾਨੂੰ ਮਾਲ ਦੇ ਪੀਏ ਨੂੰ ਸਾਲੇ ਨੂੰ ਬੋਰਡ ਦੀ ਲੱਕੀ ਅੱਜ ਵਰਗੀ ਕਦੇ ਨਹੀਂ ਹੋਣੀ ਉਂਝ ਭਾਵੇਂ ਨਿਤ ਹੁੰਦੀ ਹੈ ਓਏ ਮਾੜੀ ਜੀ ਮਾੜੀ ਹੈ ਤਾਂ ਜਲਾਲ ਤਾਲੀ ਗੱਲ ਪਰ ਉਹ ਸੱਚੀ ਦੱਸ ਤੈਨੂੰ ਸੱਚੀ ਨੇ ਅੰਦਰ ਵਾੜੇ ਉਹਨਾਂ ਨੇ ਲੈ ਉਹ ਤਾਂ ਮੈਨੂੰ ਅੰਦਰ ਤੱਕ ਲੈ ਕੇ ਗਏ ਮੈਨੂੰ ਕਹਿੰਦੇ ਵੀ ਸੱਚੀ ਗੱਲ ਤਾਂ ਇਹ ਆ ਤੁਹਾਡੇ ਵੀਰ ਨੂੰ ਇਹਨਾਂ ਨੇ ਅੰਦਰ ਵਾੜਿਆ ਹੀ ਨਹੀਂ ਬਈ ਓਏ ਅਸੀਂ ਪਰਮਾਨੈਂਟ ਜੋ ਆਈਆਂ ਸਾਡੇ ਸਹੁਰੇ ਅਜੇ ਤੱਕ ਸਾਨੂੰ 10 ਮਿੰਟ ਦੋਜੀ ਵਾਂਗੂ ਬਾਹਰ ਗੇਟ ਤੇ ਖੜਾ ਕਰੀ ਰੱਖਦੇ ਆ ਤੂੰ ਤਾਂ ਅਜੇ ਫੇਰ ਅੜਾਉਕਦੇ ਆ ਓਏ ਤੂੰ ਇਹਨੂੰ ਆਪਣੀ ਇੱਜ਼ਤ ਹੀ ਸਮਝ ਸਾਲਿਓ ਇਹਨੂੰ ਇੱਜ਼ਤ ਕਹਿੰਦੇ ਤੁਸੀਂ ਉਹ ਵਿਆਹੇ ਬੜੇ ਬੰਦੇ ਤਾਂ ਜੇ ਗਲਤੀ ਨਾਲ ਇੱਜ਼ਤ ਹੋ ਜਾਣਾ ਤਾਂ ਹੈਰਾਨ ਹੋਈਦਾ ਬੇਇੱਜ਼ਤੀ ਬੂਤੀ ਤਾਂ ਰੂਟੀਨ ਦਾ ਮੈਟਰ ਆ ਯਾਰ ਇਹ ਯਾਰ ਲੱਕੀ ਬਾਈ ਇਹ ਸਾਰੇ ਤੇਰੇ ਤੱਫੜੇ ਨਾ ਮੇਰੇ ਪਾਏ ਹੋਏ ਰੱਫੜ ਦੇ ਆ ਇਹ ਠੀਕ ਵੀ ਹੁਣ ਮੈਂ ਆਪ ਹੀ ਕਰੂੰ ਮੈਂ ਤੇ ਸਿੱਧਾ ਹੀ ਜਾ ਕੇ ਨਾ ਮਾਫ਼ੀ ਮੰਗ ਲੈਣਾ ਮੈਂ ਕਹਿੰਦਾ ਬਲਬੀਰੋ ਭਾਬੇ ਮਾਫ਼ ਕਰੀ ਤੂੰ ਠੀਕ ਨਹੀਂ ਨਿਕਲੀ ਅਸੀਂ ਆਪਣੇ ਲੱਕੀ ਭਰਾ ਦਾ ਵਿਆਹ ਹੁਣ ਕਿਤੇ ਹੋਰ ਹੀ ਕਰ ਲੈਣਾ ਪਰ ਸਾਲਿਓ ਇਸ ਗੱਲ ਦੀ ਕੀ ਗਰੰਟੀ ਵੀ ਗਾਂ ਲਈ ਠੀਕ ਨਿਕਲੂ ਓਏ ਹੁਣ ਇਹਦੇ ਲਈ ISI ਮਾਰਕਾ ਜਨਾਨੀ ਕਿੱਥੋਂ ਲੱਭ ਕੇ ਦਈਏ ਨਾਲੇ ਸਾਰੀਆਂ ਜਨਾਨੀਆਂ ਦੀ ਮੱਤ ਇੱਕੋ ਜਿਹੀ ਹੁੰਦੀ ਆ ਉਹ ਤਾਂ ਆਪਣੇ ਹਿਸਾਬ ਨਾਲ ਮਾੜੀ ਮੋਟੀ ਰਿਪੇਅਰ ਉਹਨਾਂ ਦੀ ਆਪ ਹੀ ਕਰਨੀ ਪੈਂਦੀ ਆ ਪੁਆਇੰਟ 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 ਕਿਉਂ ਹੈ ਨਾ ਪੁਆਇੰਟ ਪੁਆਇੰਟ ਤੈਨੂੰ ਹੈਪੀ ਬਰਥਡੇ ਲੋ ਜੀ ਦੇਖੋ ਇਹ ਭਰਜਾਈ ਨੂੰ ਖੱਜਲ ਨਹੀਂ ਕਰਨਾ ਆਪਾਂ ਸਾਰੇ ਹੀ ਬਹਿੰਦੇ ਆ ਗੱਡੀ ਚ ਰਾਤ ਦੇ 12 ਵਜੇ ਸਿੱਧੇ ਭਰਜਾਈ ਦੇ ਦਰਾਂ ਚ ਜਾ ਵਜੀਏ ਜਾ ਕੇ ਮਾਫ਼ੀ ਮੰਗ ਲੈ ਬਸ ਗੱਲ ਕਰੋ ਸਾਲੇ ਸਾਹਮਣੇ ਤਾਂ ਬੰਦ ਦਰਵਾਜ਼ਾ ਹੁਣ ਮੈਂ ਦਰਵਾਜ਼ੇ ਚ ਵੱਜਾਂ ਤੇਰੇ ਨਾਲ ਕੰਮ ਫੇਲ ਆ ਸਾਲਿਆ ਤੂੰ ਤਾਂ ਭਾਵੇਂ ਮੰਗਣੀ ਤੋਂ ਅਸਤੀਫਾ ਹੀ ਦੇ ਹੁਣ ਯਾਰ ਮਾਫ਼ੀ ਮੰਗੇ ਨਾਲ ਮੰਨ ਤਾਂ ਜਾਊਗੀ ਨਾ ਸਾਡੇ ਵੀਰ ਦਾ ਬਰਥਡੇ ਹੋਊਗਾ ਅਗਲੀ ਮਹੀਨੇ ਦਾ ਉਹ ਸਾਲੇ ਉਹ ਇਹੋ ਜਿਹੇ ਦਿਨ ਤਾਂ ਬੰਦਾ ਦੂਜਿਆਂ ਦੀ ਰੁੱਸੀ ਤੀ ਵੀ ਮਨਾ ਲੈਂਦਾ ਇਹ ਤਾਂ ਫੇਰ ਆਪਣੀ ਆ ਆਪਣੀ ਨਹੀਂ ਇਹ ਵੀ ਹੈ ਇਹ ਵੀ ਤਾਂ ਆਪਣਾ ਹੀ ਆ ਮੈਨੂੰ ਇੱਕ ਗੱਲ ਦੱਸੋ ਇਹ ਸਾਲਾ ਦਰਵਾਜ਼ਾ ਹੁਣ ਮੈਨੂੰ ਟੱਪ ਕੇ ਜਾਣਾ ਪੈਣਾ ਨਹੀਂ ਤਾਂ ਹੋਰ ਸਾਲਿਆ ਉਹਨਾਂ ਨੇ ਚੂਨੇ ਨਾਲ ਤੀਰ ਬਣਾਏ ਦੇ ਰਿਹਾ ਤੇ ਬਈ ਜਵਾਈ ਸਾਹਿਬ ਇੱਧਰ ਦੀ ਲੰਘੋ ਜੀ ਇਹ ਟੱਪ ਕੇ ਜਾਣਾ ਪੈਣਾ ਟੱਪੋ ਓ ਟੱਪੋ ਨੀ ਚੱਪਾਓ ਓ ਸਾਲੇ ਉਹ ਆਓ ਆ ਗਏ ਆ ਗਏ ਆ ਗਏ ਜਾਓ ਮੁੜ ਜਾਓ ਹੁਣ ਜੱਟ ਜਾਓ ਗੱਲ ਆਈ ਸ਼ਾਂਤੀ ਸ਼ਾਂਤੀ ਤੇ ਵਾਲ ਕਿੰਨੇ ਸੋਹਣੇ ਜੇ ਦਾਰੂ ਪੀ ਕੇ ਮੈਨੂੰ ਐਂ ਤੰਗ ਕਰਨਾ ਹੈ ਨਾ ਮੈਂ ਸਵੇਰੇ ਹੀ ਬੌਪ ਕਟ ਕਰਾ ਲੈਣਾ ਸੌਰੀ 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 ਮੈਂ ਜਾਇਆ ਵਾਂ ਕਿੱਥੇ ਸੁਸੂ ਹਾਏ ਓ ਰੱਬਾ ਮੈਂ ਥੋਕੇ ਹੋ ਕੇ ਹੋ ਜੀ ਪਰਮਿਸ਼ਨ ਲੈਂਦੇ ਹੋ ਜਾਓ ਓਕੇ ਥੈਂਕ ਯੂ ਕਮਿੰਗ ਸੂਨ ਸੁਸੂ ਸੌਰੀ ਇੰਨੀ ਜਲਦੀ ਆ ਵੀ ਗਏ ਸੌਰੀ ਕਿਉਂ ਇੰਨੀ ਦਾਰੂ ਪੀਂਦੇ ਹੋ ਕਿ ਬਾਰ ਬਾਰ ਸੌਰੀ ਕਹਿਣਾ ਪਵੇ ਇਹਨੂੰ ਕਿਵੇਂ ਪਤਾ ਲੱਗਿਆ ਮੈਂ ਪੀਤੀ ਹੈ ਸੌਰੀ ਜੇ ਹੁਣ ਇੱਕ ਵਾਰੀ ਵੀ ਹੋਰ ਸੌਰੀ ਕਿਹਾ ਨਾ ਮੇਰਾ ਮਰੀ ਦਾ ਮੂੰਹ ਵੇਖੋਗੇ ਪੈ ਜਾਓ ਪੈ ਜਾਓ ਪੀਤੀ ਮੈਂ ਹਾਂ ਗੱਲਾਂ ਟੇਡੀਆਂ ਜੀਆਂ ਕਰੀ ਜਾਂਦੀ ਆ ਇਹ ਸੀਰਤ ਹੀ ਆ ਨਾ ਸੌਰੀ ਮੈਂ ਮਨਾ ਕੀਤਾ ਨਾ ਸੌਰੀ ਕਹਿਣ ਨੂੰ ਕਦੋਂ ਮਨਾ ਕੀਤਾ
ਤੁਸੀਂ ਆਪ ਪਹਿਨਦੇ ਹੋ ਕਿ ਮੈਂ ਪਾਵਾਂ ਪਹਿਨਣਾ ਨਾ ਜਾਨੂ ਉਹ ਸ਼ਾਂਤੀ ਤੂੰ ਬੌਬ ਕਟ ਕਰਾ ਵੀ ਲੈ ਕਿਹਦੀ ਮਾਂ ਨੇ ਬੌਬ ਕਟ ਕਰਾਇਆ ਸੁਣਦਾ ਮੈਂ ਤੂੰ ਨਾਰਾਜ਼ ਕਿਉਂ ਹੁੰਦੀ ਆ ਆਪਾਂ ਹੱਗੀ ਕਰਕੇ ਸੁਣਾਂਗੇ ਫੇਰ ਨਹੀਂ ਆ ਜਾਓ ਚੰਗਾ ਆ ਲਓ ਕਰਨਾ ਹੱਗੀ ਉਹ ਕੀਤੀ ਤਾਂ ਹੋਈ ਏ ਹੁਣ ਗਲਾ ਦੱਬ ਦੇਵਾਂ ਦੱਬ ਦੇ ਤੈਨੂੰ ਮੈਂ ਨਾ ਲੱਡ ਲੈ ਆ ਲੈ ਹੁਣ ਦੱਬਾਂ ਗਲਾ ਦੱਬਿਆ ਪੀਤੀ ਬਦੇ ਨਹੀਂ ਲੱਗਿਆ ਸਾਲਾ ਸ਼ਾਂਤੀ ਲਵ ਯੂ ਤੇਰੇ ਕੰਨ ਵੀ ਸੋਹਣੇ ਆ ਓਏ ਤੇਰੇ ਟੋਪਸ ਕਿੱਥੇ ਗਏ ਕੰਨਾਂ ਚ ਤਨੇ ਹਨੀ ਕੱਲ ਤਾਂ ਤੁਸੀਂ ਦਾਰੂ ਦੀ ਬੋਤਲ ਨੂੰ ਹੱਥ ਲਾਇਓ ਮੈਂ ਹੱਥ ਵੜ ਦੂੰ ਤੁਹਾਡੇ ਅੱਛਾ ਤੂੰ ਮੈਨੂੰ ਆਪਣਾ ਦੂਜਾ ਹੱਥ ਦੇ ਥੈਂਕ ਯੂ ਇੱਕ ਦੋ ਤਿੰਨ ਸ਼ਾਂਤੀ ਤੁਸੀਂ ਯਾਦ ਕਦੋਂ ਲਵਾ ਲਿਆ ਟੋਪਸ ਤੁਹਾਨੂੰ ਦਿਖਦੇ ਨਹੀਂ ਹੈ ਹੱਥ ਤੁਹਾਨੂੰ ਤਿੰਨ ਤਿੰਨ ਦਿਖੀ ਜਾਂਦੇ ਆ ਉਹ ਨਹੀਂ ਤੀਜਾ ਹੱਥ ਹੈ ਹੁਣ ਥੋੜੇ ਚਿਰ ਨੂੰ ਕਹੋਗੇ ਚੌਥਾ ਹੱਥ ਵੀ ਹੈ ਚੌਥਾ ਵੀ ਹੈ ਸ਼ਾਂਤੀ ਕੋਈ ਹੈ ਕੋਈ ਹੈ ਓਏ ਲੈਟ ਚੱਲ ਪਈ ਲੈ ਕੇ ਬਰਥਡੇ ਮਨਾਉਣ ਆਪਣੇ ਵੀਰ ਦਾ ਲੜੀ ਇੱਕ ਦਿਨ ਤੇ ਬੰਦੇ ਦੀ ਬੁੱਕਤ ਪੈਣੀ ਸੀ ਨਾ ਪੈ ਗਈ ਬੁੱਕਤ ਤੂੰ ਕੌਣ ਮੇਰੇ ਸ਼ਾਂਤੀ ਨਾਲ ਗੱਲ ਕਰ ਅੱਛਾ ਸ਼ਾਂਤੀ ਤੇਰਾ ਏਡਾ ਝਾਕਾ ਖੁੱਲ ਗਿਆ ਮੈਂ ਜੇ ਬਾਥਰੂਮ ਗਿਆ ਤੂੰ ਘਰੇ ਬੰਦੇ ਬੁਲਾ ਲਏ ਜਦ ਮੈਂ ਦਫ਼ਤਰ ਜਾਂਦਾ ਹੋਊਂਗਾ ਉਦੋਂ ਕੀ ਕਰਦੀ ਹੋਣੀ ਆ ਤੂੰ ਤੂੰ ਚੱਲ ਮੇਰੇ ਨਾਲ ਬਾਹਰ ਚੱਲ ਤੂੰ ਮੇਰੇ ਨਾਲ ਤੈਨੂੰ ਮੈਂ ਦੱਸਾਂ ਹਾਏ ਮੇਰੀ ਗੱਲ ਤਾਂ ਸੁਣੋ ਮਾਰਾ ਤੇਰੇ ਕੰਨ ਦੇ ਬੈਠਦੇ ਤੇਰੀਆਂ ਗੱਲਾਂ ਸੁਣਦਾ ਸੀ ਕਮੀਨੀਏ ਕੀ ਹੋਇਆ ਸਨੀ ਐਵੇਂ ਕੁਝ ਹੋਣ ਦਿੰਦਾ ਕੀ ਬਕਵਾਸ ਕਰ ਰਹੇ ਹੋ ਅੱਛਾ ਮੇਰੀ ਗੈਰ ਰਾਜੀ ਜੀ ਘਰੇ ਬੰਦੇ ਬੁਲਾਏ ਜਾ ਰਹੇ ਨੇ ਆ ਦੇਖੋ ਦੇਖੋ ਭਾਜੀ ਅੱਜ ਫੜ ਲਿਆ ਪ੍ਰੇਮੀ ਜੋੜਾ ਰੰਗੇ ਅੱਧੇ ਰੰਗ ਰਲੀਆਂ ਮਨੋ ਤੋਂ ਬਾਈ ਸੌਰੀ ਗਲਤੀ ਹੋ ਗਈ ਯਾਰ ਅੱਛਾ ਇਹ ਮੰਨਦਾ ਆਪਣੀ ਗਲਤੀ ਤੂੰ ਨਾ ਮੰਨੀ ਲੁੱਚੀ ਹੈ ਦੇਖ ਵੀਰੇ ਮੈਂ ਸਾਰੀ ਗੱਲ ਸ਼ੁਰੂ ਤੋਂ ਦੱਸਦਾ ਜੀ ਬਾਈ ਕਿੰਨੀ ਕੁ ਦੇਰ ਤੋਂ ਚੱਲਦਾ ਸਾਰਾ ਕੁਝ ਜਿਹੜਾ ਸ਼ੁਰੂ ਤੋਂ ਦੱਸਣ ਨੂੰ ਫਿਰਦਾ ਸੱਚੀ ਉਹ ਨਹੀਂ ਜਾਣਦੀ ਇਹ ਕੌਣ ਹੈ ਜਦੋਂ ਜੱਫੀਆਂ ਪਾਈਆਂ ਜਾ ਰਹੀਆਂ ਸੀ ਉਦੋਂ ਜਾਣਦੀ ਸੀ ਤੈਨੂੰ ਮੈਂ ਲੈ ਕੇ ਜਾਣਾ ਥਾਣੇ ਵੀਰ ਜੀ ਘਰ ਦਾ ਮਸਲਾ ਥਾਣੇ ਲੈ ਕੇ ਜਾਓਗੇ ਉਹੀ ਆਂਢ ਗੁਆਂਢ 'ਚ ਗੱਲਾਂ ਬਣਨਗੀਆਂ ਭਾਜੀ ਪੁਲਿਸ ਦੀ ਕੀ ਲੋੜ ਹੈ ਤੁਸੀਂ ਭਾਜੀ ਹੋਰਾਂ ਨੂੰ ਧੱਕੇ ਧੁੱਕੇ ਮਾਰ ਕੇ ਬਾਹਰ ਕੱਢ ਦਿਓ ਸੀ ਸ਼ਾਂਤੀ ਸੀ ਨਿਕਲ ਮੇਰੇ ਘਰ ਤੋਂ ਗੰਦਾ ਆਸ਼ਿਕ ਸਾਲਾ ਲੋਕਾਂ ਦੇ ਘਰਾਂ 'ਚ ਵੜਦਾ ਇਹਨੂੰ ਕਿਹਾ ਸੀ ਸ਼ਾਂਤੀ ਨਾਲ ਸੌਂ ਇਹ ਇਸ ਸ਼ਾਂਤੀ ਨਾਲ ਆ ਕੇ ਸੌਂ ਗਿਆ ਕੀ ਬਣੂ ਇਹਦਾ ਸਾਲਾ ਬਾਬਾ ਗੁੱਡ ਗਿਆ ਓਏ ਇਹ ਲੱਕੀ ਆ ਕਿ ਮੈਨੂੰ ਇਹ ਭੁਲੇਖਾ ਪਿਆ ਭੁਲੇਖਾ ਤਾਂ ਮੈਨੂੰ ਪਿਆ ਸੀ ਅਗਲਿਆਂ ਨੇ ਭੁਲੇਖਾ ਕੱਢਤਾ ਸੱਚ ਗਿਆ ਨੈਲਸਨ ਮੰਡੇਲਾ ਨੇ 365 ਚਲੇਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਯਾਰ ਨੈਲਸਨ ਮੰਡੇਲਾ ਗੁਰਮੁਖੀ ਕਿਹੜੇ ਵੇਲੇ ਸਿੱਖ ਗਿਆ ਉਹ ਫਿਰ ਮੂੰਹ ਤੁਹਾਡੇ ਇਹਦਾ ਕੋਈ ਮਰਿਆ ਚੂਹਾ ਨਹੀਂ ਘਰੋਂ ਬਾਹਰ ਸੁੱਟਦਾ ਜਿੱਦਾਂ ਤੁਸੀਂ ਜਿੰਦਾ ਜਵਾਈ ਸੁੱਟਿਆ ਯਾਰ ਆਪਾਂ ਇਹਨੂੰ ਉਹਦੇ ਗੇਟ ਚ ਪਾ ਦੇਣਾ ਤੇ ਤਿਲਕ ਨਿਆਪੀ ਜਾਣਾ ਲੈ ਮੈਂ ਸਮਝ ਗਿਆ ਯੈਸ ਮਤਲਬ ਆਪਾਂ ਆਪਣੇ ਬਾਈ ਨੂੰ ਸ਼ਿਕਾਰੀ ਬਣਾ ਕੇ ਯੈਸ ਹਰੇ ਭਰੇ ਜੰਗਲ ਦੇ ਵਿਚਕਾਰ ਸੁੱਟ ਦੇਣਾ ਯੈਸ ਤੇ ਫਿਰ ਕੰਨ ਚ ਮਾਰ ਲਿਆ ਫੂਕ ਯੈਸ ਹੁਣ ਇੱਥੇ ਖੁੱਲ ਕੇ ਕਰ ਜੰਗਲ ਪਾਣੀ ਬੜਾ ਰੂਪ ਤੇਰੇ ਆਇਆ ਜੰਗਲ ਪਾਣੀ ਨਹੀਂ ਨਿਸ਼ਾਨੇ ਬਾਜੀ ਤੁਸੀਂ ਆਪਣੀ ਨਿਮੇੜ ਕੇ ਮੇਰੇ ਲਈ ਆ ਜਿਓ ਆ ਗਏ ਆ ਗਏ ਆ ਗਏ ਸ਼ੈਫੀ ਡਾਰਲਿੰਗ ਗੱਲ ਇਹ ਡਾਰਲਿੰਗ ਸਾਡਾ ਯਾਰ ਲੱਕੀ ਉਹਨੂੰ ਤੂੰ ਆਪਣੇ ਲਪੇਟੇ ਚ ਲੈਣਾ ਜੇ ਤੂੰ ਸਾਡੇ ਯਾਰ ਲੱਕੀ ਨੂੰ ਪਟਾਉਣ ਚ ਕਾਮਯਾਬ ਹੋ ਗਈ ਨਾ ਸਾਰੀ ਜ਼ਿੰਦਗੀ ਕੋ ਕੰਮ ਕਰਨ ਦੀ ਲੋੜ ਨਹੀਂ ਕੱਲ ਮਿਲਣਾ ਤੂੰ ਕੱਲ ਤਾਂ ਮੇਰੀ ਲੁਧਿਆਣੇ ਬਹੁਤ ਇੰਪੋਰਟੈਂਟ ਮਾਡਲਿੰਗ ਅਸਾਈਨਮੈਂਟ ਹੈ ਤਾਂ ਫੇਰ ਕੀ ਹੋ ਗਿਆ ਅਸੀਂ ਲੁਧਿਆਣੇ ਆ ਜਾਵਾਂਗੇ ਲੁਧਿਆਣਾ ਕਿਤੇ ਵੈਸਟ ਇੰਡੀਜ਼ ਆ ਕਿਉਂ ਜੀ ਆ ਗਏ ਆ ਗਏ ਆ ਗਏ ਫੋਨ ਚੁੱਕੋ ਸੁਖੀ ਤੁ
ਤੁਸੀਂ ਕੀ ਕਰਦੇ ਪਏ ਹੋ? ਮੈਂ ਐਕਸਰਸਾਈਜ਼ ਕਰ ਰਿਹਾ, ਤੈਨੂੰ ਪਤਾ ਐਕਸਰਸਾਈਜ਼ ਮੈਂ ਕਦੇ ਮਿਸ ਨਹੀਂ ਕੀਤੀ, ਹਲੇ ਕੱਲ ਹੀ ਤੇ ਸ਼ੁਰੂ ਕੀਤੀ। ਹੈਲੋ। ਹੈਲੋ ਭਾਬੀ ਜੀ। ਸਤਿ ਸ਼੍ਰੀ ਅਕਾਲ ਡਿੰਪੀ ਭਾਜੀ। ਸੌਰੀ ਸੌਰੀ, ਕੌਣ ਮਿਸਿਸ ਸਿੱਧੂ? ਹਾਂਜੀ ਬੋਲ ਰਹੀ ਆ, ਤੁਸੀਂ ਕੌਣ ਬੋਲ ਰਹੇ ਹੋ? ਆਪਣਾ ਮੈਂ ਸੰਧੂ ਬੋਲ ਰਿਹਾ ਜੀ, ਆਪਣੇ ਸਿੱਧੂ ਸਾਹਿਬ ਹੈਗੇ ਨੇ? ਹਾਂਜੀ ਹਾਂਜੀ ਹੈਗੇ ਨੇ। ਜੱਸੀ। ਹਾਂਜੀ। ਕਿਸੇ ਸੰਧੂ ਸਾਹਿਬ ਦਾ ਫੋਨ ਹੈ। ਸੰਧੂ ਦਾ ਫੋਨ ਆ ਗਿਆ? ਕੀ ਕੰਮ ਪੈ ਗਿਆ ਮੇਰੇ ਨਾਲ? ਹੈਲੋ ਸੰਧੂ ਸਾਹਿਬ। ਓਏ ਹੁਣ ਜੋ ਜੀ ਕਰਦਾ ਬੋਲੀ ਚਾਲ, ਚੱਲ ਹੋ ਜਾ ਸ਼ੁਰੂ। ਨੋ ਨੋ, ਸੈਟਰਡੇ ਸੰਡੇ ਤਾਂ ਮੇਰੇ ਘਰ ਅੱਗ ਲੱਗ ਜੇ, ਮੈਂ ਤਾਂ ਨਾ ਘਰੋਂ ਬਾਹਰ ਨਿਕਲਾਂ। ਓ ਨਹੀਂ ਭਾਜੀ, ਕੀ ਹੋ ਜਾਏਗਾ, 15-20 ਲੱਖ ਰੁਪਈਆ ਮੈਨੂੰ ਪਤਾ ਹੁੰਦਾ ਤੇ ਵੈਸੇ ਬਹੁਤ ਹੈ, ਪਰ ਕੋਈ ਗੱਲ ਨਹੀਂ ਭਾਜੀ, ਪੈਸਾ ਸਭ ਕੁਝ ਥੋੜਾ ਹੁੰਦਾ ਹੈ। ਕੀ ਹੋ ਜਾਏਗਾ, ਵੱਧ ਤੋਂ ਵੱਧ ਗਰੀਬ ਹੋ ਜਾਵਾਂਗੇ, ਘਰ ਬਾਹਰ ਵਿਕ ਜਾਏਗਾ, ਸੜਕਾਂ ਤੇ ਆ ਜਾਵਾਂਗੇ ਨਾ। ਕੋਈ ਗੱਲ ਨਹੀਂ, ਮੈਂ ਆਪਣੇ ਹੋਣ ਵਾਲੇ ਬੱਚੇ ਨੂੰ ਨਹੀਂ ਪੜਾਵਾਂਗਾ ਕਾਨਵੈਂਟ ਵਿੱਚ, ਸਰਕਾਰੀ ਸਕੂਲ 'ਚ ਪੜਾ ਲਾਂਗਾ। ਯਾਰ ਮੈਂ ਪੜ੍ਹ ਲਿਖ ਕੇ ਵੀ ਤਾਂ ਉਹਨੇ ਵੀਕਐਂਡ ਤੇ ਘਰੇ ਹੀ ਰਿਹਾ ਕਰਨਾ ਵਾਈਫ ਕੋਲ ਹੀ। ਨਹੀਂ ਭਾਜੀ ਕੋਈ ਗੱਲ ਨਹੀਂ ਯਾਰ, ਮੇਰੀ ਵਾਈਫ ਲੋਕਾਂ ਦੇ ਸਵੈਟਰ ਬੁਣ ਲਿਆ ਕਰੇਗੀ, ਲੋਕਾਂ ਦੇ ਸੂਟ ਸੀ ਲਿਆ ਕਰੇਗੀ, ਲੋਕਾਂ ਦੇ ਬੱਚਿਆਂ ਨੂੰ ਟਿਊਸ਼ਨਾਂ ਪੜਾ ਲਿਆ ਕਰੇਗੀ। ਯਾਰ ਸੈਟਰਡੇ ਸੰਡੇ ਨੋ ਕੰਮ, ਓਕੇ ਬਾਏ। ਸੁਣੋ ਜੀ, ਇੰਜ ਕੰਮ ਨੂੰ ਥੋੜੀ ਮਨਾ ਕਰੀਦਾ, ਕੰਮ ਤੇ ਕੰਮ ਹੁੰਦਾ ਹੈ, ਤੁਸੀਂ ਲੁਧਿਆਣੇ ਜਾ ਕੇ ਮੀਟਿੰਗ ਕਰ ਆਓ। ਮੈਂ ਫਿਰ ਛੇਤੀ ਆ ਜਾਣਾ, ਮੁੜ ਕੇ ਤੈਨੂੰ ਮੈਂ ਦੱਸਾਂ, ਮੀਟਿੰਗ ਵਿੱਚ ਰਹਿੰਦੀ ਰਹਿ ਜਵੇ। ਸੋ ਸਵੀਟ। ਕੀ ਹੋਏ ਇਹਨੂੰ, ਦੱਸਿਆ ਕੀ ਆ ਕਿ ਕਿੱਥੇ ਚੱਲੇ ਆ? ਇੰਪੋਰਟ ਐਕਸਪੋਰਟ ਦੀ ਇੰਪੋਰਟੈਂਟ ਮੀਟਿੰਗ ਤੇ ਲੈ ਕੇ ਚੱਲੇ ਆ, ਹੋਰ ਇਹਨੂੰ ਕੀ ਦੱਸਣਾ ਸੀ। ਤੁਹਾਡੀ ਸ਼ਕਲ ਦੇਖ ਲਈ ਪਤਾ ਨੀ ਦਿਨ ਕਿਹੋ ਜਿਹਾ ਲੰਘਣਾ। ਰਾਤ ਤੇ ਮਾਮਾ ਦਾਰੂ ਚ ਟੋਨ ਹੋ ਕੇ ਸਾਡੀਆਂ ਪੱਪੀਆਂ ਲਈ ਜਾਂਦੇ, ਮੇਰੇ ਵੀਰ ਵੱਡੇ ਮੇਰੇ ਭਰਾ, ਸਵੇਰੇ ਸ਼ਕਲਾਂ ਮਾੜੀਆਂ ਲੱਗਦੀਆਂ ਸਾਡੀਆਂ। ਉਹ ਇੰਨੀਆਂ ਮਿਹਨਤਾਂ ਕਰਾਈ ਜਾਂਦਾ, ਤੇਰੇ ਕੰਮ ਚੱਲੇ ਆ, ਬੈਠ। ਉਹ ਚਲੋ ਬਾਓ ਬਾਓ ਨਿਕਲੋ ਯਾਰ, ਆ ਜਾ ਹੁਣ, ਟੈਚੀ ਸੋਟੇ ਦਾ ਪਿੱਛੇ ਪਿਛੜ। ਇਹੀ ਸਾਲਾ ਹੀਰੋ ਬਣਿਆ ਫਿਰਦਾ। ਚਲੋ ਬਾਈ। ਨਾਲੇ ਰਾਜੇ ਕਈ ਵਾਰੀ ਮੀਟਿੰਗ ਚ ਨਾ ਬੰਦੇ ਦੀ ਲੱਸੀ ਜੀ ਹੋ ਜਾਂਦੀ, ਫਿਰ ਖਾਧੀ ਪੀਤੀ ਚ ਨਾ ਜ਼ਿਆਦਾ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ। ਆਲਾ ਫੜ ਤੂੰ ਵੀ ਖਿੱਚ। ਮੈਨੂੰ ਸੱਚ ਸੱਚ ਦੱਸੋ, ਮੈਨੂੰ ਲੈ ਕੇ ਕਿੱਥੇ ਚੱਲੇ ਹੋ? ਲੁਧਿਆਣੇ ਤੇਰਾ ਬਰਥਡੇ ਸੈਲੀਬ੍ਰੇਟ ਕਰਨ। ਸਾਲਿਓ ਕੱਲ ਰਾਤ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ, ਰਾਤ ਦਾ ਹੁਣ ਤੱਕ ਮੈਂ ਜੰਮੀ ਹੋ ਜਾਣਾ। ਨਾਲੇ ਮੈਂ ਸੀਰਤ ਨੂੰ ਨਹੀਂ ਦੱਸ ਕੇ ਆਇਆ, ਰਾਤੀ ਗਿਆ ਤੇ ਆਇਆ ਸੀ ਦੱਸਣ, ਸਹੁਰਿਆਂ ਨੇ ਫਿਰ ਠੁੱਡਾਂ ਨਾਲ ਸਗਨ ਪਾਪਾ ਤੋੜਿਆ। ਗੱਡੀ ਰੋਕੋ ਸਾਲਿਓ, ਮੈਂ ਕਿਹਾ ਸੀ ਗੱਡੀ ਰੋਕੋ, ਨੱਕ ਠੋਕੋ। ਆਇਓ ਠੋਕਤਾ ਠੋਕਤਾ ਮੇਰਾ ਆਟੋ। ਗੱਲ ਸੁਣ, ਸਾਲਾ ਤੇਰਾ ਆਟੋ ਚਲਾਉਂਦਾ? ਤੂੰ ਤਾਂ ਕਹਿੰਦਾ ਸੀ ਤੇਰੀ ਸਹੁਰਿਆਂ ਦੀ ਲਿਵੜੇ ਵਾਲਿਆਂ ਨਾਲ ਸਾਂਝ ਆ, ਅੱਜ ਪਤਾ ਲੱਗਿਆ ਲਿਵੜੇ ਵਾਲਿਆਂ ਨੇ ਆਟੋ ਵੀ ਪਾਏ ਹੋਏ ਆ। ਕੋਈ ਆਟੋ ਵਾਲਾ ਹੌਲੀ ਚਲਾਉਂਦਾ ਸੀ, ਮੈਂ ਕਿਹਾ ਮੈਂ ਜਲਦੀ ਜਾਣਾ, ਮੈਨੂੰ ਫੜਾ। ਪਰ ਤੁਸੀਂ ਤਾਂ ਦਿੱਲੀ ਇੰਟਰਵਿਊ ਤੇ ਜਾ ਰਹੇ ਸੀ ਸਾਲਿਆ, ਜੇ ਤੇਰੇ ਚ ਨਾ ਵੱਜਦੇ ਹੁਣ ਨੂੰ ਕਦੇ ਪਹੁੰਚ ਜਾਣਾ। ਪਰ ਇਧਰ ਤਾਂ ਲੁਧਿਆਣਾ ਹੈ। ਨਹੀਂ ਅੱਛਾ, ਸਾਨੂੰ ਕਿਸੇ ਨੇ ਦੱਸਤਾ ਲੁਧਿਆਣਾ ਇਧਰ, ਲੋਕੀ ਵੀ ਸਾਲੇ ਪਰ ਇਹਨਾਂ ਸੱਜ ਧੱਜ ਕੇ ਚੱਲੇ ਕਿੱਥੇ ਹੋ, ਮੈਨੂੰ ਤਾਂ ਸੱਚ ਦੱਸ ਦਿਓ। ਉਹ ਸੱਚ ਤੈਨੂੰ ਕੀ ਦੱਸਾਂ, ਸੱਚ ਤਾਂ ਮੈਨੂੰ ਆਪ ਨਹੀਂ ਪਤਾ। ਦਰਅਸਲ ਇਹਨੇ ਦੱਸਣਾ ਵੀ ਨਹੀਂ, ਇਹਦੀ ਅਸਲ 'ਚ ਮੰਗੇਤਰ ਨਾਰਾਜ਼ ਹੋ ਗਈ ਹੈ ਤੇ ਲੁਧਿਆਣੇ ਇਹਦੀ ਮੰਗੇਤਰ ਨੂੰ ਮਨਾਉਣ ਚੱਲ ਰਿਹਾ। ਅੱਛਾ ਫਿਰ ਮੈਨੂੰ ਵੀ ਨਾਲ ਹੀ ਲੈ ਚੱਲੋ, ਮੈਂ ਵੀ ਵਕੀਲ ਨੂੰ ਲੈ ਕੇ ਕਚਹਿਰੀ ਜਾਣਾ ਸੀ ਲੁਧਿਆਣੇ, ਮੈਂ ਲੇਟ ਹੋ ਰਿਹਾ। ਮੈਂ ਕਿਹੜਾ ਦੀਦੀ ਨੂੰ ਦੱਸਣਾ ਵੀ ਤੁਸੀਂ ਇੰਟਰਵਿਊ ਤੇ ਨਹੀਂ ਗਏ? ਯਾਰ ਮੈਂ ਇਹਨੂੰ ਆਲਮੋਸਟ ਤਾਂ ਕਿਉਂ ਸਮਝੋ ਯਾਰ, ਪਤਾ ਮਿੰਤ ਵਾਲੀ ਗੱਲ ਹੀ ਆ, ਨਹੀਂ ਤਾਂ ਮੁੜ ਕੇ ਜਾ ਕੇ ਇਹਨੇ ਘਰੇ ਮੇਰੀ ਰੇਲ ਬਣਾ ਦੇਣੀ ਹੈ, ਬੋਲਦੇ ਨਹੀਂ। ਉਹ ਬੋਲੀਏ ਕਿ ਸੁਆ, ਇਹਦੇ ਪਿੱਛੇ ਮਿੰਤਾ ਕਰਦਾ, ਉਹ ਤਾਂ ਸਾਡਾ ਪਿੱਛੇ ਚੱਪ ਮਾਰ ਕੇ ਬਹਿ ਗਿਆ। ਚਲੋ ਯਾਰ ਨਿਕਲੋ ਯਾਰ। ਜੱਸੀ। Hey Shafi, how are you my love? Good to see you. Meet my friend Guri. Hi Guri Brown. Hi. And actually he's dim. Jassi, kithe gayab rehnde tusi? Na toda phone milda, na koi ata pata. I'm so sorry darling. Darasal na nave nave struggler model jede ਫੋਨ ਕਰ ਕਰਕੇ ਤੰਗ ਬਹੁਤ ਕਰਦੇ, ਮੈਂ ਆਪਣਾ ਮੋਬਾਈਲ ਨੰਬਰ ਹੀ ਬਦਲਦਾ ਰਹਿੰਦਾ। ਬਾਏ ਦਾ ਵੇ ਆਪਣਾ ਨਵਾਂ ਆਫਿਸ ਬਣਾਇਆ, ਇਹਦੇ 'ਚ ਮੇਰੇ ਸਾਰੇ ਨਵੇਂ ਨੰਬਰ ਹੈਗੇ ਆ। ਮੀਟ ਮਾਈ ਫਰੈਂਡ ਲੱਕੀ, ਅੱਜ ਹੀ ਜੰਮੇ ਨੇ। ਅੱਜ ਜੰਮੇ ਨੇ? ਇਹਨੇ ਵੱਡੇ ਵੀ ਹੋ ਗਏ। ਅੱਜ ਦੇ ਦਿਨ ਜੰਮਿਆ ਸੀ। ਓ ਇਟਸ ਅ ਬਰਥਡੇ, ਯੇ ਹੈਪੀ ਬਰਥਡੇ।
ਲੱਗਦਾ ਸ਼ਾਇਦ ਮੇਰਾ ਬਰਥਡੇ ਵੀ ਅੱਜ ਹੀ ਹੈ। ਰੂਮ ਬੜਾ ਸੋਹਣਾ ਹੈ। ਅਸੀਂ ਜੀ ਸਪੈਸ਼ਲ ਰਿਕੁਐਸਟ ਤੇ ਲਿਆ, ਉਹਨਾਂ ਨੂੰ ਕਿਹਾ ਸਾਨੂੰ ਹਨੀਮੂਨ ਕਮਰਾ ਦੇ ਦਿਓ, ਅਸੀਂ ਬਾਗੇ ਬਾ ਆਪਾਂ ਕੇਕ ਕੱਟੀਏ ਤੇ ਚੱਲੀਏ। ਅਸੀਂ ਕਿਤੇ ਹੋਰ ਵੀ ਜਾਣਾ ਹੈ ਜੀ। ਆਵਾ ਇਹਨੇ ਜਾਣਾ ਤਿੰਨ ਚਾਰ ਥਾਵਾਂ ਤੇ, ਅਜੇ ਹੋਰ ਕੇਕ ਕੱਟਣ ਜਾਣਾ। ਜਿੱਦਾਂ ਮੰਤਰੀ ਨੀ ਜਾਂਦੇ ਹੁੰਦੇ ਰੀਬਨ ਕੱਟਣ ਵਾਸਤੇ, ਇਹ ਜੇ ਮੁੰਡਾ ਖੁੰਡਾ ਨਾ, ਇਹਨੂੰ ਫਿਰ ਕੇਕ ਕੱਟਣ ਵਾਸਤੇ ਬੁਲਾ ਲੈਂਦੇ ਹੁੰਦੇ ਨੇ। ਕੇਕ ਦਾ ਤਾਂ ਮੈਨੂੰ ਪਤਾ ਨਹੀਂ, ਪਰ ਅੱਜ ਤਿੰਨ ਚਾਰ ਗਰਦਣਾਂ ਜ਼ਰੂਰ ਘੱਟ ਹੋਣਗੀਆਂ। ਤੂੰ ਤਾਂ ਗੁੱਸੇ ਕਰ ਗਿਆ ਯਾਰ, ਬਸ ਤੇਰਾ ਕੇਕ ਕੱਟ ਦਈਏ, ਨਾਲ ਹੀ ਨਿਕਲ ਲਓ। ਮੇਲਾ ਤਾਂ ਵੀਰਾਂ ਲੈ ਕੇ ਆ ਗਿਆ ਜੀਜਾ ਜੀ। ਸਾਰੇ ਕਹਿ ਰਹੇ ਸੀਗੇ ਤੁਹਾਡੀ ਗੱਡੀ ਵੇਖ ਕੇ ਗੱਡੀ ਵਾਲੇ ਨੂੰ ਮਿਲਣਾ, ਤੁਸੀਂ ਪਛਾਣਦੇ ਉਹਨਾਂ ਨੂੰ? ਪਛਾਣੋ? ਲੱਗਦਾ ਸਾਲੇ ਵਾਲੀ ਗੱਲ ਤਾਂ ਇਹਨੂੰ ਹੀ ਵੇਖ ਕੇ ਬਣਾਈ ਹੋਣੀ ਕਿਸੇ ਨੇ। ਪੱਕੀ ਗੱਲ, ਤੂੰ ਇੱਥੇ ਕੀ ਲੈਣ ਆਇਆ? ਮੇਰਾ ਤਾਂ ਗੱਡੀ 'ਚ ਬੈਗ ਰਹਿ ਗਿਆ ਸੀ, ਪਰ ਆਹ ਕੌਣ ਹੈ? ਇਹ ਤਾਂ ਆਪਣੇ ਦਿਮਾਗ 'ਚ ਸਲਿਪ ਕਰ ਗਿਆ, ਆਪਣੇ ਲੱਕੀ ਦੀ ਮੰਗੇਤਰ। ਮੰਗੇਤਰ? ਉਹ ਨਹੀਂ ਨਹੀਂ, ਆ ਜਿਹਦੀ ਮੰਗੇਤਰ ਹੈ ਉਹ ਤਾਂ ਮੰਨਦਾ ਨਹੀਂ। ਨਹੀਂ ਨਹੀਂ, ਰੁੱਸੀ ਹੋਈ ਨਾ ਉਹਦੇ ਨਾਲ ਤੇ ਉਹਨੂੰ ਲੱਗਦਾ ਵੀ ਰਿਸ਼ਤਾ ਟੁੱਟ ਗਿਆ। ਏਦਾਂ ਨੀ ਰਿਸ਼ਤੇ ਟੁੱਟਦੇ ਹੁੰਦੇ, ਮੰਗੇਤਰ ਨਾਲ ਖੂਨ ਦੇ ਸੰਬੰਧ ਹੁੰਦੇ ਨੇ। ਮੰਗੇਤਰ ਮੰਗੇਤਰ ਹੀ ਹੁੰਦੀ ਹੈ, ਜੋ ਮਰਜ਼ੀ ਹੋ ਜੇ। ਅੱਛਾ, ਜਿਨ੍ਹਾਂ ਨੂੰ ਤੁਸੀਂ ਮਨਾਉਣ ਆਏ ਸੀ ਤੁਸੀਂ ਮੰਨ ਗਏ? ਟੁੱਟੇ ਛਿੱਤਰ ਵਾਂਗੂ ਸਾਲੇ ਗਾਹ ਵਧੀਆ ਨੇ, ਉਹਨਾਂ ਦੀ ਮਸਾ ਸੁਲਾ ਹੋਈ ਆ, ਤੂੰ ਲੜਾਈ ਕਰਾ ਕੇ ਹਟੇਗਾ ਹੁਣ? ਯਾਰ ਅਗਲੇ ਦਾ ਜਨਮ ਦਿਨ ਆ, ਉਹ ਕੇਕ ਕੱਟਣ ਨੂੰ ਬੈਠਿਆ, ਤੂੰ ਆ ਕੇ ਆਪਣੇ ਝੱਜੂ ਪਾਲਿਆ ਵਿੱਚ। ਚਲੋ ਉਹ ਕੱਟੀਏ ਫਿਰ। ਹਰੇਕ ਗੱਲ 'ਚ ਘੁਸ ਜਾ ਕਰ, ਤੇਰੀ ਇਸੇ ਇੰਟਰਫੀਰੈਂਸ ਕਰਕੇ ਸਾਲਿਆ ਅੱਜ ਤੱਕ ਮਾਮਾ ਨਹੀਂ ਬਣਿਆ ਤੂੰ। ਚਲੋ ਬਾਹਰ ਲੈ ਕੇ ਚੱਲੋ ਇਹਨੂੰ। ਚੱਲ ਚੱਲ ਚੱਲ। ਬਈ ਯਾਰ ਤੁਸੀਂ ਸਾਰੇ ਕਿੱਥੇ ਚੱਲੇ ਯਾਰ? ਤੁਸੀਂ ਉਹਨੂੰ ਪੇਸਟਰੀ ਖਾਣ ਚੱਲੇ, ਤੁਸੀਂ ਕੇਕ ਖਾ ਲਓ। ਮੈਂ ਆਪਣੀ ਜ਼ਮੀਰ ਸੁੱਟ ਦੂ ਹੈ? ਜਿਹਨੂੰ ਮੇਰੇ ਪਿੱਛੇ ਪਾ ਕੇ ਆਇਆ ਸੀ, ਧੱਕਾ ਮਾਰ ਕੇ ਆਇਆ ਉਹਨੂੰ ਮੈਂ। ਸਾਲਿਆ ਸ਼ੈਫੀ ਨੂੰ ਧੱਕਾ ਨੀ, ਤੂੰ ਆਪਣੀ ਕਿਸਮਤ ਨੂੰ ਧੱਕਾ ਮਾਰ ਕੇ ਆਇਆ। ਗਰਾਦੀ ਨਾਲ ਦੀ ਬੇਇੱਜ਼ਤੀ? ਉਹ ਇੱਧਰ ਗੱਲ ਕਰ ਯਾਰ, ਮੇਰੀ ਬੇਇੱਜ਼ਤੀ ਹੋਈ ਹੈ। ਹਾਂ ਸੱਚ, ਇਹਦੀ ਬੇਇੱਜ਼ਤੀ। ਕੁੜੀ ਤਾਂ ਇਹਨੂੰ ਲਾਂਭਾ ਦਊ ਨਾ ਹੁਣ। ਮਾਂ ਪਿਓ ਨੇ ਬਚਪਨ 'ਚ ਕਿਹਾ ਸੀ ਕਿ ਬੇਟਾ ਹੋਰ ਜ਼ਿੰਦਗੀ 'ਚ ਜੋ ਮਰਜ਼ੀ ਕਰਿਓ, ਪਰ ਕਦੇ ਕਿਸੇ ਕੁੜੀ ਵਾਲੇ ਪਾਸੋਂ ਲਾਂਭਾ ਨਹੀਂ ਆਉਣਾ ਚਾਹੀਦਾ। ਸਾਲੇ ਮਾਂ ਪਿਓ ਦੀਆਂ ਸਿਆਣੀਆਂ ਗੱਲਾਂ ਨੂੰ ਵੀ ਆਪਣੇ ਹਿਸਾਬ ਨਾਲ ਮੋਡੀਫਾਈ ਕਰ ਲੈਂਦੇ ਨੇ। ਮੈਂ ਮਨਾ ਕੇ ਆਉਣਾ ਯਾਰ, ਉਹਨੂੰ ਕੁੜੀ ਦੀ ਬਹੁਤ ਬੇਇੱਜ਼ਤੀ ਹੋਈ। ਕਿੱਧਰ ਮੈਨੂੰ ਜਾਣ ਦੇ, ਕਿਹੜੀ ਗੱਲੋਂ ਤੂੰ ਜਾਏਗਾ? ਮੈਨੂੰ ਡਾਕਟਰ ਨੇ ਬੈਡ ਰੈਸਟ ਦੱਸੀ। ਉਹ ਵੀਰੇ ਤੇਰੇ ਨਾਲ ਉਹ ਨਾਰਾਜ਼ ਹੈ, ਤੈਨੂੰ ਪਤਾ ਇਹ ਜੀ ਸਿਚੁਏਸ਼ਨ ਮੈਂ ਚੰਗੀ ਤਰ੍ਹਾਂ ਟੈਕਲ ਕਰ ਲੈਣਾ। ਮੈਨੂੰ ਜਾਣ ਦੇ ਦੂਗਾ ਸਾਲਾ ਉਹਨੂੰ ਟੈਕਲ। ਸਾਲੇ ਤੂੰ ਆਪਣੀ ਰੈਗੂਲਰ ਟੀਮ ਹੀ ਟੈਕਲ ਨਹੀਂ ਹੁੰਦੀ, ਟੈਂਪਰੇਰੀ ਨੂੰ ਕਰ ਲੂਗਾ ਇਹ। ਹੁਣ ਤੁਹਾਨੂੰ ਗਾਲ ਆ ਜੇ ਮੈਨੂੰ ਰੋਕੂ, ਮੈਂ ਚੱਲੇ। ਓ ਤਾਇਆ, ਇਧਰ ਇਧਰ। ਅਸੀਂ ਮਰ ਗਏ, ਅਸੀਂ ਮਰ ਗਏ। ਦੱਸ ਅਸੀਂ ਮਰ ਗਏ। ਮੈਂ ਹੀ ਜਾਣਾ ਯਾਰ। ਓ ਦਫਾ ਹੋਵੋ, ਜਿਨੇ ਜਾਣਾ ਜਾਓ ਯਾਰ। ਕਿਉਂ ਬੱਚਿਆਂ ਵਾਂਗੂ ਹਰਕਤਾਂ ਕਰਨ ਰਹੇ ਹੋ? ਨਿਆਣੇ ਹੋ ਤੁਸੀਂ, ਮੈਚਿਓਰਟੀ ਨਾਲ ਫੈਸਲਾ ਕਰੀਦਾ ਹੁੰਦਾ। ਦੱਸ ਕਿਹੜਾ ਮੈਚਿਓਰਟੀ ਵਾਲਾ ਫੈਸਲਾ? ਮੈਂ ਕਰਦਾ ਮੈਚਿਓਰਟੀ ਨਾਲ ਫੈਸਲਾ। ਚਲ ਇਧਰ। ਉੱਕਰ ਦੁੱਕਰ ਬੰਬਾ ਪਾ, 80 90 ਪੂਰਾ 100 100 ਗਲੋਟਾ ਤਿੱਤਰ ਮੋਟਾ, ਚੱਲ ਮਦਾਰੀ ਪੈਸਾ ਖੋਟਾ ਖੋਟਾ ਖੋਟਾ। ਮੈਂ ਜਿੱਤ ਗਿਆ, ਮੈਂ ਜਿੱਤ ਗਿਆ, ਮੈਂ ਜਿੱਤ ਗਿਆ। ਬੈਠੋ ਬੈਠੋ ਯਾਰ, ਬੈਠੋ। ਆ ਚੱਲਿਆ ਯਾਰ, ਇਹ ਉੱਕਰ ਦੁੱਕਰ ਵਾਲਾ ਆਈਡੀਆ ਕਿਸ ਬੇਵਕੂਫ ਦਾ? ਤੇਰਾ ਸ਼ੈਫੀ। ਸ਼ੈਫੀ ਸ਼ੈਫੀ ਨਹੀਂ ਨਹੀਂ, ਕੋਈ ਨਹੀਂ ਡਿੱਗਿਆ। ਨਾਲੇ ਕਹਿੰਦੇ ਥੋੜਾ ਮੋਟਾ ਝਗੜਾ ਹੋਇਆ, ਇੱਥੇ ਤਾਂ ਵੱਡੀ ਲੜਾਈ ਹੋਈ ਲੱਗਦੀ ਹੈ। ਸ਼ੈਫੀ ਜੀ, ਸ਼ੈਫੀ ਸਾਲਿਆ, ਕਿਤੇ ਵਹੁਟੀਆਂ ਨੇ ਛਾਪਾ ਤਾਂ ਨਹੀਂ ਮਾਰ ਲਿਆ? ਸਾਲਿਆ ਕਿਵੇਂ ਰਾਟ ਪਾਇਆ, ਦਰਵਾਜ਼ੇ 'ਚ ਹੱਥ ਆ ਗਿਆ? ਉਹ ਸਾਲਿਆ ਤੇਰੇ ਢਿੱਡ ਚਲ ਸਰਦਾ ਨਹੀਂ ਫੜ ਗਿਆ? ਮਾਰਤੀ ਮਾਰਤੀ, ਸ਼ੈਫੀ ਮਾਰਤੀ। ਤੂੰ ਸ਼ੈਫੀ ਮਾਰਤੀ? ਸਾਲਿਆ ਤਾਂ ਹੀ ਮਾਰੀ ਆ। ਉਹ ਮੇਰਾ ਦਿਮਾਗ ਹਿੱਲ ਗਿਆ, ਮੈਂ ਤਾਂ ਸਿਰਫ ਉਹਨੂੰ ਧੱਕਾ ਮਾਰਿਆ ਸੀ। ਮੈਂ ਮਰੀ ਪਈ ਦੀ ਲਾਸ਼ ਦੇਖ ਕੇ ਉੱਤੇ। ਸਾਲਿਆ ਤੂੰ ਕਿਵੇਂ ਕਹਿ ਸਕਦਾ ਉਹ ਮਰ ਗਈ? ਤੂੰ ਉਹਦੀ ਕਬਜ਼ ਚੈੱਕ ਕੀਤੀ ਸੀ? ਉਹ ਕਬਜ਼ ਨਹੀਂ, ਨਬਜ਼ ਹੁੰਦੀ ਆ। ਜੋ ਵੀ ਆ ਚੈੱਕ ਕੀਤੀ ਸੀ ਯਾਰ, ਤੇਰੀ ਫੇਸ ਟੂ ਫੇਸ ਗੱਲ ਹੋਈ ਲਾਸ਼ ਨਾਲ? ਤੈਨੂੰ ਲਾਸ਼ ਨੇ ਕਿਹਾ ਕਿ ਮੈਂ ਮਰ ਗਈ? ਉਹ ਖੂਨ ਦਾ ਚੱਪੜ ਲੱਗਿਆ। ਚੱਪੜ ਕਿਵੇਂ ਲੱਗ ਸਕਦਾ, ਦੇਖਣ ਨੂੰ ਤਾਂ ਸਾਲੀ ਦੀ ਹੋਮੋਗਲੋਬਿਨ 7 ਲੱਗਦੀ ਹੈ। ਉਹ ਪਤਾ ਤੁਹਾਨੂੰ ਉਦੋਂ ਲੱਗੂ ਜਦੋਂ 302 ਲੱਗੀ, ਉਹ ਵੀ ਆਪਣੇ ਸਾਰਿਆਂ ਤੇ। ਹਾਂ, ਅਗਲੀ ਖੂਨ ਨਾਲ ਲੱਤ ਪਤ ਹੋਈ ਪਈ ਹੈ। ਓਏ ਬਾਂਦਰਾ, ਉਹਦੀ ਨਕਸੀਰ ਫੁੱਟ ਗਈ ਹੋਣੀ ਹੈ, ਸਾਰਾ ਹੋਟਲ ਸਿਰ ਤੇ ਚੁੱਕ ਲਿਆ ਤੂੰ। ਨਕਸੀਰ ਨਹੀਂ ਫੁੱਟੀ, ਤਕਦੀਰ ਫੁੱਟ ਗਈ, ਉਹ ਵੀ ਆਪਣੇ ਸਾਰਿਆਂ ਦੀ। ਮਰ ਗਏ ਮਰ ਗਏ। ਓ ਮੈਨੂੰ ਲੱਗਦਾ ਇਹਨੇ ਸਾਲੇ ਨੇ ਕੋਈ ਚੰਦ ਚੜਾਤਾ, ਜਾ ਕੇ ਦੇਖ ਲਓ ਕਿਤੇ ਕੋਈ ਪੰਗਾ ਹੀ ਨਾ ਪਤਾ ਹੋਵੇ। ਕਰ ਲਓ ਫਨ। ਚਲੋ ਫਨ ਦੇ ਲੱਗਦਾ ਨਹੀਂ ਮੇਰੇ ਸਾਲੇ ਨੇ ਕੀ ਪੰਗਾ ਪਾ ਲਿਆ। ਸਾਲੇ ਸੱਚੀ ਮਾਰਤੀ ਆ। ਓ
मैं नहीं मारी। 365 चिलतर नार दे, सारा साल बंदे नू मार दे। किसे ने नहीं कहा साल में, नाले साल नहीं, सारी उम्र नहीं फसोगे। पांची लगूगी पांची। हाँ मैं ताकला तक कई मारे आसी। पहले भी कई तरह तक के चढ़े ने। साले आके तानी अगला कर रहा तू, की बताओ ने सुसाइड की थी होगे। साले सुसाइड करनू कहा साली ने आरती के पैसे देने सी, चंगा पहले तक कमाऊंगी सी। ओ गल सुनो, आप पहले जा रहा, नाल तो उठ खड़ना ही पड़ेगा। लकी भी रहे तेरी जेल रोटी मैं आपके क्या करूंगा साले पले मर मैं उन्हें ठाणे जाके पुलिस बुला के ले आना ओ पागल है दिमाग खराब हो गया तेरा पुलिस को बुला के ले आना तू चंडी बोटी उन्हें पता लग गया फिर इस सजा ते तलाक नालों नाल ही होने साडे साले जब मैं कत्ल कीता ही नहीं तू पुलिस बुलाण तो डरते क्यों बस गल खत्म जेड़ा जेड़ा भी अपने चौंदा भी पुलिस ना आवे अपने अपने हाथ खड़े करो हेलो 1 2 3 4 एदा मतलब अपा सारी चौने पुलिस ना आवे गल खत्म पर मैं तां हाथ खड़ा कीता ही नहीं साले हरेक गल तो मुकर जाना तू तां कत्ल करके भी मुकर गया ओ साले ओ कहे जो यार हो तुसी अपने यार दे सर धक्के नाल कत्ल दा इल्जाम लाई जाने हो नहीं पुलिस नु की कहांगे भाई उत्तों पखे दे नट खुल गए ते कुड़ी ऊषा दे पखे थल्ले आके मर गई ओ कुड़ी है के चिड़िया जेड़ी पखे च आके मर गई नट तां साडे हुण पुलिस खोलूगी ओ भी बिना ग्रीस कीते मैनूं इक गल दसो एक कतल दी सजा कितनी है ऑलमोस्ट फैंसी ते जारा दी वो भी ऑलमोस्ट जारा की मतलब वीर जी हेलो गल सुनो सियात नहीं कह रहे भी कतल तुसी कीता है ना पर ए गल हुन पुलिस नु किदा मनावांगे तुसी आप दसो तुसी आप सियाने हो साडे जो तक किसे नु लाश भी लिकोणी नहीं आउंदी साडे घरे ता जदों भी कदे बूढ़ा मरिया इस ता सीधा सिवें च लेके गए हां लोकी रोज गार्डन लेके जांदे बोग अच्छा मेरी गल सुनो जब तक असी लाश नु टिकाने लाउन दा इंतजाम करके आउने ना उदों तक पूरी मुस्तैदी नाल लाश दे कोल बैठना तू ओ साले आप तैनू कह रहे हो सारे मैं को लाश कोल बैठा ते उकड़ दुकड़ भंबा पहुंच तेरा पियो जितया सी उदों ते साले बड़े भंगड़े पाउंदा सी जित के कुत्ता होवे साला जेड़ा अगे तो उकड़ दुकड़ भंबा पोखे ते चलो इंतजाम करिए गल सुनो हेलो साडे आउंदिया तक ना लाश लपेट के ते समान समेट के रखी पागल कीता होया मगरों के लाश ते नहीं पागल करती अंदर लाश लुको के बाहर लेके जानी पुलिस का फोन तो नहीं आ गया पुलिस का हूं तो चकना ही पैना कहीं मैं नहीं हेलो हाँ जी गुरिंदर बराड़ बोल रहे हैं तुसी कौन मीनाक्षी कितों बैंक तो की कम सी शट अप इतने साली 302 लगन फिर दिया साली कहनी लोन ले लो ते ले लेना सी लोन मामा कल केस लड़न दे काम आना सी ओ साले ओ जड़े अपने हालात ने लोन दा ड्राफ्ट तां परो तिहाड़ जेल जाके मिलूगा ट्राली रोड़ो चलो इल्जाम ला दो होटल चो साबन दा नहीं चुके भजे भाभी जी कित्थे ने मतलब कहने का मतलब थोड़े जान पिछे वह भी चले गए कमाल है
थोड़े जान पिछों तो कई बार सुने पहली बार सुने थोड़े जान पिछे चले गए यार तू पंजाबी दा मास्टर लगा साडियां गलतियां कटी जाना पंजाबी जी यार करन के आया तू इथे यार कोर्ट च कम बणया नहीं ता आया मैं ता ले तू रुक फिर इथे असी ते जल्दी ता ही ता आया मैं इथे की करू थोड़े नाल ही चलदा कल नु फेर आ जाऊं साले मेरे नाल की देखदे हो मेरा साला हुण बिठाओ साले नु अंदर चलो मैं पीछे बैठ जाना पीछे क्यों आया भी पीछे बैठ के सी साले सारी जिंदगी कदे तरक्की ना करयो चल के बैठ चल देखो जी साला तो साला साला ही रहंदा साला जी जगह ते पीछे ही हुंदी है तुसी मेनू मूरे बिठाई जांदे हो चलो ठीक है जे दे मैं ते कहना यार आपा कुड़ी दे शराब ही करा दईए फिर साडे ते किसे नु शक ही नहीं होना अपने मरियां दी ते घरे कदे फोटो नहीं लाई दूजियां दे शराब कराउण चलियो सीधा शक जाऊ पुलिस दा ओ आपा नु संभल के चलना पैणा है इनक्वायरी दा फोन कितों भी आ सकदा है मैं तो अपना फोन ही साला अगले मोड़ ते ला देना वाइब्रेशन मोड़ ते हुंदा ओए ओए वाइब्रेशन मोड़ ते तां मैं आप लगया जदों दा कतल होया उदों दा शरीर कंबी जांदा नाले मैं तां अपना फोन आपदे तों दूर ही सड़ देना किते यार तुहाडे नालों ज्यादा माड़ी हालत तां मेरी है पोस्टमार्टम जो विजिटिंग कार्ड तां मेरा ही निकलना ओ बेवकूफा पोस्टमार्टम बॉडी दा हुंदा है कहाड़ कपड़िया सी ओ डिंपी ओ सालिया तू जींदा ते किसे काम दा नहीं हैगा यारां खातर फांसी चढ़ जा हस्पतालां च पखे लवा देंगे तेरे नां दे मरन तो बाद भी घूमदा फिरेगा जे तेरे नां च वज वज के चिड़ियां ना मरियां तो मैनू फड़ लें रब दा वास्ता मन जा यार मेरे मुंडे नूं तां पहले ही दौरे पैंदे सी हुण तां साले मैनू भी पैण लगे प्लीज यार ओ मैं मारी है इहनूं लै के जाण दा आईडिया तां इहदा सी होर लै जाओ मैनूं झूठ बोल के तुसीं विच ना बोलो वीर जी ना मैं ता एदी जून बदलन गया सी उत्थे मैनू की पता सीगा साडी जून विगड़ जानी है ओ सलयो जदों मैं मारी नहीं हैगी तुसी विच ना बोलो वीर जी ओ जदों कल्ली कुड़ी कोले मुंडे नु छड्ड के जाएगा सलया कोई ता भाणा वरतना ही सी ओ मैं कही जाना मैं मारी नहीं तुसी विच ना बोलो वीर जी मैनू कहया सी कुड़ी मार दे सलयो की पकाई मरी जाने ओ मैं कही जाना मैं मारी नहीं गी तुसी विच ना बोलो वीर जी कर करो हां जी ओ सले वीर जी कह के मैनू फांसी चढ़ा दो मेरी भी सुन लो सले जी ने सद्या थोनू बोलो 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 मैं क्या ता मारूं सुनो सुनो गल मेरी जे पुलिस ने किसी भी फोन करके पूछा कि लाश चो जस्सी का कार्ड मिलया है तो सारे ने यही कहना भी शेफी सानू लुधियाने मिली सी होटल च वह भी बाय चांस उस तो बाद नहीं मिली हैगी सीधी ओदी लाश ही मिली है बस सस बेचारी शेफी छोटी की चीज पिछे मर गई वह कोई आम पेन ड्राइव नहीं सी मंत्री मुख्तियार सिंह दी किसी कुड़ी के फोटो सी भी गलत मलत जी हाँ मैनू लगता ब्लैकमेलिंग का चक्कर आ पर पेन ड्राइव है कितने मैनू सीरत ने एक ताजमहल दिता से वह चिलकोती मैं चलो ये एक गल तो क्लीयर हुई भी कतल इन्हें नहीं किया यार सालियो तुम मैनू हूँ तक कातल समझी गए तू समझ की गल कर डे ये दोवें तेरी फांसी तो बाद तेरी लाश लियाने लिए टैंपू बुक कराई फिर दे लकी कितने जाए ना हूँ असं सीरत नू भी इत्थे बुलाया अज तुहाडे दोनों की सुलह करा के ही रहनी है सीरत आ रही है होर की जे परजाइया दे हुंदे होए तेरा घर ना वसिया ते असीं परजाइया कह दियां सुन लो दीदी ए है एरी जे किते केक कट दे अपने चप्पू नु दौरा पै गया ना ता ए तो केक कटा लियो साला मुर्दा बोलू कफन पाड़ू कदे ना चस दी गल करी केक कटना कोई परबत नहीं कटना दफा हो जा तू नहीं वैसे जदों ए जमया सी ते एनु गुड़ती दे विच मुंह च शहद दी थां ते लुक पाई सी सॉरी वीर जी बंटी वालों मैं माफी मंगती हां जसी एक मिनट आओ मैं लगता तिने जने तेनू फेंटन दी स्कीम बनाउण लगे सालिया तेरे कतल दा प्लान बन चुका छेती निकले तू मैं साला केड़ा गुनाह करता साला नी चीजा मैं पार्किंग चो गड्डी कड्ढ चलिया बाहर मिल मैनू सीधा छेती कर वाकई और तौरती हुंदी आ ਤੁਸੀਂ ਸਾਲਿਓ ਮੇਰਾ ਘਰ ਤੋੜਨ ਤੇ ਆਏ ਸੀ ਤੇ ਭਰਜਾਈਆਂ ਆਪ ਹੀ ਦੇਖ ਲਓ ਸਭ ਦੇਖਦਾ ਆਪਣੇ ਘਰ ਇਹਨਾਂ ਤੋਂ ਸੰਭਾਲੇ ਨਹੀਂ ਜਾਂਦੇ ਚੱਲੀਆਂ ਦੂਜਿਆਂ ਦੇ ਘਰ ਸੰਭਾਲੋ ਓ ਛੱਡ ਓਏ ਮੇਰੀ ਘਰ ਵਾਲੀ ਤੋਂ ਮੇਰੀ ਕਮੀਜ਼ ਤੇ ਲਾਏ ਬਟਨ ਨਹੀਂ ਟਿਕਦੇ ਉਹਦੇ ਮਲਾਈ ਰਿਸ਼ਤੇ ਜ਼ਰੂਰ ਟਿਕਣਗੇ ਭਾਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ ਮੈਂ ਦੇਖੋ ਭਾਜੀ ਕਤਲ ਦੀ ਸਜ਼ਾ ਬਹੁਤ ਵੱਡੀ ਹੁੰਦੀ ਹੈ ਜੀ ਐਵੇਂ ਕਿਤੇ ਜਾ ਜਾਂਦੀ ਨਾ ਹੋ ਜੀ ਤੈਨੂੰ ਕਿਹਨੇ ਦੱਸਿਆ ਹੋਇਆ ਜੀਜੇ ਨੇ ਜੀਜਾ ਕਰ ਲੋ ਕਿ ਉਹਨੂੰ ਭਾਂਡਾ ਇਹ ਸਾਲਾ ਜੀਜਾ ਮਰਵਾਏਗਾ ਸਾਨੂੰ आ गया मेरा साला साला नहीं जीजा जी तेनू की होया जीजा जी घबराओ ना मैं इन्हें समझाता हूं कुछ नहीं कहते मैनू दसेंगा भी कि योगा ही करी जाएंगा ओ आ गई अल्लाह की स्टोरी है बेचारी ड्रग्स ते नशे सी तुसी उपरो सिट के मारती मैं नहीं मारी यार तुसी मेरे कने की देख दो मैं मैं नहीं मारी यार दस्ता अब बनाई यार पैग अब भाई साहब इनवाइटेड
ਕੌਮਾ ਉਹ ਮੈਂ ਇਨਵਰਟਡ ਕਮੇ ਦੀ ਗੱਲ ਨਹੀਂ ਕਰਦਾ ਮੈਂ ਤਾਂ ਇਹ ਪੁੱਛ ਰਿਹਾ ਵੀ ਕਿਸੇ ਨੇ ਬੁਲਾਇਆ ਵੀ ਜਾਂ ਉਹੀ ਮੂੰਹ ਚੁੱਕੀ ਫਿਰਦੇ ਉੱਤੇ ਬਿਨਾਂ ਬੁਲਾਏ ਗਿਆ ਨੂੰ ਤਾਂ ਬਹੁਤ ਟਾਈਮ ਹੋ ਗਿਆ ਅੱਛਾ ਪਹਿਲਾਂ ਜਾਂਦੇ ਰਹਿੰਦੇ ਸੀ ਮੇਰਾ ਮਤਲਬ ਇੱਥੇ ਲੱਕੀ ਦੀਆਂ ਭਾਬੀਆਂ ਨੇ ਇਨਵਾਈਟ ਕੀਤਾ ਵੈਸੇ ਭਾਈ ਸਾਹਿਬ ਹੋ ਕੌਣ ਤੁਸੀਂ ਲੱਕੀ ਦਾ ਸਾਲਾ ਹੁੱਬ ਕਿਤੇ ਦੱਸ ਰਹੇ ਜਿਵੇਂ ਡੀਸੀ ਲੱਗੇ ਉਹਨੇ ਭਾਜੀ ਵੀਰ ਜੀ ਮੈਂ ਲੱਕੀ ਨੂੰ ਲੱਭ ਕੇ ਆਈ ਆਲੋ ਵੀਰ ਜੀ ਪਾਣੀ ਤੇ ਆਹ ਦਵਾਈ ਚੁੱਪ ਚਾਪ ਮੇਰਾ ਬੈਗ ਮੈਨੂੰ ਦੇ ਦਿਓ ਨਹੀਂ ਤਾਂ ਮੈਂ ਰੌਲਾ ਪਾ ਦੂੰਗੀ ਕਿ ਕਤਲ ਤੁਸੀਂ ਕੀਤਾ ਬੈਗ ਕੀ ਕਰ ਰਹੇ ਬੈਗ 'ਚ ਕਿਹੜਾ ਪੈਂਟ ਰਿਹਾ ਤੁਸੀਂ ਵੀ ਨਾ ਉਦਾਂ ਹੀ ਸਿਰਤ ਮਰ ਗਏ ਇਹ ਕੌਣ ਸੀ ਇਹ ਡਿੰਪੀ ਦੀ ਸਾਲੀ ਤੁਸੀਂ ਤਾਂ ਕਹਿੰਦੇ ਸੀ ਡਿੰਪੀ ਦੀ ਵਾਹ ਕੱਲੀ ਕੱਲੀ ਕੁੜੀ ਹੈ ਨਹੀਂ ਨਹੀਂ ਇਹਦੇ ਸਹੁਰੇ ਨੇ ਦੋ ਵਿਆਹ ਕਰਾਏ ਸੀ ਨਾ ਤੁਹਾਨੂੰ ਪਤਾ ਨਹੀਂ ਹੈਗਾ ਦੂਜੀ ਵਾਈਫ ਦੀ ਬੇਟੀ ਸੀ ਇਹ ਦੋ ਵਿਆਹ ਕਿਉਂ ਪਹਿਲੀ ਤਾਂ ਦਾਜ ਘੱਟ ਮਿਲਿਆ ਸੀ ਇਸ ਕਰਕੇ ਉਹਨੇ ਦੂਜਾ ਕਰਾਇਆ ਸੀ ਸਟ੍ਰੇਂਜ ਅੱਛਾ ਭਾਬੀਆਂ ਕਿੱਥੇ ਨੇ ਉਹਨਾਂ ਨੂੰ ਮਿਲਤਾ ਆਵਾਂ ਮੈਂ ਮਿਲਣਾ ਕਿਉਂ ਕਿਉਂ ਮਤਲਬ ਮਤਲਬ ਇੰਨੀ ਦੇਰ ਬਾਅਦ ਆਪਾਂ ਮਿਲੇ ਆ ਪਹਿਲਾਂ ਆਪਾਂ ਤਾਂ ਕੋਈ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਕਰ ਲਈਏ ਅਬ ਲਾ ਮੈਂ ਦਰਦ ਚਲੋ ਬਹੁਤ ਸ਼ੁਕਰੀ ਮੈਂ ਸਾਲੀ ਨੂੰ ਮੇਰੀ ਉਹ ਸਾਲੀ ਬਣਾਉਣਾ ਸੀ ਉਹ ਤੂੰ ਸ਼ੁਕਰ ਕਰ ਤੇਰੀ ਭੈਣ ਨਹੀਂ ਬਣਾਈ ਤੁਹਾਡੀ ਭੈਣ ਨੂੰ ਮੇਰੀ ਭੈਣ ਕਿਉਂ ਬਣਾਉਂਦੇ ਹੋ ਹੋਰ ਬੀਬੇ ਬਣਾ ਦਈ ਉਹਨੂੰ ਯਾਨੀ ਤੇਰੀ ਕਰਦੇ ਹੋ ਆ ਲੱਕੀ ਕਿਹਦੇ ਨਾਲ ਤੁਰਿਆ ਫਿਰਦਾ ਹੈ ਅਬ ਲੱਕੀ ਲੱਕੀ ਦੀ ਨਾ ਫਰੈਂਡ ਹੈ ਫੇਸਬੁੱਕ ਫਰੈਂਡ ਅੱਜ ਤੁਹਾਨੂੰ ਪਤਾ ਨੈਟ ਕੰਮ ਨਹੀਂ ਕਰ ਰਿਹਾ ਫੇਸ ਟੂ ਫੇਸ ਹੀ ਮਿਲਣਾ ਗਈ ਆ ਡਿੰਪੀ ਤੈਨੂੰ ਭੁੱਖ ਲੱਗੀ ਹੋਣੀ ਆ ਆਪਾਂ ਕੁਝ ਖਾ ਕੇ ਨਾ ਆਈਏ ਹਾਂ ਹਾਂ ਚਲੋ ਚਲੋ ਆ ਜਾਓ ਬਈ ਸਾਲੇ ਉਹ ਤਾੜੀਆਂ ਮਾਰ ਰਹੇ ਹੋ ਤੁਹਾਡੇ ਨਾਨੇ ਨੇ ਕਹਾਣੀ ਨਹੀਂ ਸੁਣਾਈ ਚਲੋ ਜਲਦੀ ਪੈਨ ਡਰਾਈਵ ਕੱਢੋ ਨਹੀਂ ਦੇਣੀ ਇਹਨਾਂ ਨੂੰ ਪੈਨ ਡਰਾਈਵ ਉਸ ਵਿੱਚ ਮੇਰਾ ਵੀ ਹਿੱਸਾ ਹੈ ਉਹ ਇਹਨੇ ਵੈਸੇ ਵੀ ਤੇਰੇ ਦੋ ਹਿੱਸੇ ਕਰ ਦੇਣੇ ਆ ਦੇ ਲੈਣ ਦੇ ਨਹੀਂ ਦੇਣੀ ਜੱਕੀ ਦਾਦਾ ਆਪਾਂ ਪੈਨ ਡਰਾਈਵ ਮੰਗ ਕਿਉਂ ਰਹੇ ਹਾਂ ਆਈ ਥਿੰਕ ਆਪਾਂ ਨੂੰ ਸ਼ੌਂਕ ਹੈ ਮੰਗਣ ਦਾ ਚਲੋ ਓਏ ਪੈਨ ਡਰਾਈਵ ਲੱਭੋ ਮੈਨੂੰ ਲੱਗਦਾ ਕਿ ਪੈਨ ਡਰਾਈਵ ਇੱਥੇ ਹੀ ਕਿਤੇ ਓਕੇ ਟਾਰਚਮਾਨ ਕਿੱਥੇ ਉੱਥੇ ਓਕੇ ਲਾਈਟ ਮਾਰਨ ਨੂੰ ਕਿਹਾ ਸੌਰੀ ਡੈਡ ਲਾਈਟ ਤਾਂ ਹੁਣ ਟੁੱਟ ਗਈ ਮੈਂ ਵੇਖਿਆ ਬਰਥਡੇਆਂ ਦੇ ਹੀ ਪੰਗੇ ਆ ਸਾਰੇ ਪਹਿਲਾਂ ਤੇਰੇ ਬਰਥਡੇ ਤੇ ਸਿਆਪਾ ਪੈ ਗਿਆ ਹੁਣ ਚੱਪੂ ਦੇ ਬਰਥਡੇ ਤੇ ਸਾਡਾ ਡੈਡ ਡੇ ਆ ਗਿਆ ਆਪਾਂ ਅੱਗੇ ਤੋਂ ਕਿਸੇ ਵੀ ਸਾਲੇ ਦਾ ਬਰਥਡੇ ਨਹੀਂ ਮਨਾਇਆ ਕਰਨਾ ਪ੍ਰੋਮਿਸ ਸਾਲਿਓ ਕਦੇ ਆਪਦੀ ਗਲਤੀ ਨਾ ਮੰਨਿਓ ਭਾਜੀ ਪਲੀਜ਼ ਮੇਰੀ ਇੱਕ ਰਿਕੁਐਸਟ ਹੈ ਮੈਨੂੰ ਅੱਡ ਬਣ ਕੇ ਮਾਰਿਓ ਘੱਟੋ ਘੱਟ ਮੇਰੀ ਆਤਮਾ ਤਾਂ ਮਾੜੀ ਸੰਗਤ ਤੋਂ ਦੂਰ ਰਹੇ ਹੁਣ ਮਰਨ ਲੱਗੇ ਤਾਂ ਕੋਈ ਯਾਰ ਭਾਜੀ ਸਾਰਾ ਕਰ ਲਵ ਲਿਆ ਪੈਨ ਡਰਾਈਵ ਕਿਤੇ ਨਹੀਂ ਮਿਲੀ ਪੈਨ ਡਰਾਈਵ ਦੱਸ ਦਿਓ ਕਿੱਥੇ ਹੈ ਮੈਂ ਸਿਰਫ ਪੰਜ ਤੱਕ ਗਿਣਾਂਗਾ ਇੱਕ ਵੀਰ ਜੀ ਤੁਸੀਂ ਮੇਰਾ ਆਈਪੈਡ ਆਈਪੋਡ ਆਈਫੋਨ ਸਾਰਾ ਕੁਝ ਲੈ ਜਾਓ ਪਰ ਪੈਨ ਡਰਾਈਵ ਦਾ ਲੱਕੀ ਨੂੰ ਪਤਾ ਜੇ ਸਾਂਭ ਵਾਲੀ ਗੱਲ ਦੋ ਭਾਜੀ ਹੌਲੀ ਹੌਲੀ ਗਿਣੋ ਕਈ ਵਾਰੀ ਬੰਦੇ ਦਾ ਦੱਸਣ ਦਾ ਮੂਡ ਬਣਦੇ ਟਾਈਮ ਲੱਗ ਜਾਂਦਾ ਹਾਂਜੀ ਲੋਕੀ ਮਰਨ ਤੋਂ ਪਹਿਲਾਂ ਆਖਰੀ ਇੱਛਾ ਪੁੱਛਦੇ ਆ ਤੁਸੀਂ ਪੈਨ ਡਰਾਈਵ ਪੁੱਛੀ ਜਾਂਦੇ ਹੋ ਇੰਨਾ ਵੀ ਕੀ ਐਡਵਾਂਸ ਹੋਣਾ ਤਿੰਨ ਇੱਕ ਮਿੰਟ ਡੈਡੀ ਇਲੀਗਲ ਕੰਮ ਨਹੀਂ ਕਰਨਾ ਇਸ ਸਪੈਸ਼ਲ ਰਿਲੇਸ਼ਨ ਸਾਲੇ ਕੱਲ ਬਣ ਕੇ ਆਉਣਾ ਇੰਨਾ ਮਰੂ ਗੁੱਡ ਬੋਏ ਲਾਇਸੈਂਸ ਟੂ ਕਿਲ ਫੋਰ ਉਹ ਲੱਕੀ ਤੇਰਾ ਕੱਕ ਨਾ ਰਹੇ ਓਏ ਦੱਸ ਦੇ ਆ ਨਾਲ ਜਿਹੜੀ ਮੁਸੀਬਤ ਬੰਨੀ ਆ ਆਪਣੇ ਘਰਾਂ 'ਚ ਕਲੇਸ਼ ਪਵਾ ਦੂ ਕਲੇਸ਼ ਦਾ ਤੇ ਪਤਾ ਨਹੀਂ ਜੇ ਉਹਨੇ ਪੰਜ ਗਿਣ ਦਿੱਤੇ ਨਾ ਆਪਣੇ ਘਰਾਂ 'ਚ ਵੈਣ ਜ਼ਰੂਰ ਪੈਣਗੇ ਹਾਏ ਹਸ਼ੇਰਾ ਕੋਈ ਨਹੀਂ ਤੇਰਾ 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 ਭਾਜੀ ਛੱਡੋ ਪਰਾ ਬਲੈਕਮੇਲਿੰਗ ਨੂੰ ਮੈਂ ਆਪੀ ਮਿਹਨਤ ਕਰਕੇ 2-4 ਕਰੋੜ ਰੁਪਇਆ ਕਮਾ ਕੇ ਤੁਹਾਨੂੰ ਦੇ ਦੇਣਾ ਮੈਨੂੰ ਕੱਲੇ ਨੂੰ ਛੱਡੋ ਪਲੀਜ਼ ਬਕਵਾਸ ਮਾਰਦਾ ਕੋਈ ਮਿਹਨਤ ਮੁਹਨਤ ਨਹੀਂ ਹੋਣੀ ਇਹ ਤੋਂ ਇਹ ਤਾਂ ਸਾਲਾ ਪਹਿਲਾਂ ਹੀ ਕਰ ਜੋ ਆਈ ਆ ਸਾਲਿਓ ਕਿਤੇ ਤਾਂ ਛੱਡ ਜੋ ਮੈਨੂੰ ਨਾਲ ਜਾਣੋ ਸਾਲਿਆ ਉਦਾਂ ਘੁੰਮਣ ਫਿਰਨ ਨੂੰ ਹਰ ਥਾਂ ਸਾਡੇ ਨਾਲ ਜਾਣਾ ਉੱਪਰ ਚੜਨ ਲੱਗੇ ਨੂੰ ਸਾਰਾ ਚੜਦਾ ਤੁਸੀਂ ਜਾ ਕੇ ਸੱਟੋ ਮੈਂ ਬਾਅਦ ਚ ਆਉਣਾ ਸਾਲਿਓ ਇੱਥੇ ਬੈਠੇ ਲੜੀ ਜਾਂਦੇ ਹੋ ਕੋਈ ਬਚਣ ਦਾ ਜਿਗਾੜ ਲਾ ਲਓ ਉਹ ਜਿੰਨਾ ਕੱਸ ਕੇ ਮਾਮਾ ਉਹਨੇ ਬੰਨਿਆ ਨਾ ਸਾਡੇ ਕੋਲੋਂ ਪਾਸਾ ਨਹੀਂ ਲਿਆ ਜਾਂਦਾ ਤੂੰ ਜਿਗਾੜ ਲਾਉਣ ਦੀ ਗੱਲ ਕਰਦਾ ਯਾਰ ਡੈਡੀ ਇਹਦੇ ਚੁੱਪ ਨਹੀਂ ਹੋਣਾ ਪੰਜ ਬੋਲਣ ਦੀ ਥਾਂ ਆਪ ਹੀ ਬਣਾਉਣੀ ਪੈਣੀ ਹੈ ਪੰਜ ਲੱਕੀ ਕੁੱਤੇ ਕਮੀਨੇ ਘਟਿਆ ਇਨਸਾਨ ਇੱਕ ਮਿੰਟ ਹੈਲੋ ਤੇਰੀ ਹਿੰਮਤ ਕਿਵੇਂ ਹੋਈ ਇਸ ਕੁੜੀ ਕੋਲ ਹੋਟਲ 'ਚ ਜਾਣ ਦੀ ਤੇ ਤੂੰ ਬੈਠਾ ਵੀ ਉਹਦੇ ਨਾਲ ਚਿੰਬੜ ਕੇ ਉਹ ਬੈਠਾ ਕਿ ਤੂੰ ਮੈਂ ਤਾਂ ਬੰਨਿਆ ਹੋਇਆ ਨਾਲੇ ਮੈਂ ਉਹ ਡਾਊਨ ਜੀ ਨੂੰ ਕਿਹਾ ਸੀ ਵੀ ਇਹਨੂੰ ਉਹਨਾਂ ਨਾਲ ਬੰਨ ਦੇ ਉਹ ਸਾਲੇ ਕਹਿੰਦੇ ਸੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹਾਂ ਤੂੰ ਕੁਝ ਵੀ ਕਰ ਜਾ ਅੱਜ ਤਾਂ ਮੈਂ ਤੈਨੂੰ ਨਹੀਂ ਛੱਡਣਾ ਉਹ ਦੋਨੋਂ ਖੜੇ ਕੀ ਜਗਦੇ ਤੁਸੀਂ ਗੋਲੀ ਮਾਰ ਦੋ ਗੋਲੀ ਤਾਂ ਮੈਂ ਤੈਨੂੰ ਮਾਰੂ ਅੱਜ ਉਹ ਯਾਰ ਤੂੰ ਕਿਉਂ ਮਾਰੇਂਗੀ ਮੈਨੂੰ ਤਾਂ ਸਾਲੇ ਹੋਟਲ ਵੀ ਇਹੀ ਨਾਲ ਲੈ ਕੇ ਗਏ ਸੀ ਅੱਜ ਸਾਰਿਆਂ ਨੂੰ ਵੱਡੋ ਪੰਜ ਉਹ ਪੰਜ ਹੋ ਗਏ ਕੋਈ ਡੈਡੀ ਦੀ ਵੀ ਸੁਣ ਲਓ ਓਏ ਉਹ ਪਰਜਾਈ ਜੀ ਪਹਿਲਾਂ ਗੱਲ ਤੇ ਸੁਣ ਲਓ ਸਾਡੀ ਪਿਆਰ ਨਾਲ ਤੁਸੀਂ ਤੇ ਤੁਹਾਡੀ ਜਨਾਨੀਆਂ ਨੇ ਇਹਨੂੰ ਪਟਿਆ ਇਹਨੂੰ ਇਹਦੇ ਨਾਲ ਵੀ ਉਹਨੂੰ ਫਿਰਦੇ ਹੋ ਉਹ ਤੁਸੀਂ ਸਾਲਿਓ ਪਿਓ ਪੁੱਤ ਡਾਉਨ ਜੇ ਖੜੇ ਦੇਖੀ ਜਾਂਦੇ ਹੋ ਪਿਸਤੌਲ ਸਾਲਿਓ ਵੇਚਣਾ ਵਾ ਗੋਲੀ ਮਾਰ ਦੋ ਸਾਡੇ ਸਾਲਿਆ ਹੁਣ ਨਾਲ ਸਾਨੂੰ ਵੀ ਮਰਵਾਏਗਾ ਓਏ ਕਿਵੇਂ ਮਾਰਾ ਪਹਿਲੇ ਨਹੀਂ ਤਾਂ ਪਿੱਛੇ ਕਰੋ ਤੁਸੀਂ ਵਿਚਣਾ ਹੋ ਵੀਰ ਜੀ ਉਹ ਪੈਣ ਜੀ ਵਿੱਚ ਤਾਂ ਤੁਸੀਂ ਆਏ ਹੋਏ ਹੋ ਪਲੀਜ਼ ਸਾਈਡ ਤੇ ਹੋ ਜਾਓ ਮੈਂ ਗੋਲੀ ਮਾਰਨੀ ਹੈ ਲਓ ਮਾਰੋ ਇਹਨੂੰ ਮਾਰੋ ਗੋਲੀ ਥੈਂਕ ਯੂ ਭੂਆ ਜੀ ਸੀਰਤ
ਜਿੱਦਾਂ ਬਹੁਤ ਕੁਝ ਚੱਲ ਰਿਹਾ ਜੀ ਹੁਣ ਤੁਹਾਨੂੰ ਮੈਂ ਕਾਹਦੀ ਡਿਟੇਲ ਦੇਵਾਂ ਤੂੰ ਦੂਸਰੀ ਕੁੜੀ ਨੂੰ ਖੋਪਚੇ 'ਚ ਲੈ ਕੇ ਗਿਆ ਸੀ ਖੋਪਚੇ 'ਚ ਨਹੀਂ ਇਹ ਕੁੜੀ ਨੂੰ ਹੋਟਲ 'ਚ ਲੈ ਕੇ ਗਿਆ ਸੀ ਉਹ ਵੀ ਆਪਣੇ ਬਰਥਡੇ ਵਾਲੇ ਦਿਨ ਹੋਟਲ ਤਾਂ ਖੋਪਚੇ ਨਾਲੋਂ ਵੀ ਮਾੜਾ ਹੁੰਦਾ ਪਰ ਬਰਥਡੇ ਵਾਲੇ ਦਿਨ ਤਾਂ ਇਹ ਚੰਗੇ ਹੋਟਲ ਦੇ ਵਿੱਚ ਸੀ ਇਹ ਕਹਿੰਦਾ ਹੋਟਲ ਚੰਗਾ ਸੀ ਹੋਟਲ ਚੰਗਾ ਵੀ ਹੋਵੇ ਤਾਂ ਵੀ ਮਾੜਾ ਹੁੰਦਾ ਵੀਰ ਜੀ ਵਿੱਚ ਨਾ ਪਾਓ ਮੈਨੂੰ ਅੱਜ ਪੰਗਾ ਵੱਡਾ ਹੀ ਲੱਗਦਾ ਹੈਲੋ ਰਾਮਲੀਲਾ ਆਪਣਾ ਬੁਨਿਆਦ ਸੀਰੀਅਲ ਆਪਣੇ ਘਰ ਜਾ ਕੇ ਚਲਾਓ ਭਾਜੀ ਤੁਸੀਂ ਵਿੱਚ ਨਾ ਬੋਲੋ ਆਪਣਾ ਕੰਮ ਕਰੋ ਬਸ ਹਾਂ ਚੱਕ ਲਓ ਮੇਰੇ ਸਾਲੇ ਨੂੰ ਛੱਡ ਦੋ ਮੈਨੂੰ ਮੈਂ ਦੰਦੀ ਵੱਢ ਲੂ ਚੱਕੀ ਦਾਦਾ ਗਲਵੜ ਦੇ ਦਾ ਰਹਿੰਦੋ ਡੈਡੀ ਨਾਲ ਰਸਤੇ ਚੱਲਦੇ ਆ ਤੂੰ ਪੰਡਤ ਦਾ ਨਹੀਂ ਡੌਨ ਦਾ ਮੁੰਡਾ ਹੈ ਲੱਕੀ ਇਹ ਸਭ ਕੀ ਆ ਤੁਸੀਂ ਮੁੜਕੜ ਮੇਰੇ ਤੇ ਯਾਰਿਆ ਕਰੋ ਤੁਹਾਨੂੰ ਵੀ ਤਾਂ ਦਿਖਦਾ ਇਹ ਸਭ ਕੀ ਆ ਬਣ ਲਓ ਇਹਨਾਂ ਸਾਰਿਆਂ ਨੂੰ ਇੱਕ ਮਿੰਟ ਭਾਜੀ ਪਹਿਲਾਂ ਐਂ ਦੱਸੋ ਤੁਹਾਡਾ ਕਾਹਦਾ ਮਸਲਾ ਮੈਂ ਆਪਣੀ ਪੈਨ ਡਰਾਈਵ ਲੈਣ ਆਇਆ ਕਿਹੜੀ ਸ਼ੌਪ ਤੋਂ ਆਇਆ ਓਏ ਮੈਂ ਕੰਪਿਊਟਰ ਹਾਰਡਵੇਅਰ ਦਾ ਕੰਮ ਨਹੀਂ ਕਰਦਾ ਡੌਨ ਹੈ ਕਿਹੜੇ ਜ਼ਿਲ੍ਹੇ ਦੇ ਓਏ ਉਹ ਡੀਸੀ ਨਹੀਂ ਲੱਗਾ ਡੌਨ ਹੈ ਡੌਨ ਉਹ ਲੱਕੀ ਸਮਝਾ ਲੈ ਆਪਣੇ ਸਾਲੇ ਨੂੰ ਨਹੀਂ ਤਾਂ ਸਾਰੇ ਮਾਰੇ ਜਾਵਾਂਗੇ ਤੇ ਗੁੱਸਾ ਮੈਨੂੰ ਤਾਂ ਲੱਗਦਾ ਸੀ ਤੇਰਾ ਹੀ ਸਾਲਾ ਕਮਲਾ ਪਰ ਅੱਜ ਪਤਾ ਲੱਗਿਆ ਦੁਨੀਆ ਦੇ ਸਾਰੇ ਸਾਲੇ ਕਮਲੇ ਹੁੰਦੇ ਕੋਈ ਮੇਰੀ ਸੁਣੇਗਾ ਪਾਜੀ ਦੇਖਦੇ ਕੀ ਹੋ ਆਪਣੇ ਪੈਰ ਦਾ ਘਰ ਬਚਾਓ ਅੱਛਾ ਦੇਖ ਮੇਰੀ ਗੱਲ ਸੁਣ ਪਲੀਜ਼ ਕੋਈ ਵਿੱਚ ਨਾ ਆਇਓ ਅੱਜ ਮੈਂ ਆਪੇ ਹੀ ਸਭ ਠੀਕ ਕਰੂੰ ਤੁਸੀਂ ਇਹਦੀ ਕਿਉਂ ਸੁਣੀ ਜਾਂਦੇ ਹੋ ਪਾਜੀ ਆਪਣੀ ਭੈਣ ਦਾ ਘਰ ਬਚਾਓ ਭੈਣ ਦਾ ਘਰ ਉਜਾੜਨ ਵਾਲੇ ਤਾਂ ਤੁਸੀਂ ਹੋ ਹੁਣ ਬਚਾਓ ਬਚਾਓ ਲਈ ਹੈ ਦੇ ਤੂੰ ਟੈਨਸ਼ਨ ਨਾ ਲੈ ਇਹਨਾਂ ਨੇ ਮੈਨੂੰ ਸਭ ਦੱਸਤਾ ਤੇ ਤੁਸੀਂ ਤਾਂ ਵੀ ਇਹਨਾਂ ਦੇ ਨਾਲ ਹੋ ਵੈਸੇ ਗੱਲ ਤਾਂ ਸਹੀ ਕਹਿ ਰਹੇ ਨੇ ਇਹ ਵੀਰ ਜੀ ਹੁਣ ਪਤਾ ਲੱਗਿਆ ਲੱਕੀ ਆਪਣੀ ਹੱਦ ਦਾ ਕਿਉਂ ਪਾਰ ਕਰਦਾ ਹੈ ਕਿਉਂਕਿ ਤੁਸੀਂ ਸਾਰੇ ਇਹਦੇ ਨਾਲ ਹੋ ਮੇਰੀ ਪੈਨ ਡਰਾਈਵ ਦੇ ਦਿਓ ਯਾਰ ਸੀਰਤ ਨੂੰ ਪੜੋ ਉਹਨੂੰ ਪੜੋ ਉਹ ਕੋਈ ਪੜ ਲਓ ਯਾਰ ਸੀਰਤ ਨੂੰ ਛੇਤੀ ਜੱਗੀ ਬਾਹਰ ਜਾ ਕੇ ਦੇਖੀ ਕਿਤੇ ਘਰ ਦੇ ਬਾਹਰ ਪਾਗਲ ਖਾਨਾ ਤਾਂ ਨਹੀਂ ਲਿਖਿਆ ਉਹ ਡੈਡੀ ਇੱਥੇ ਗਿੱਧਾ ਦੇਖਣ ਵੀ ਆਏ ਓਏ ਇਹ ਹੈ ਨਾ ਸਾਡੀ ਪਿਆਰ ਦੀ ਨਿਸ਼ਾਨੀ ਇਹਨੂੰ ਨਾਲ ਲੈ ਕੇ ਨਹਿਰ ਛਾਲ ਮਾਰੂ ਆਪ ਦੇ ਨਾਲ ਨਾਲ ਇਹਨੂੰ ਵੀ ਖਤਮ ਕਰ ਦੋ ਜੱਗੀ ਦਾਦਾ ਆ ਜਾ ਬੈ ਜਾ ਮੈਂ ਅੱਜ ਤੋਂ ਬਾਅਦ ਇਹ ਕੰਮ ਹੀ ਛੱਡ ਦੇਣਾ ਆ ਲੈ ਕੰਮ ਚਲਾਉਣੇ ਤਾਂ ਹੁਣ ਸਾਰੇ ਔਖੇ ਹੁੰਦੇ ਡੈਡੀ ਵੈਸੇ ਗੱਲ ਗਲਤ ਹੈ ਇਹਨਾਂ ਲੇਟਲੀ ਤਾਂ ਕਦੇ ਤੁਹਾਨੂੰ ਮੰਮੀ ਨਹੀਂ ਲੈਂਦੇ ਜਿੰਨਾ ਇਹ ਲਈ ਜਾਂਦੇ ਆ ਖਬਰਦਾਰ ਜਿਹਾ ਜਿਹਾ ਕੁਛ ਕੀਤਾ ਜੇ ਸ਼ਟ ਅਪ ਯੂ ਚੀਟ ਮੈਨੂੰ ਆਰਡਰ ਨਾ ਦੇ ਨਹੀਂ ਨਹੀਂ ਪਲੀਜ਼ ਮੇਰੀ ਗੱਲ ਸੁਣ ਉਹ ਵੇਖ ਲੈ ਮਾਮਾ ਮਰਨ ਲੱਗੀ ਵੀ ਤੇਰੀ ਬੇਇੱਜ਼ਤੀ ਕਰਕੇ ਗਈ ਹੂੰ ਗੁੰਡਾ ਜੀ ਪੈਨ ਡਰਾਈਵ ਤਾਜ ਮਹਿਲ ਦੇ ਵਿੱਚ ਆ ਹੁਣ ਅਗਰੇ ਜਾਣਾ ਪੈਣਾ ਨਹੀਂ 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 ਜਿਹੜਾ ਤਾਜ ਮਹਿਲ ਸੀਰਤ ਲੈ ਕੇ ਭਜੀ ਆ ਉਹਦੇ ਵਿੱਚ ਆ ਤੁਹਾਡੀ ਮਾਂ ਨੂੰ ਮੋਸੀਆਂ ਖਾ ਫੜ ਲੋ ਕੁੜੀ ਨੂੰ ਚੱਲ ਉਹ ਫਤਿਹ ਮੈਨੂੰ ਵੀ ਨਾਲ ਲੈ ਜਾਓ ਹਾਂ ਉਹ ਹੁਣ ਸਾਡੇ ਵੱਲ ਕੀ ਬਿਟਰ ਬਿਟਰ ਵੇਖਦੀ ਹੋ ਜਾ ਕੇ ਸੀਰਤ ਨੂੰ ਫੜੋ ਓਹੋ ਪਹਿਲਾਂ ਇਹ ਤਾਂ ਕਲੀਅਰ ਕਰੋ ਕਿ ਸੀਰਤ ਹੈ ਕੌਣ ਸੀਰਤ ਉਹ ਤੁਹਾਡੀ ਮਾਂ ਜਿਹੜੀ ਭੱਜ ਗਈ ਹੈ ਹਾਏ ਮੈਂ ਮਰ ਗਈ ਇਹ ਸਾਰਾ ਸਿਆਪਾ ਇਸ ਬੰਟੀ ਦਾ ਪਾਇਆ ਹੋਇਆ ਇਹਨੇ ਤਾਂ ਇਹਨੂੰ ਸੀਰਤ ਕਹਿ ਕੇ ਮਲਾਇਆ ਸੀ ਜੇ ਸਾਲਿਆ ਤੇਰੀ ਭੈਣ ਨਾ ਖੜੀ ਹੁੰਦੀ ਨਾ ਤਾਂ ਮੈਂ ਤੈਨੂੰ ਭੈਣ ਦੀ ਗੱਲ ਕੱਢਣੀ ਸੀ ਮੈਨੂੰ ਤਾਂ ਇਹਨਾਂ ਨੇ ਐਸੇ ਨੂੰ ਇਹ ਤੇ ਮਗੇਤਰ ਕਹਿ ਕੇ ਮਲਾਇਆ ਸੀ ਲੱਕੀ ਤੇਰਾ ਕੀ ਬਣੂ ਉਹ ਭਾਜੀ ਪਹਿਲਾਂ ਮੇਰੇ ਹੱਥ ਖੋਲੋ ਮੈਂ ਜਾ ਕੇ ਸੀਰਤ ਨੂੰ ਬਚਾਵਾਂ ਇਹ ਗੱਲਾਂ ਬਾਅਦ ਚ ਦੇਖਾਂਗੇ